ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਨਕ ਨਿਰੰਕਾਰੀ ਜੋਤ ਰੂਪ ਨਿਰਗੁਣ ਅਤੇ ਸਰਗੁਣ ਹੋ ਕੇ ਜੀਵਾਂ ਦੀ ਕਲਿਆਣ ਵਾਸਤੇ ਪ੍ਰਭੂ ਪਰਮਾਤਮਾ ਦਾ ਜਿਹੜਾ ਸਰੂਪ ਦੱਸਿਆ ਹੈ ਉਹਦੀ ਪ੍ਰਾਪਤੀ 'ਚ ਵਾਧਾ ਹਉਮੈ ਦੀ ਕੰਧ ਕੂੜ ਦੀ ਪਾਲ ਦੱਸੀ ਉਹਦੀ ਨਿਵਿਰਤੀ ਭਾਣੇ ਚੱਲਣ ਕਰਕੇ ਹੁੰਦੀ ਹੈ। ਜਿਹੜੇ ਭਾਣੇ 'ਚ ਚੱਲਦੇ ਨੇ ਉਹ ਹਉਮੈ ਦੀ ਗੱਲ ਨਹੀਂ ਕਰਦੇ, ਉਹ ਫਿਰ ਪ੍ਰਭੂ ਦੇ ਗੁਣ ਗਾਉਂਦੇ ਨੇ। ਕੋਈ ਉਹਦੇ ਬਲ ਦੇ ਪੱਖੋਂ ਗਾ ਰਹੇ ਨੇ, ਕਿਉਂ ਪਰਮੇਸ਼ਰ ਸਾਰੀ ਪਾਸੀ ਪੂਰਨ ਹੈ। ਕੋਈ ਉਹਦੇ ਬਲ ਨੂੰ ਗਾ ਰਿਹਾ ਹੈ, ਕੋਈ ਉਹਦੀ ਸੁੰਦਰਤਾ ਨੂੰ ਗਾ ਰਿਹਾ ਹੈ, ਕੋਈ ਉਹਦੇ ਅਸਚਰਜ ਸਰੂਪ ਨੂੰ ਗਾ ਰਿਹਾ ਹੈ, ਉਹਦੀ ਪ੍ਰਾਪਤੀ ਵਿੱਚ ਸਰਵਣ ਭਗਤੀ ਜਿਹੜੇ ਸਿੱਧ ਨੇ ਪਹੁੰਚੇ ਹੋਏ ਉਹ ਤਾਂ ਰਸ ਲੈਣ ਵਾਸਤੇ ਸੁਣਦੇ ਨੇ। ਜਿਹੜਾ ਸਿੱਖ ਹੈ, ਜਗਿਆਸੂ ਹੈ, ਉਹ ਸਾਧਨ ਅਪਣਾ ਕੇ ਸਰਵਣ ਦਾ ਅਤੇ ਸਰਵਣ ਭਗਤੀ ਹੈ। ਸੋ ਸੁਣਨਾ ਦੋਹਾਂ ਵਾਸਤੇ ਹੀ ਠੀਕ ਦੱਸਿਆ ਹੈ। ਫਿਰ ਜਿਹੜਾ ਮੰਨ ਲੈਂਦਾ ਹੈ ਉਹਦੀ ਜਿਹੜੀ ਗਤੀ ਹੈ, ਉਹਦੀ ਜਿਹੜੀ ਮੰਜ਼ਿਲ ਹੈ, ਉਹ ਪੂਰੀ ਨਹੀਂ ਬਿਆਨ ਕੀਤੀ ਜਾ ਸਕਦੀ। ਉਹਦਾ ਸੁਭਾਅ, ਉਹਦੀ ਰਹਿਣੀ ਰਹਿਤ, ਕਿਉਂ ਪਰਮਾਤਮਾ ਤੋਂ ਵੱਖਰਾ ਨਹੀਂ ਰਹਿ ਜਾਂਦਾ, ਅਕਾਲ ਪੁਰਸ਼ ਤੋਂ ਜੁਦਾ ਨਹੀਂ ਹੈ। ਜਿਵੇਂ ਪਰਮੇਸ਼ਰ ਨੂੰ ਪੂਰਾ ਕਹਿਣ ਵਿੱਚ ਬਾਣੀ ਆਸਮਰੱਥ, ਇਸ ਤਰ੍ਹਾਂ ਜਿਹੜਾ ਮਨਨ ਕਰ ਲੈਂਦਾ ਹੈ ਉਹਦੀ ਵੀ ਜਿਹੜੀ ਗਤੀ ਹੈ, ਉਹਦੀ ਜਿਹੜੀ ਪਹੁੰਚ ਹੈ, ਜਿਹੜਾ ਉਹਨੂੰ ਟਿਕਾਣਾ ਪ੍ਰਾਪਤ ਹੋਇਆ ਹੈ, ਉਹ ਵੀ ਪੂਰੀ ਨਹੀਂ ਕਹੀ ਜਾ ਸਕਦੀ। ਹਾਂ, ਇਹ ਗੱਲ ਜ਼ਰੂਰ ਹੈ, ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਾ, ਜਿਹੜੇ ਉੱਥੇ ਪਹੁੰਚੇ ਹੋਏ ਨੇ ਉਹਨਾਂ ਸਾਰਿਆਂ ਦੀ ਇੱਕੋ ਹੀ ਗਤੀ ਹੈ, ਇੱਕੋ ਹੀ ਸੁਭਾਵ ਹੈ। ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ। ਜਿਹੜੇ ਮਹਿਰਮ ਨੇ ਉਹਦੇ ਜਾਣਕਾਰ ਨੇ, ਉਸ ਭੇਤ ਨੂੰ ਜਾਣਨ ਵਾਲੇ ਨੇ, ਉਹ ਸਾਰੇ ਪੰਚ ਨੇ, ਸ੍ਰੇਸ਼ਟ ਨੇ ਸੰਸਾਰ ਵਿੱਚ। ਉਹਨਾਂ ਦਾ ਧਿਆਨ ਹੀ ਗੁਰੂ ਹੈ। ਉਹ ਧਿਆਨ ਵਿੱਚ ਪਹੁੰਚ ਕੇ ਅਤੇ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਉਹ ਸ੍ਰੇਸ਼ਟ ਪੁਰਸ਼ ਪੰਚ ਨੇ ਜਿਹੜੇ, ਸੰਤ ਨੇ ਜਿਹੜੇ, ਉਹ ਦਰਬਾਰ ਵਿੱਚ ਸੋਭਾ ਪਾਉਂਦੇ ਨੇ। ਉਹਨਾਂ ਨੂੰ ਗੁਰਮੁਖ ਆਖ ਲਓ, ਭਗਤ ਆਖ ਲਓ, ਸੰਤ ਆਖ ਲਓ, ਬ੍ਰਹਮ ਗਿਆਨੀ ਆਖ ਲਓ, ਆਤਮ ਗਿਆਨੀ ਆਖ ਲਓ, ਮਹਾਂਪੁਰਸ਼ ਆਖ ਲਓ, ਕੁਝ ਵੀ, ਸਭ ਪ੍ਰਿਆਇ ਸ਼ਬਦ ਨੇ। ਸੋ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਗੁਰੂ ਸਾਹਿਬ ਨਾਮ 'ਤੇ, ਭਗਤੀ 'ਤੇ, ਪ੍ਰਭੂ ਦੇ ਭਾਣੇ 'ਤੇ ਜ਼ੋਰ ਦੇ ਰਹੇ ਨੇ। ਇਹੀ ਇੱਕ ਸਭ ਤੋਂ ਸਾਧਨ ਉੱਚਾ ਹੈ ਕਲਯੁੱਗ ਦੇ ਵਿੱਚ, ਖਾਸ ਕਰਕੇ ਇਸ ਗਾਵੇ ਕੀ ਪੌੜੀ ਵਿੱਚ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਰਸ਼ਾਂ ਵਾਲੇ, ਅਦ੍ਰਿਸ਼ ਲੋਕਾਂ 'ਚ ਰਹਿਣ ਵਾਲੇ, ਦੇਵ ਲੋਕਾਂ 'ਚ ਰਹਿਣ ਵਾਲੇ, ਉਹ ਵੀ ਪ੍ਰਭੂ ਦਾ ਜਸ ਗਾਇਨ ਕਰ ਰਹੇ ਨੇ।
ਮਾਤ ਲੋਕ ਵਿੱਚ ਰਹਿਣ ਵਾਲੇ ਮਨੁੱਖ ਵੀ ਇਸ ਮ੍ਰਿਤ ਲੋਕ ਦੇ ਵਿੱਚ ਸਭ ਜੜ ਚੇਤਨ ਜਿੰਨੀ ਵੀ ਰਚਨਾ ਹੈ ਸਭ ਆਪੋ ਆਪਣੀ ਬੋਲੀ 'ਚ ਪਰਮਾਤਮਾ ਦਾ ਜਸ ਕਰ ਰਹੀ ਹੈ ਅਤੇ ਪ੍ਰਭੂ ਪਰਮਾਤਮਾ ਸਭ ਦੀ ਸੰਭਾਲ ਕਰ ਰਿਹਾ ਹੈ। ਜਿਸ ਜਿਸ ਭਾਵ ਨਾਲ ਕੋਈ ਗਾ ਰਿਹਾ ਹੈ ਉਹਦੀ ਭਗਤੀ ਕਰ ਰਿਹਾ ਹੈ ਉਹਦਾ ਸਿਮਰਨ ਕਰ ਰਿਹਾ ਹੈ ਉਹਦੇ ਮੁਤਾਬਕ ਉਹਨੂੰ ਫਲ ਮਿਲ ਰਿਹਾ ਹੈ। ਸੋ ਸਾਹਿਬਾਂ ਨੇ ਇਸ ਗਾਵੇ ਕੀ ਪੌੜੀ ਵਿੱਚ ਇਹੋ ਜਿਹਾ ਇੱਕ ਨਜ਼ਾਰਾ ਬੱਧਾ ਹੈ। ਵਾਰ ਵਾਰ ਗਾਵੇ ਗਾਵਨ ਕਿਉਂ ਸੋਹਦਰ ਜਿਹੜਾ ਹੈ ਜਪਜੀ ਸਾਹਿਬ ਵਿੱਚ ਵੀ ਇਹ ਬਾਣੀ ਆਈ ਹੈ ਰਹਿ ਰਾਸ ਵਿੱਚ ਵੀ ਸੋਹਦਰ ਹੈ। ਥੋੜ੍ਹਾ ਥੋੜ੍ਹਾ ਫਰਕ ਹੈ ਸੋ ਭਾਵ ਇੱਕੋ ਹੀ ਹੈ ਕਿ ਪ੍ਰਭੂ ਪਰਮਾਤਮਾ ਨੂੰ ਇਹ ਗਾ ਰਹੇ ਨੇ। ਵੈਸੇ ਤਾਂ ਖੁਦ ਗੁਰੂ ਨਾਨਕ ਸਾਹਿਬ ਹੀ ਆ ਕੇ ਦੱਸਣ ਤਾਂ ਉਹੀ ਪੂਰਾ ਦੱਸ ਸਕਦੇ ਨੇ, ਪਰ ਆਪਣੇ ਭਲੇ ਵਾਸਤੇ ਆਪਣੇ ਕਲਿਆਣ ਵਾਸਤੇ ਸਾਰੇ ਉਹਦਾ ਜਸ ਗਾ ਰਹੇ ਨੇ। ਇੱਕ ਇੱਕ ਅੱਖਰ ਦਾ ਪੂਰਾ ਬਿਆਨ ਕਰ ਸਕਣਾ ਬਹੁਤ ਔਖਾ ਹੈ। ਅੱਗੇ ਜਾ ਕੇ ਮਹਾਰਾਜ ਦੱਸਣਗੇ ਵੀ ਨਾਨਕ ਕਥਨਾ ਕਰੜਾ ਸਾਰ ਭਈ ਲੋਹੇ ਨੂੰ ਚਬਾਉਣ ਵਾਂਗੂ ਇਹ ਔਖੀ ਗੱਲ ਹੈ, ਪਰ ਫਿਰ ਵੀ ਆਪਣੀ ਕਲਿਆਣ ਅਰਥ ਇਹਦਾ ਨਾਂ ਭਗਤੀ ਹੈ। ਭਾਵੇਂ ਕੋਈ ਸੁਣੇ ਭਾਵੇਂ ਕੋਈ ਸੁਣਾਏ, ਪਰ ਸੁਣ ਅਤੇ ਸੁਣਾਉਣ ਵਾਲੇ ਬਹੁਤ ਨੇ। ਇਹਨਾਂ ਦੇ ਵਿੱਚੋਂ ਜਿਹੜਾ ਮੰਨ ਲੈਂਦਾ ਹੈ ਉਹ ਮੰਨਣ ਵਾਲਾ ਜਿਹੜਾ ਉਹ ਗੁਰਮੁਖ ਹੈ। ਅਤੇ ਗੁਰਮੁਖਾਂ ਬਾਬਤ ਤਾਂ ਮਹਾਰਾਜ ਆਖਿਆ ਹੈ ਗੁਰਮੁਖ ਕੋਟ ਉਧਾਰ ਦਾ ਦੇ ਨਾਵੇ ਏਕ ਕਣੀ। ਗੁਰਮੁਖ ਕਰੋੜਾਂ ਦਾ ਉਧਾਰ ਕਰ ਦਿੰਦਾ ਹੈ ਜਿਹਦੇ ਅੰਦਰ ਨਾਮ ਦੀ ਕਣੀ ਹੈ। ਸੁਣਨਾ ਵੀ ਚੰਗਾ ਹੈ ਸੁਣਾਉਣਾ ਵੀ ਚੰਗਾ ਹੈ, ਕਿਉਂ ਮਹਾਰਾਜ ਜੀ ਇਜਾਜ਼ਤ ਦਿੱਤੀ ਹੈ ਇਸ ਗੱਲ ਦੀ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ। ਜਿਹੜਾ ਆਪ ਜਪਦਾ ਦੂਜੇ ਨੂੰ ਮਹਾਰਾਜ ਜੀ ਕਹਿੰਦੇ ਨੇ ਜਪਾਓ, ਬੜੀ ਚੰਗੀ ਗੱਲ ਹੈ, ਸਾਧਨ ਹੈ, ਪਹੁੰਚ ਜਾਏਗਾ ਜਿਹੜਾ ਸੁਣਦਾ ਵੀ ਹੈ ਸੁਣਾਉਂਦਾ ਵੀ ਹੈ। ਪਰ ਜਿਹੜਾ ਇਹਨੂੰ ਸੁਣ ਕੇ ਸੁਣਾ ਕੇ ਮੰਨ ਲੈਂਦਾ ਹੈ ਉਹ ਇਸ ਤੋਂ ਉੱਚੀ ਅਵਸਥਾ ਦਾ ਵਸਨੀਕ ਹੈ, ਉਹ ਬੇਗਮਪੁਰੇ ਦਾ ਵਸਨੀਕ ਹੈ, ਉਹਦਾ ਨਾਂ ਗੁਰਮੁਖ ਹੈ। ਅਤੇ ਗੁਰਮੁਖ ਕੋਟ ਉਧਾਰ ਦਾ, ਉਹ ਤਾਂ ਕਰੋੜਾਂ ਦਾ ਇਕੱਲਾ ਹੀ ਉਧਾਰ ਕਰ ਦਿੰਦਾ ਹੈ। ਕੌਣ? ਜਿਹੜਾ ਸੁਣ ਕੇ ਮੰਨ ਲੈਂਦਾ ਹੈ। ਔਰੰਗਜ਼ੇਬ ਦੇ ਕੋਲ ਸ੍ਰੀ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਸੱਤਵੀਂ ਪਾਤਸ਼ਾਹੀ ਦੇ ਸਾਹਿਬਜ਼ਾਦੇ ਸਪੁੱਤਰ ਬਾਬਾ ਰਾਮ ਰਾਏ ਜੀ ਗਏ। ਉੱਥੇ ਕਾਜ਼ੀਆਂ ਮੌਲਾਣਿਆਂ ਨੇ ਗੁਰੂ ਘਰ ਨੂੰ ਛੋਟਾ ਦੱਸਣ ਵਾਸਤੇ ਬਹੁਤ ਅੜੌਲੀਆਂ ਪਾਈਆਂ, ਬੜੀ ਪ੍ਰੀਖਿਆ ਲਈ। ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ 10 ਵਜੇ ਤੀਕ ਤੁਰਕ ਦੇ ਮੱਥੇ ਨਹੀਂ ਸੀ ਲੱਗਦੇ, ਉਹਨਾਂ ਦਾ ਨਿਯਮ ਸੀ। ਤਾਂ ਕਰਕੇ ਦਿੱਲੀ ਆਪਣੇ ਸਪੁੱਤਰ ਨੂੰ ਘੱਲਿਆ ਅਤੇ ਹੁਕਮ ਕੀਤਾ ਵੀ ਗੁਰੂ ਨਾਨਕ ਦੇ ਘਰ ਨੂੰ ਕਿਸੇ ਤਰ੍ਹਾਂ ਵੀ ਕੋਈ ਠੇਸ ਨਾ ਆਵੇ, ਗੁਰੂ ਘਰ ਦੀ ਤੋਹੀਨ ਨਾ ਹੋਵੇ, ਗੁਰੂ ਘਰ ਦੀ ਹੇਠੀ ਨਾ ਹੋਵੇ। ਜੋ ਤੁਸੀਂ ਮੂੰਹ ਆਖੋਗੇ, ਜੋ ਤੁਹਾਡੀ ਰਸਨਾ ਤੋਂ ਨਿਕਲੇਗਾ ਪੂਰਾ ਹੋ ਜਾਏਗਾ। ਤਾਂ ਰਾਮ ਰਾਏ ਜੀ ਨੇ ਮਰਿਆ ਬੱਕਰਾ ਜਵਾਇਆ, ਮਜਨੂੰ ਦੇ ਟਿੱਲੇ ਉਹਨਾਂ ਦਾ ਡੇਰਾ ਸੀ, ਅਤੇ ਬਿਨਾਂ ਹੀ ਘੋੜਿਆਂ ਤੋਂ ਰੱਥ ਉਡਾ ਕੇ ਔਰੰਗਜ਼ੇਬ ਦੇ ਦਰਬਾਰ ਜਾਂਦੇ ਸੀ। ਤਾਂ ਇੱਕ ਦਿਨ ਖੂਹ ਉੱਤੇ ਉਹਨਾਂ ਚੌਂਕੀ ਡਾਹਤੀ ਰਾਮ ਰਾਏ ਨੂੰ, ਅਤੇ ਚਾਦਰ ਕੱਸ ਕੇ
ਪਾਸਿਆਂ 'ਤੇ ਕਿੱਲ ਠੋਕ ਦਿੱਤੇ ਅਤੇ ਉਹਦੇ ਉੱਤੇ ਬਹਿਣ ਵਾਸਤੇ ਕੁਰਸੀ ਡਾ ਦਿੱਤੀ। ਉਸ ਸਮੇਂ ਉਹਨੂੰ ਚੌਂਕੀ ਆਉਂਦੇ ਸੀ, ਸੁਜਣੀ ਵੀ ਆਉਂਦੇ ਸੀ, ਵੀ ਜਦ ਇਹਦੇ ਉੱਤੇ ਬਵੇਗਾ ਅਤੇ ਉਹਨਾਂ ਦੇ ਭਾਰ ਨਾਲ ਇਹ ਕੁਰਸੀ ਵਿੱਚ ਖੂਹ 'ਤੇ ਡਿੱਗ ਪਏਗੀ, ਉਹਨਾਂ ਦਾ ਖਾਤਮਾ ਹੋ ਜਾਏਗਾ, ਅੰਤ ਹੋ ਜਾਏਗਾ। ਇਹ ਕੰਮ ਕਰਾਉਣ ਵਾਲੇ ਕਾਜੀ ਮਲਾਣੇ ਸ਼ਰਈ ਲੋਕ ਸੀ, ਪਰ ਮਹਾਰਾਜ ਜੀ ਆਖਿਆ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੇ ਮਨ ਮਾਹੇ। ਜਿਨ੍ਹਾਂ ਦੇ ਮਨ 'ਚ ਉਹ ਵੱਸਦਾ ਰਾਮ ਰਮਿਆ ਹੋਇਆ ਸਾਰੇ ਪਰਿਪੂਰਨ, ਉਹ ਨਹੀਂ ਮਰਦੇ ਨਾ ਉਹ ਕਿਸੇ ਦੇ ਠੱਗਿਆਂ ਠਗੀਂਦੇ ਨੇ। ਰਾਮ ਰਾਏ ਜੀ ਸਤਨਾਮ ਆਖ ਕੇ ਬਹਿ ਗਏ, ਗੁਰੂ ਨਾਨਕ ਦਾ ਨਾਂ ਲੈ ਗਏ। ਤਿੰਨ ਘੰਟੇ ਦਰਬਾਰ ਲੱਗਾ, ਬੜੇ ਉਹਨਾਂ ਪ੍ਰਸ਼ਨ ਕੀਤੇ, ਉੱਤਰ ਹੋਏ। ਰਾਮ ਰਾਏ ਸਭਾ ਨੂੰ ਜਿੱਤ ਕੇ ਜਦੋਂ ਉੱਠੇ ਤਾਂ ਕੁਰਸੀ ਸਮੇਤ ਚਾਦਰ ਵਿੱਚ ਕੜੰਮ ਖੂਹ ਦੇ। ਇਹ ਵੇਖ ਕੇ ਉਹ ਬੜੇ ਸ਼ਰਮਿੰਦੇ ਹੋਏ, ਪਰ ਜੇ ਸ਼ਰਮ ਉਹਨਾਂ ਦੇ ਨੇੜੇ ਹੁੰਦੀ ਪਰ ਇਹ ਕੰਮ ਨਾ ਕਰਦੇ। ਇਸ ਤਰ੍ਹਾਂ ਹਰ ਰੋਜ਼ ਦੀਆਂ ਕਰਾਮਾਤਾਂ ਸਾਰੀਆਂ ਗਿਣਿਆ ਤਾਂ ਬਹੁਤ ਸਮਾਂ ਲੱਗੇਗਾ। 72 ਕਰਾਮਾਤਾਂ ਰਾਮ ਰਾਏ ਨੇ ਵਿਖਾਈਆਂ। ਅਖੀਰੀ ਉਹਨਾਂ ਆਖਿਆ ਗੁਰੂ ਨਾਨਕ ਦੇ ਘਰ ਦੀ ਤਾਂ ਬੜੀ ਚੜ੍ਹਤ ਹੋ ਗਈ। ਉਹਨਾਂ ਫਿਰ ਅਖੀਰੀ ਜਿਹੜੀ ਗੱਲ ਪੁੱਛੀ ਔਰੰਗਜ਼ੇਬ ਨੇ, ਆਂਹਦਾ ਜੀ ਗੁਰੂ ਨਾਨਕ ਦੀ ਬਾਣੀ 'ਚ ਇੱਕ ਤੁਕ ਆਉਂਦੀ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਭਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮੁਸਲਮਾਨਾਂ ਨੇ ਆਖਿਆ ਸੀ ਹਿੰਦੂਆਂ ਦੀ ਮਿੱਟੀ ਬਲਦੀ ਹੈ ਅੱਗੇ 'ਚ, ਅਤੇ ਗੁਰੂ ਸਾਹਿਬ ਨੇ ਮੁਸਲਮਾਨਾਂ ਨੂੰ ਆਖਿਆ ਤੁਹਾਡੀ ਵੀ ਮਿੱਟੀ ਬਲਦੀ ਹੈ। ਆਉਂਦੇ ਨੇ ਕਦੋਂ? ਮਹਾਰਾਜ ਜੀ ਆਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਕਬਰਾਂ ਵਾਲੀ ਮਿੱਟੀ ਘੁਮਿਆਰ ਪੱਟ ਕੇ ਲਿਜਾਂਦੇ ਨੇ, ਉਹ ਫਿਰ ਪੇੜਾ ਪਾ ਕੇ ਘੜੇ ਕਸੋਰੇ ਬਣਾਉਂਦੇ ਨੇ, ਫਿਰ ਆਵੀ 'ਤੇ ਚਾੜਦੇ ਨੇ ਅਤੇ ਉਦੋਂ ਸੜਦੀ ਉਹ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜ ਝੜ ਪੈਣ ਅੰਗਿਆਰ। ਇਹ ਜਦ ਉਹਨਾਂ ਗੱਲ ਪੁੱਛੀ ਔਰੰਗਜ਼ੇਬ ਨੇ, ਔਰੰਗਜ਼ੇਬ ਚੇਲਾ ਬਣ ਗਿਆ ਰਾਮ ਰਾਏ ਜੀ ਦਾ, ਆਪ ਤੋਂ ਉੱਚੀ ਕੁਰਸੀ ਤਖ਼ਤ ਆਸਣ ਦਿੰਦਾ ਸੀ, ਔਰੰਗਜ਼ੇਬ ਆਪ ਨੀਵਾਂ ਬਹਿੰਦਾ ਸੀ। ਹਜ਼ਾਰਾਂ ਲੋਕ ਉਹਦੇ ਦਰਬਾਰੀ ਕੀ ਪਬਲਿਕ ਦੇ ਲੋਕ ਕੀ ਮੰਨੇ ਦੰਨੇ ਹਰ ਰੋਜ਼ ਦਰਬਾਰ 'ਚ ਹਾਜ਼ਰ ਹੁੰਦੇ ਸੀ। ਅਤੇ ਰਾਮ ਰਾਏ ਨੇ ਸੋਚਿਆ ਐਡਾ ਵੱਡਾ ਬਾਦਸ਼ਾਹ ਹਿੰਦੁਸਤਾਨ ਦਾ, 2200 ਕੋਹ 'ਚ ਇਹਦਾ ਰਾਜ, ਇਹ ਮੇਰਾ ਚੇਲਾ ਸੇਵਕ ਹੈ, ਥੋੜ੍ਹਾ ਇਹਦਾ ਮਾਣ ਰੱਖੀਏ। ਉਹਦਾ ਮਾਣ ਰੱਖਣ ਵਾਸਤੇ ਰਾਮ ਰਾਏ ਜੀ ਨੇ ਤੁਕ ਪਲਟ ਦਿੱਤੀ, ਗੁਰੂ ਨਾਨਕ ਦੀ ਬਾਣੀ ਦੀ ਤੁਕ ਪਲਟੀ। ਕੀ ਪਲਟੀ? ਆਉਂਦੇ ਨੇ ਗੁਰੂ ਨਾਨਕ ਨੇ ਇਹ ਗੱਲ ਨਹੀਂ ਆਖੀ ਜੀ, ਉਹਨਾਂ 'ਤੇ ਆਖਿਆ ਸੀ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਜਦੋਂ ਇਹ ਗੱਲ ਆਖੀ ਗੁਰੂ ਹਰਿ ਰਾਏ ਸਾਹਿਬ ਨੂੰ ਜਦੋਂ ਖਬਰ ਗਈ ਕੀਰਤਪੁਰ ਸਾਹਿਬ, ਉਸੇ ਟਾਈਮ ਆਖ ਦਿੱਤਾ ਵੀ ਸਾਡੇ ਮੱਥੇ ਨਹੀਂ ਲੱਗਣਾ, ਤੂੰ ਆਪਣੇ ਪੁੱਤਰ ਦਾ ਤਿਆਗ ਕਰ ਦਿੱਤਾ। ਉਹ ਆਂਹਦਾ ਜੀ ਕਿੱਧਰ ਜਾ? ਮਾਰੀ ਆਂਹਦੇ ਨੇ ਜਿੱਧਰ ਤੇਰਾ ਮੂੰਹ ਹੈ ਉੱਧਰ ਹੀ ਟੁਰ ਜਾ। ਰਾਮ ਰਾਏ ਦਾ ਮੂੰਹ ਦੇਹਰਾਦੂਨ ਵਾਲੇ ਪਾਸੇ ਸੀ, ਦੇਹਰਾਦੂਨ ਜਾ ਰਿਹਾ। ਔਰੰਗਜ਼ੇਬ ਨੇ ਸਾਰੀ ਰਿਆਸਤ ਰਾਮ ਰਾਏ ਦੇ ਨਾਂ ਲਵਾ ਦਿੱਤੀ ਵੀ ਗੁਰੂ ਘਰੋਂ ਵੀ ਇਹ ਬੇਮੁੱਖ ਹੋਇਆ ਮੇਰੇ ਪਿੱਛੇ। ਉਹਨੇ ਸਾਰੀ ਰਿਆਸਤ ਰਾਮ ਰਾਏ, ਤਾਂ ਉਹਦਾ ਨਾਂ ਸੀ ਡੇਰਾ ਰਾਮ ਰਾਏ, ਜਿਹੜਾ ਦੇਹਰਾਦੂਨ ਦਾ ਇਲਾਕਾ ਹੈ। ਇਹ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਸਪੁੱਤਰ ਰਾਮ ਰਾਏ ਜੀ ਦੇ ਨਾਂ ਸੀ, ਅਜੇ ਵੀ ਉਹਨਾਂ ਦਾ ਡੇਰਾ ਹੈ ਬੜਾ ਵੱਡਾ, ਇਹਦਾ ਨਾਂ ਸੀ ਡੇਰਾ ਰਾਮ ਰਾਏ। ਰਾਮ ਰਾਏ ਨੇ ਇੰਨੀਆਂ ਕਰਾਮਾਤਾਂ ਵਿਖਾਈਆਂ
ते गुरु हरिराय साहब आंदे ने जदों तेनू इन्नी करामात दित्ती गुरु नानक दे खजाने चों पे जो तुहाडी रसना तो गल निकलेगी पूरी हो जाएगी। तुसां उन्हां दीआं कबरां बलदियां विखा देनियां सी पर तुक नहीं सी पलटनी। इस गल तो महाराज जी गुरु घर तो बदखल कर दिता सी। यह गुरबाणी जिहड़ी धुरों आई अकाल पुरश वल्लों गल मैं जिहड़ी सुनानी है। औरंगजेब नूं पता लगा भई राम राय गुरु हरिराय साहब दे वड्डे पुत्तर ने उन्हां नूं महाराज ने गुरु गद्दी बख्शनी सी पर हुण उन्हां छोटे पुत्तर नूं गद्दी दे दित्ती है जिन्हां दी उम्र बिल्कुल छोटी है 6-7 साल दी। उन्हां दा नां हरकृष्ण है। औरंगजेब ने पुछया वजीरां नूं अहलकारां नूं गुरु के सिखां नूं दिल्ली भई राम राय जिहड़ा सी पुत्तर गुरु हरिराय साहब दा उहदे ते बड़ियां करामातां सी मेरा तो गुरु है जिहड़ा उन्हां दा छोटा भरा हरकृष्ण ने जिहनूं गुरु गद्दी मिली है उहदे च ते इहनां च की फर्क है। ते सिखां सेवकां वजीरां अहलकारां ने सारिआं आख्या जी गुरु हरिराय साहब अपने छोटे पुत्र नू गद्दी दित्ती है इहनां च ते उहनां च इह फर्क है। राम राय जी की करामात वेखीए राम राय जी दे बचन सुनीए ते मन नू शांति आउंदी है पर गुरु हरकृष्ण साहब महाराज दे दर्शन कीते शांति आ जाती है। उहनां दे चेहरे ते इहो जिहा नूर है इहो जी आभा है इहो जी प्रसन्नता है इहो जिहा तेज इहो जिहा प्रभाव है गुरु नानक दी जोत है उहनां दे ते दर्शन कीते बंदा निहाल हो जांदा है। उहनां दे दर्शन कीतिआं पाप कट्टे जांदे ने उहनां ते गुंगे तो गीता दे अर्थ कराते ने पंजोखरे साहब अंबाले कोल। ਉਹ ਹੁਣ ਦਿੱਲੀ 'ਚ ਮਾਨ ਸਿੰਘ ਰਾਜਾ ਸਵਾਈ ਸੀ ਉਹਦੇ ਬੰਗਲੇ 'ਚ ਉਹਨਾਂ ਨੇ ਅੱਜ ਕੱਲ੍ਹ ਡੇਰਾ ਲਾਇਆ ਹੈ। ਉਹਨੇ ਬੇਨਤੀ ਕਰਕੇ ਆਪਣੇ ਘਰ ਲਿਆਂਦੇ ਨੇ ਤਾਂ ਇਹ ਬੰਗਲਾ ਸਾਹਿਬ ਗੁਰਦੁਆਰਾ ਇਹਦਾ ਨਾਂ ਸੀ। ਪਹਿਲਾਂ ਇਹ ਰਾਜੇ ਮਾਨ ਸਿੰਘ ਸਵਾਈ ਦੀ ਇਹ ਹਵੇਲੀ ਬੰਗਲਾ ਸੀ ਬੜਾ ਵੱਡਾ ਜਿੱਥੇ ਉਹ ਰਹਿੰਦਾ ਸੀ ਰਾਜਾ। ਉਹਨੇ ਗੁਰੂ ਨੂੰ ਮਹਾਰਾਜ ਦੇ ਨਾਂ ਲਵਾ ਦਿੱਤਾ ਸੀ ਉਹਦੇ ਘਰ ਵਾਲੀ ਉਹਨੂੰ ਗੁਰੂ ਮਹਾਰਾਜ ਜੀ ਮਾਂ ਆਖਿਆ ਸੀ। ਔਰੰਗਜ਼ੇਬ ਨੇ ਜਦੋਂ ਇਹ ਸਿਫਤ ਸੁਣੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਅੱਖ ਲੱਗਾ ਫਿਰ ਮੈਂ ਵੀ ਉਹਨਾਂ ਦੇ ਦਰਸ਼ਨ ਕਰ ਲਾਂ। ਇਹ ਤਾਂ ਅਰਦਾਸ ਵਿੱਚ ਵੀ ਬਾਅਦ 10ਵੇਂ ਮਹਾਰਾਜ ਲਿਖਿਆ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਸ੍ਰੀ ਹਰਕ੍ਰਿਸ਼ਨ ਦਾ ਧਿਆਨ ਕੀਤਿਆਂ ਉਹਨਾਂ ਦੇ ਦਰਸ਼ਨ ਕੀਤਿਆਂ ਬੰਦੇ ਦੇ ਸਾਰੇ ਦੁੱਖ ਤਕਲੀਫਾਂ ਪਾਪ ਕੱਟੇ ਜਾਂਦੇ। ਔਰੰਗਜ਼ੇਬ ਆਉਂਦਾ ਫਿਰ ਮੈਂ ਵੀ ਦਰਸ਼ਨ ਕਰਕੇ ਆਉਂਦਾ। ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਗਤਾਂ ਆਖਿਆ ਜੀ ਔਰੰਗਜ਼ੇਬ ਬਾਦਸ਼ਾਹ ਦਰਸ਼ਨ ਕਰਨੇ ਚਾਹੁੰਦਾ। ਗੁਰੂ ਮਹਾਰਾਜ ਜੀ ਆਉਂਦੇ ਨੇ ਅਸਾਂ ਨਾ ਉਹਨੂੰ ਦਰਸ਼ਨ ਦੇਣੇ ਨੇ ਨਾ ਕਰਨੇ ਨੇ। ਔਰੰਗਜ਼ੇਬ ਆਉਂਦਾ ਮੈਂ ਫੌਜ ਲਿਆ ਕੇ ਅਤੇ ਇੰਨੀ ਸੰਗਤ ਦੀ ਭੀੜ 'ਚੋਂ ਦਰਸ਼ਨ ਕਰ ਲਵਾਂਗਾ ਆਪਣੇ ਜ਼ੋਰ ਨਾਲ। ਪਰ ਸਾਰੀ ਦਿੱਲੀ ਚੇਚਕ ਰੋਗ ਸੀ ਭੀੜ ਲੱਗ ਗਈ ਸੀ ਇੰਨੀ ਲੰਮੀ ਕਤਾਰ ਸੀ ਇੱਕ ਟੁੱਟਦੀ ਸੀ ਦੂਜੀ ਵੱਜ ਜਾਂਦੀ ਸੀ ਮੀਲਾਂ ਲੰਮੀ। ਮਹਾਰਾਜ ਜੀ ਇੱਕ ਛਬੜੀ 'ਚ ਚਰਨ ਪਾਏ ਸੀ ਉੱਥੋਂ ਜਿਹੜਾ ਜਲ ਲੈ ਜਾਂਦਾ ਸੀ ਉਹਦਾ ਰੋਗ ਹਟ ਜਾਂਦਾ ਸੀ। ਇੰਨੀ ਭੀੜ ਦੇ ਵਿੱਚ ਔਰੰਗਜ਼ੇਬ ਆ ਕੇ ਦਰਸ਼ਨ ਕਰਨੇ ਚਾਹੇ ਪਰ ਉਹ ਦਰਸ਼ਨ ਕਰ ਨਹੀਂ ਸਕਿਆ। ਦੂਜੇ ਦਿਨ ਫਿਰ ਆਇਆ ਅੱਖ ਲੱਗਾ ਸਿਪਾਹੀਆਂ ਨੂੰ ਭਈ ਭੀੜ ਨੂੰ ਇੱਕ ਪਾਸੇ ਕਰੋ ਮੈਂ ਦਰਸ਼ਨ ਕਰ ਲਾਂ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਵਾਕ ਸੀ
ਇਹ ਸੰਤਾਂ ਦਾ ਦੁੱਖ ਹੀ ਹੈ। ਸਰਮੰਦ ਵਰਗੇ ਫਕੀਰਾਂ ਦਾ ਇਹਨੇ ਕਤਲ ਕਰਾਇਆ ਹੈ, ਅਸਾਂ ਇਹਨੂੰ ਦਰਸ਼ਨ ਨਹੀਂ ਦੇਣੇ। ਔਰੰਗਜ਼ੇਬ ਬੜਾ ਜ਼ੋਰ ਲਾ ਹਟਿਆ, ਜਦੋਂ ਨੇੜੇ ਗਿਆ ਤਾਂ ਧਰਤੀ 'ਚੋਂ ਦਰਾਰ ਪਾਟ ਗਈ, ਉਹਦੇ 'ਚ ਉਹਨੂੰ ਬੜਾ ਭੈ ਲੱਗਾ, ਡਰ ਪਟਕ ਕੇ ਡਿੱਗਾ, ਗਸ਼ ਪੈ ਗਿਆ। ਚੁੱਕ ਕੇ ਲੈ ਗਏ ਸਿਪਾਹੀ, ਦਰਸ਼ਨ ਨਹੀਂ ਕਰ ਸਕਿਆ। ਗੁਰੂ ਮਹਾਰਾਜ ਦਾ ਵਾਕ ਅਟਲ ਰਿਹਾ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤਿਆਂ ਹੀ ਪਾਪ ਕੱਟੇ ਜਾਂਦੇ ਨੇ, ਸ਼ਾਂਤੀ ਆ ਜਾਂਦੀ ਹੈ। ਇਹ ਔਰੰਗਜ਼ੇਬ ਨੇ ਪੁੱਛਿਆ ਸੀ ਭਈ ਰਾਮ ਰਾਏ 'ਚ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚ ਕੀ ਫਰਕ ਹੈ। ਉਹਨਾਂ ਆਖਿਆ ਜੀ ਆਹ ਫਰਕ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਛੋਟੀ ਉਮਰ 'ਚ ਦਿੱਲੀ ਗਏ ਸੀ, ਭਈ ਉਹਨਾਂ ਦੇ ਦਰਸ਼ਨ ਕੀਤਿਆਂ ਸ਼ਾਂਤੀ ਆਉਂਦੀ ਹੈ, ਉਹਨਾਂ ਦੇ ਬਚਨ ਸੁਣਿਆ ਸ਼ਾਂਤੀ ਆਉਂਦੀ ਹੈ, ਤਾਂ ਉਹਨੇ ਦਰਸ਼ਨ ਦੀ ਇੱਛਾ ਜ਼ਾਹਰ ਕੀਤੀ, ਪਰ ਕਰ ਨਹੀਂ ਸਕਿਆ, ਮਹਾਰਾਜ ਨੂੰ ਇਹ ਮਨਜ਼ੂਰ ਨਾ ਹੋਇਆ। ਮੈਂ ਗੱਲ ਇਹ ਪਿਆ ਸੁਣਾਉਂਦਾ ਸੀ, ਉਹ ਤਾਂ ਬੜੇ ਵੱਡੇ ਮਹਾਨ ਗੁਰੂ ਨੇ, ਜਿਹੜਾ ਇਹ ਬਾਣੀ ਸੁਣ ਕੇ ਮੰਨ ਲੈਂਦਾ ਉਹ ਗੁਰਮੁਖ ਹੋ ਜਾਂਦਾ, ਅਤੇ ਗੁਰਮੁਖ ਜਿਹੜੇ ਨੇ ਉਹ ਕਰੋੜਾਂ ਦਾ ਉਧਾਰ ਕਰ ਦਿੰਦੇ ਨੇ। ਉਹਨਾਂ ਦੇ ਦਰਸ਼ਨ ਕੀਤਿਆਂ ਵੀ ਸ਼ਾਂਤੀ, ਬਚਨ ਸੁਣਿਆ ਵੀ ਸ਼ਾਂਤੀ, ਬੜੀ ਉੱਚੀ ਮੰਜ਼ਿਲ ਦੇ ਉਹ ਵਸਨੀਕ ਹੁੰਦੇ ਨੇ। ਸੋ ਮਹਾਰਾਜ ਜੀ ਇਸ ਗਾਵੇ ਵਾਲੀ ਪੌੜੀ ਵਿੱਚ ਆਖਿਆ ਹੋਰ ਕੇਤੇ ਗਾਵਣ ਸੇ ਮੈਂ ਚੇਤਨ ਆਵਣ, ਨਾਨਕ ਕਿਆ ਵਿਚਾਰੇ, ਭਈ ਹੋਰ ਕਈ ਤੈਨੂੰ ਗਾ ਰਹੇ ਨੇ ਅਜੇ ਮੈਨੂੰ ਚੇਤਾ ਨਹੀਂ ਆ ਰਿਹਾ। ਬੇਅੰਤ ਲੋਕ ਨੇ, ਬੇਅੰਤ ਸ੍ਰਿਸ਼ਟੀ, ਬੇਅੰਤ ਦੇਵੀਆਂ ਦੇਵਤੇ, ਮਨੁੱਖ, ਕਿੰਨਰ, ਗੰਧਰਵ, ਹੇਠਲੇ ਉਤਲੇ ਸਾਰੀ ਸ੍ਰਿਸ਼ਟੀ ਦੇ ਜੀਵ ਤੈਨੂੰ ਗਾ ਰਹੇ ਨੇ, ਤੇਰੀ ਰਚੀ ਹੋਈ ਏਡੀ ਸ੍ਰਿਸ਼ਟੀ ਇਹ ਕਾਇਨਾਤ ਸਾਰੀ, ਉਹਦਾ ਕੋਈ ਅੰਤ ਨਹੀਂ ਹੈ, ਉਹ ਵੀ ਗਾ ਰਹੇ ਨੇ। ਪਰ ਮਹਾਰਾਜ ਜੀ ਇਹਦੇ 'ਚ ਇੱਕ ਕਟਾਕਸ਼ ਰੱਖਿਆ ਹੈ, ਉਹ ਕੀ ਭਈ ਉਹਨਾਂ ਦਾ ਗਾਉਣਾ ਮਨਜ਼ੂਰ ਹੈ ਜਿਹੜੇ ਤੇਰੇ ਪ੍ਰੇਮ ਵਿੱਚ, ਤੇਰੇ ਰਸ ਵਿੱਚ ਰਸੇ ਹੋਏ ਨੇ। ਉਹ ਕੌਣ ਨੇ? ਸਹੀ ਤੁਧ ਨੂੰ ਗਾਵਣ ਜੋ ਤੁਧ ਪਾਵਣ, ਰੱਤੇ ਤੇਰੇ ਭਗਤ ਰਸਾਲੇ। ਉਹ ਭਗਤ ਨੇ ਰਸਾਲ, ਰਸ ਲੈ ਕੇ ਗਾਉਣ ਵਾਲੇ ਗੁਰਮੁਖ ਜਿਹੜੇ ਕਬੂਲ ਹੋ ਗਏ ਨੇ, ਜਿਨ੍ਹਾਂ ਇਹ ਗੱਲ ਮੰਨ ਲਈ। ਸੋ ਮਹਾਰਾਜ ਜੀ ਗਾਉਣ ਵਾਲੇ ਤਾਂ ਬੇਅੰਤ ਦੱਸੇ, ਪਰ ਭਗਤਾਂ ਦਾ ਦਰਜਾ ਸਭ ਤੋਂ ਉੱਚਾ ਦੱਸਿਆ ਹੈ। ਉਸ ਭਗਤੀ ਨੂੰ ਹਿਰਦੇ 'ਚ ਜਿਹੜਾ ਧਾਰਨ ਕਰ ਲੈਂਦਾ ਹੈ, ਉਹ ਇਸ ਸੰਸਾਰ 'ਚ ਮਹਾਨ ਹੈ, ਧਨ ਹੈ। ਸੋਈ ਸੋਈ ਸਦਾ ਸੱਚ, ਜਿਹੜਾ ਪਰਮਾਤਮਾ ਸਦਾ ਹੀ ਹੈ, ਸੋਈ ਨਾ ਪਰਮਾਤਮਾ ਦਾ, ਉਹ ਸਦਾ ਹੀ ਸੱਚ ਹੈ। ਸਾਹਿਬ ਸਾਚਾ, ਸਭ ਦਾ ਉਹ ਮਾਲਕ ਹੈ, ਸਾਹਿਬ ਦਾ ਮਤਲਬ ਸਭ ਦਾ ਮਾਲਕ। ਸਾਚੀ ਨਾਈ, ਉਹਦੀ ਵਡਿਆਈ ਸਦਾ ਹੀ ਸੱਚੀ ਹੈ ਅਤੇ ਸਦਾ ਹੀ ਰਹਿਣ ਵਾਲਾ ਹੈ। ਹੁਣ ਵੀ ਹੈ, ਹੈਪੀ ਹੋਸੀ, ਹੁਣ ਵੀ ਹੈ, ਹਾਜ਼ਰਾ ਹਜ਼ੂਰ ਹੈ। ਜਾਏ ਨਾ ਜਾਸੀ, ਨਾ ਉਹ ਜਾਂਦਾ ਨਾ ਜਾਏਗਾ। ਰਚਨਾ ਜਿਹਨੇ ਸਾਰੀ ਰਚਨਾ ਲੀਲਾ ਰਚਾਈ ਹੈ, ਰੰਗੀ ਰੰਗੀ ਪਾਤੀ ਕਰ ਕਰ, ਕਈ ਰੰਗਾਂ ਦੀ ਕਈ ਤਰੀਕਿਆਂ ਨਾਲ, ਜਿਨਸੀ ਮਾਇਆ ਜਿਨ ਉਪਾਈ, ਜਿਹਦੀ ਇਹ ਮਾਇਆ ਰਚੀ ਹੋਈ ਹੈ ਉਹਨੇ ਕਈ ਰੰਗਾਂ ਰੂਪਾਂ ਦੀ, ਕਿਉਂ ਜਿਵੇਂ
ਇੱਕ ਅਸੀਂ ਕਿਸੇ ਦਰਖਤ ਦਾ ਨਾਂ ਲਈਏ, ਕਿਸੇ ਫਲ ਦਾ ਨਾਂ ਲਈਏ, ਆ ਅਨਾਰ ਹੈ, ਆ ਸੇਬ ਹੈ, ਆ ਅੰਬ ਅਨਾਰ ਹੈ, ਇੱਕ ਤਾਂ ਇਹਨਾਂ ਦੀ ਜਾਤੀ ਹੋਈ, ਅੱਗੋਂ ਫਿਰ ਇਹਨਾਂ ਦੀਆਂ ਕਈ ਕਿਸਮਾਂ ਨੇ, ਫਿਰ ਕਈ ਰੰਗਾਂ ਦੇ, ਮਤਲਬ ਇੱਕ ਜਾਤੀ ਦੀਆਂ ਵੀ ਕਈ ਕਿਸਮਾਂ ਨੇ। ਤਾਂ ਮਹਾਰਾਜ ਜੀ ਆਖਿਆ, ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਇਹਦਾ ਕੋਈ ਅੰਤ ਨਹੀਂ, ਕਿੰਨੇ ਕੁ ਰੰਗਾਂ ਰੂਪਾਂ ਦੀ ਤੂੰ ਪੈਦਾ ਕੀਤੀ ਹੋਈ ਹੈ। ਕਰ ਕਰ ਵੇਖੇ ਕੀਤਾ ਆਪਣਾ, ਆਪਣੇ ਕੀਤੇ ਨੂੰ ਵੇਖਦਾ ਹੈ ਅਤੇ ਖੁਸ਼ ਹੁੰਦਾ ਹੈ। ਸੋ ਸਾਰੀ ਕੁਦਰਤ ਅਤੇ ਚੌਦਾਂ ਆਸਣ ਜੂ ਹੋਇਆ, ਕਰ ਆਸਣ ਡਿੱਠੋ ਚਾਓ, ਸਾਰੀ ਕੁਦਰਤ ਵਿੱਚ ਆਸਣ ਲਾ ਕੇ ਪ੍ਰਭੂ ਬੜੇ ਚਾਅ ਨਾਲ, ਬੜੀ ਖੁਸ਼ੀ ਨਾਲ ਵੇਖ ਰਿਹਾ ਹੈ। ਵੇਂਦਾ ਵੀ ਹੈ, ਨਿਰਲੇਪ ਵੀ ਰਹਿੰਦਾ ਹੈ, ਪਾਲਣਾ ਵੀ ਕਰਦਾ ਹੈ। ਅਤੇ ਪਹਿਲਾਂ ਦੱਸ ਹੈ ਨੇ ਭਈ ਪਾਲਦਾ ਵੀ ਹੈ ਫਿਰ ਰਹਿੰਦਾ। ਨਾਨਕ ਵਿਕਸੇ ਬੇਪਰਵਾਹ, ਖੁਸ਼ ਰਹਿੰਦਾ, ਬੇਪਰਵਾਹ ਰਹਿੰਦਾ ਹੈ। ਕਿਉਂ? ਉਹਦੇ ਕੋਲ ਥੋੜ੍ਹ ਨਹੀਂ ਕਿਸੇ ਚੀਜ਼ ਦੀ। ਸਾਨੂੰ ਤਾਂ ਚਿੰਤਾ ਜੀਵਾਂ ਨੂੰ ਹੋ ਸਕਦੀ ਹੈ ਕਿਸੇ ਗੱਲੋਂ, ਕਿਉਂ ਹੁੰਦੀ ਹੈ? ਕਿਸੇ ਚੀਜ਼ ਦੀ ਘਾਟ ਮਹਿਸੂਸ ਹੋ ਜਾਏ। ਪ੍ਰਭੂ ਪਰਮਾਤਮਾ ਸਦਾ ਹੀ ਬੇਪਰਵਾਹ ਹੈ, ਸਭ ਕੁਝ ਕਰਦਾ ਕਰਾਉਂਦਾ, ਫਿਰ ਵੀ ਆਨੰਦਿਤ ਹੈ, ਨਿਰਲੇਪ ਹੈ ਅਤੇ ਬੇਪਰਵਾਹ ਹੈ। ਇਸੇ ਗੱਲੋਂ ਗੁਰੂ ਸਾਹਿਬ ਆਉਂਦੇ ਨੇ, ਉਹ ਪ੍ਰਭੂ ਪਰਮਾਤਮਾ ਜਿਹੜਾ ਹੈ ਨਾ, ਉਹ ਆਪਣੇ ਬਣਾਏ ਹੋਏ ਨੂੰ ਬੜਾ ਵੇਖ ਰਿਹਾ ਚਾਅ ਨਾਲ। ਕਰ ਕਰ ਵੇਖੇ ਕੀਤਾ ਆਪਣਾ, ਆਪਣੇ ਕੀਤੇ ਨੂੰ ਵੇਂਹਦਾ, ਸੰਭਾਲਦਾ। ਜਿਵ ਤਿਸ ਦੀ ਵਡਿਆਈ, ਜਿਵੇਂ ਵੀ ਉਹਦੀ ਵੱਡੀ ਵਡਿਆਈ ਹੋਵੇ, ਹਰ ਜੀ ਆਪਣੀ ਵਡਿਆਈ ਭਾਵਦੀ, ਭਗਤਾਂ ਕਾ ਜੈਕਾਰ ਕਰਾਏ। ਭਗਤ ਜਿਹੜੇ ਨੇ ਉਹਨਾਂ ਦਾ ਸਭ ਤੋਂ ਉੱਚਾ ਦਰਜਾ ਹੈ। ਵੈਸੇ ਤਾਂ ਦਾਤਾ, ਸੂਰਮਾ, ਭਗਤ ਤਿੰਨਾਂ ਦੀ ਬੜੀ ਵਡਿਆਈ ਕੀਤੀ ਹੈ। ਸੂਰਾ ਸੋ ਪਹਿਚਾਨੀਏ ਲਰੇ ਦੀਨ ਕੇ ਹੇਤ। ਸੂਰਾ ਉਹ ਜਿਹੜਾ ਧਰਮ ਵਾਸਤੇ ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ, ਰੱਤੀ ਰੱਤੀ ਕੱਟਿਆ ਜਾਏ ਮੈਦਾਨ ਨਾ ਛੱਡੇ, ਉਹ ਸੂਰਮਾ ਹੈ, ਉਹਦਾ ਵੀ ਬੜਾ ਮਾਣ ਤਾਣ ਹੈ। ਦਾਤਾ ਉਹ ਹੈ ਜਿਹੜਾ ਆਪਣੇ ਪ੍ਰਾਣ ਵੀ ਦਾਨ ਕਰਦਾ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰੀ ਗੰਗਾ ਕਾ ਨੀਰ। ਆਪਣੇ ਪ੍ਰਾਣਾਂ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਵੀ ਦਾਨ ਕਰ ਦਿੱਤਾ ਧਰਮ ਵਾਸਤੇ, ਪ੍ਰਾਣ ਦਾਨ ਦੇ ਦਿੱਤੇ। ਸੋ ਦਾਤਾ ਉਹ ਹੁੰਦਾ ਹੈ ਸਭ ਤੋਂ ਵੱਡਾ ਜਿਹੜਾ ਆਪਣੇ ਪ੍ਰਾਣ ਤੱਕ ਦਾਨ ਦੇਦਾ। ਸੂਰਮਾ ਉਹ ਹੁੰਦਾ ਹੈ ਆਪ ਧਰਮ ਵਾਸਤੇ ਪੁਰਜਾ ਪੁਰਜਾ ਕੱਟ ਕੇ ਮਰੇ, ਕੰਡ ਨਾ ਵਿਖਾਏ, ਉਹਦੀ ਵੀ ਬੜੀ ਸੋਭਾ ਹੈ। ਪਰ ਸਭ ਤੋਂ ਵੱਡਾ ਦਾਤਾ ਅਤੇ ਸੂਰਮਾ ਕੌਣ ਹੈ? ਜਿਹੜਾ ਭਗਤ ਹੈ, ਭਗਤ ਨੂੰ ਸਭ ਤੋਂ ਵੱਡਾ ਸੂਰਮਾ ਦੱਸਿਆ ਹੈ। ਜਾ ਕੋ ਹਰ ਰੰਗ ਲਾਗੋ, ਇਸ ਯੁੱਗ ਮੇ ਸੋ ਕਹੀ ਅਤੈ ਸੂਰਾ। ਇਸ ਕਲਯੁੱਗ ਜਿਹਨੂੰ ਨਾਮ ਦੀ ਰੰਗਤ ਚੜ੍ਹ ਗਈ, ਨਾਮ ਦਾ ਰੰਗ ਜਿਹਨੂੰ ਚੜ੍ਹ ਗਿਆ, ਭਗਤੀ ਦਾ ਰੰਗ ਚੜ੍ਹ ਗਿਆ, ਮਹਾਰਾਜ ਜੀ ਕਹਿੰਦੇ ਨੂੰ ਅਸਲ ਸੂਰਮਾ ਹੈ। ਆਤਮ ਜਿਹਨੇ ਆਪਣੇ ਆਪ ਨੂੰ ਜਿੱਤ ਲਿਆ ਹੈ, ਸਗਲ ਵਸਤਾਕ ਹੈ, ਉਹਦੇ ਅਧੀਨ ਹੈ ਸਭ ਕੁਝ। ਜਾ ਕਾ ਸਤਿਗੁਰ ਪੂਰਾ, ਪਰ ਪੂਰਾ ਗੁਰੂ ਹੋਵੇ ਤਾਂ ਇਹ ਮੰਜ਼ਿਲ ਤੈਅ ਹੁੰਦੀ ਹੈ। ਮਨਮੁੱਖ ਭਗਤ ਕਰੇ ਬਿਨ ਸਤਿਗੁਰ ਭਗਤ ਨਾ ਹੋਏ। ਪੂਰੇ ਗੁਰੂ ਦੀ ਰਹਿਮਤ ਨਾਲ ਇਹ ਪੈਂਡਾ ਮੁੱਕਦਾ ਹੈ ਮੰਜ਼ਲੇ ਮਕਸੂਦ 'ਤੇ। ਬੰਦਾ ਤਾਂ ਅੱਪੜਦਾ ਹੈ, ਭਗਤ ਸੰਤ ਜਗਿਆਸੂ ਸਿੱਖ ਗੁਰਮੁਖ ਉਦੋਂ ਬਣਦਾ ਹੈ, ਉਦੋਂ ਪਹੁੰਚਦਾ ਹੈ। ਉਹਦੀ ਵਡਿਆਈ ਸਭ ਤੋਂ ਵੱਡੀ ਹੈ ਭਗਤ ਦੀ। ਭਗਤ ਹੀ ਅਸਲ ਸੂਰਮਾ ਹੈ, ਭਗਤ ਹੀ ਅਸਲ ਦਾਤਾ ਹੈ। ਪਰ ਦਾਤਾ ਅਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ, ਪੜ੍ਹਦੇ ਨੇ, ਤਿੰਨੇ ਦਰਜੇ ਬੜੇ ਉੱਚੇ ਸੁੱਚੇ ਨੇ।
ਪਰ ਸਭ ਤੋਂ ਉੱਚਾ ਸੁੱਚਾ ਦਰਜਾ ਸਭ ਤੋਂ ਭਗਤਾਂ ਦਾ ਹੈ। ਗੁਰੂ ਸਾਹਿਬ ਵੀ ਦੋ ਨਿਸ਼ਾਨ ਸਾਹਿਬ ਲਏ ਨੇ, ਇੱਕ ਮੀਰੀ ਦਾ ਇੱਕ ਪੀਰੀ ਦਾ। ਪੀਰੀ ਦਾ ਨਿਸ਼ਾਨ ਸਾਹਿਬ ਉੱਚਾ ਹੈ, ਭਗਤੀ ਦਾ ਨਿਸ਼ਾਨ ਸਾਹਿਬ ਉੱਚਾ ਹੈ, ਕਿਉਂ ਭਗਤੀ ਦੀ ਰਾਖੀ ਕਰਦੀ ਹੈ ਜਿਹੜੀ ਮੀਰੀ ਹੈ, ਸ਼ਕਤੀ ਜਿਹੜੀ ਹੈ, ਤਾਕਤ ਜਿਹੜੀ ਹੈ, ਇਹ ਪੀਰੀ ਦੀ ਰਾਖੀ ਕਰਦੀ ਹੈ। ਭਗਤੀ ਦੀ ਰਾਖੀ ਕਰਦੀ, ਭਗਤਾਂ ਦੀ ਰਾਖੀ ਕਰਦੀ ਇਹ ਸ਼ਕਤੀ ਜਿਹੜੀ ਤਲਵਾਰ ਹੈ। ਸ਼ਬਦ ਅਤੇ ਸੁਰਤ ਦੀ ਰਾਖੀ ਕੌਣ ਕਰਦੀ ਹੈ? ਸ਼ਕਤੀ ਤਲਵਾਰ ਦਸਵੇਂ ਮਹਾਰਾਜ ਜੀ ਵੀ ਚੁੱਕ ਲਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੋ ਤਲਵਾਰਾਂ ਪਾਈਆਂ, ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਮੀਰੀ ਅਤੇ ਪੀਰੀ ਦੀਆਂ ਦੋ। ਪਰ ਪੀਰੀ ਜਿਹੜੀ ਹੈ ਉੱਚੀ ਰੱਖੀ, ਪੀਰ ਜਿਹੜੇ ਨੇ ਭਗਤ ਜਿਹੜੇ ਨੇ ਸਿਮਰਨ ਵਾਲੇ ਭਗਤੀ ਵਾਲੇ, ਇਹ ਸਭ ਤੋਂ ਉੱਚੇ ਨੇ। ਇਹਨਾਂ ਦੀ ਰੱਖਿਆ ਵਾਸਤੇ ਪਰਮਾਤਮਾ ਵੀ ਆ ਜਾਂਦਾ ਹੈ ਧਰਤੀ 'ਤੇ। ਪਰਿਤ੍ਰੈਣਾਮ ਸਾਧੂ ਨਾ ਵਿਨਾਸ਼ਾ ਚਾ ਦੁਸ਼ਕ੍ਰਿਤਾਮ ਧਰਮ ਸੰਸਥਾਪਨਾ ਅਰਥਾ ਸੰਭਵਾਮੀ ਹੋ ਗਈ। ਉਹਨੇ ਆਖਿਆ ਸਾਧੂਆਂ ਦੀ ਰੱਖਿਆ ਵਾਸਤੇ, ਪਰਿਤ੍ਰੈਣਾਮ ਸਾਧੂ ਨਾਮ ਭਗਵਾਨ ਨੇ ਆਖਿਆ, ਦਸਵੇਂ ਮਹਾਰਾਜ ਜੀ ਵੀ ਆਖਿਆ, ਜਹਾਂ ਤਹਾਂ ਤੁਮ ਧਰਮ ਬਥਾਰੋ ਦੁਸ਼ਟ ਦੋਖੀਆਂ ਪਕੜ ਪਛਾਰੋ। ਦੁਸ਼ਟਾਂ ਦਾ ਖਾਤਮਾ ਕਰਨ ਵਾਸਤੇ, ਭਗਤਾਂ ਦੀ ਰੱਖਿਆ ਵਾਸਤੇ ਪ੍ਰਭੂ ਪਰਮਾਤਮਾ ਵੀ ਤਲਵਾਰਾਂ ਪਹਿਨ ਲੈਂਦਾ ਹੈ, ਉਹ ਵੀ ਅਸਤਰ ਸ਼ਸਤਰ ਧਾਰਨ ਕਰ ਲੈਂਦਾ ਹੈ। ਸੋ ਭਗਤੀ ਜਿਹੜੀ ਹੈ ਇਹ ਸਭ ਤੋਂ ਉੱਚੀ ਹੈ, ਜਿਹਦੇ ਹਿਰਦੇ 'ਚ ਆ ਜਾਏ ਉਹ ਭਗਤ ਹੈ। ਭਗਤਾਂ ਦੀ ਬੱਝੀ ਪਰਮਾਤਮਾ ਵੀ ਨਹੀਂ ਛੁਡਾਉਂਦਾ, ਮੇਰੀ ਬਾਂਧੀ ਭਗਤ ਛੁਡਾਵੇ। ਜਿਹਨੂੰ ਭਗਤੀ ਦਾ ਰੰਗ ਚੜ੍ਹ ਗਿਆ ਉਹ ਸਭ ਤੋਂ ਉੱਚਾ ਹੈ। ਘਰ ਘਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜਿਵੇਂ ਵੀ ਵਡਿਆਈ ਹੁੰਦੀ ਹੈ ਪ੍ਰਭੂ ਦੀ, ਉਸ ਤਰ੍ਹਾਂ ਹੀ ਇਹ ਸੰਸਾਰ ਦੇ ਵਿੱਚ ਉਹ ਕੰਮ ਕਰ ਰਿਹਾ ਹੈ ਆਪਣੀ ਵਡਿਆਈ ਜ਼ਾਹਰ ਕਰਨ ਵਾਸਤੇ, ਆਪਣੇ ਆਪ ਨੂੰ ਜ਼ਾਹਰ ਕਰਨ ਵਾਸਤੇ। ਕਿਉਂ? ਉਹਨੂੰ ਲੋੜ ਨਹੀਂ, ਪਰ ਲੋੜ ਸਾਨੂੰ ਹੈ। ਸਾਡੇ ਭਲੇ ਵਾਸਤੇ ਹੀ ਉਹ ਜ਼ਾਹਰ ਹੁੰਦਾ ਹੈ ਆਪਣੀ ਸ਼ਕਤੀ ਕਰਕੇ, ਆਪਣੇ ਕਰਨਿਆਂ ਕੰਮਾਂ ਕਰਕੇ। ਗੁਰਬਾਣੀ 'ਤੇ ਲਿਖਿਆ, ਹਰ ਜੀ ਆਪਣੀ ਵਡਿਆਈ ਭਾਵਦੀ। ਹਰੀ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ। ਭਗਤਾਂ ਕਾ ਜੈਕਾਰ ਕਰਾਈ, ਜਿਹੜੇ ਭਗਤ ਨੇ ਭਗਤੀ ਆ ਉਹਨਾਂ ਦੀ ਵੀ ਜੈ ਜੈਕਾਰ ਹੁੰਦੀ ਹੈ। ਜੋ ਤਿਸ ਭਾਵੈ ਸੋਈ ਕਰ ਸੀ, ਜਿਵੇਂ ਉਹਨੂੰ ਫਿਰ ਪਾਉਂਦਾ ਹੈ ਉਵੇਂ ਕਰਦਾ ਹੈ। ਦੂਜੇ ਤੋਂ ਥੋੜ੍ਹਾ ਸਲਾਹ ਪੁੱਛੇਗਾ ਵੀ ਉਹ ਪੁੱਛਣਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਹੁਕਮ ਨਾ ਕਰਨਾ ਜਾਈ, ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ। ਉਹ ਹੁਕਮੀ ਜਿਹੜਾ ਹੈ ਉਹਦਾ ਹੁਕਮ ਸਭ 'ਤੇ ਚੱਲਦਾ, ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ। ਸੋ ਪਾਤ ਸਾਹੋ ਸਾਹਾ, ਪਾਤ ਸਾਹਿਬ ਉਹ ਸ਼ਾਨ ਦਾ ਸ਼ਾਹ, ਪਾਤਸ਼ਾਹ ਦਾ ਪਾਤਸ਼ਾਹ ਹੈ, ਨਾਨਕ ਰਹਿਣ ਰਜਾਈ। ਗੁਰੂ ਨਾਨਕ ਸਾਹਿਬ ਨੇ ਉਹਦੀ ਰਜਾਈ ਚੱਲੋ, ਗੁਰੂ ਮਹਾਰਾਜ ਮੈਂ ਤਾਂ ਉਹਦੀ ਰਜਾਈ ਚੱਲਣਾ ਵਾਂ, ਪਰ ਆਪਣੇ ਦੁਆਰਾ ਸਭ ਦੇ ਭਲੇ ਵਾਸਤੇ ਰਾਹ ਦੱਸਿਆ ਹੈ, ਨਾਨਕ ਰਹਿਣ ਰਜਾਈ। ਉਹਦੀ ਰਜਾ 'ਚ ਚੱਲੋ, ਆਗਿਆ 'ਚ ਚੱਲੋ, ਤੁਹਾਡੀ ਮੈਂ ਮਰ ਜਾਏਗੀ, ਹਉਮੈ ਖਤਮ ਹੋ ਜਾਏਗੀ। ਆਪਣੀ ਮਰਜ਼ੀ ਉਹਦੀ ਮਰਜ਼ੀ ਤਾਂ ਛੱਡ ਦਿਓ। ਅਤੇ ਜਿਵੇਂ ਛੋਟੀ ਜਿਹੀ ਤਾਰਾ ਵੱਡੇ ਦਰਿਆ ਸਮੁੰਦਰ ਨਾਲ ਮਿਲ ਕੇ ਆਪਣਾ ਆਪ ਉਹਦਾ ਗਵਾਚ ਜਾਂਦਾ, ਉਹਦਾ ਹੀ ਰੂਪ ਹੋ ਜਾਂਦੀ। ਇਸ ਤਰ੍ਹਾਂ ਆਪਣੀ ਮੈਂ ਮੇਰੀ ਛੱਡਦਾ ਜੀਵ, ਅਤੇ ਪ੍ਰਭੂ ਪਰਮਾਤਮਾ ਦਾ ਰੂਪ ਹੋ ਜਾਂਦਾ। ਇਹ ਗੁਰੂ ਸਾਹਿਬ ਵਾਰ ਵਾਰ ਕਦੀ ਗਾਵੇ, ਕਦੀ ਸੁਣੇ, ਕਦੀ ਮੰਨੇ, ਵਾਰ ਵਾਰ ਸਿਮਰਨ ਦਾ, ਭਗਤੀ ਦਾ, ਹੁਕਮ ਦਾ ਰਾਹ ਦੱਸਦੇ ਨੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਅਤੇ ਪ੍ਰਸ਼ਨ ਕੀਤਾ ਹੈ ਸਿੱਧਾਂ ਨੇ,
ਗੁਰੂ ਮਹਾਰਾਜ 'ਤੇ ਪ੍ਰਸ਼ਨ ਹੋਇਆ ਹੈ ਅਤੇ ਇਸ ਤੋਂ ਇਲਾਵਾ ਜਿਹੜੇ ਹੋਰ ਸਾਧਨ ਨੇ ਉਹ ਨਿਸਫਲ ਨੇ। ਗੁਰੂ ਮਹਾਰਾਜ ਜੀ ਬੜੇ ਸੁਚੱਜੇ ਢੰਗ ਨਾਲ ਉਹਨਾਂ ਨੂੰ ਨਿਰੁੱਤਰ ਕੀਤਾ ਹੈ। ਉਹਨਾਂ ਦੇ ਜਿਹੜੇ ਚਿੰਨ੍ਹ ਨੇ, ਉਹਨਾਂ ਦੇ ਧਰਮ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਉਹਨਾਂ ਦੁਆਰਾ ਹੀ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਇਹਨੂੰ ਆਉਂਦੇ ਨੇ ਸ਼ਲੇਖ। ਇੱਕ ਸ਼ਬਦ ਦੇ ਦੋ ਅਰਥ ਲੈਣੇ, ਆਪਣਾ ਵੀ ਮਤ ਦੱਸਣਾ ਅਤੇ ਅਗਲੇ ਦਾ ਵੀ ਮਤ ਦੱਸਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਇਤਿਹਾਸ ਵਿੱਚ ਲਿਖਿਆ ਹੈ ਵੀ ਗੋਰਖ ਮਤ ਬੜਾ ਸਿਖਰ 'ਤੇ ਸੀ, ਜਿਹਨੂੰ ਅਸੀਂ ਨਾਥ ਆਉਂਦੇ ਹਾਂ। ਗੋਰਖ ਨੂੰ ਨਾਥ ਆਉਂਦੇ ਨੇ, ਉਹ ਵੱਡਾ ਸੀ ਇਹਨਾਂ ਦਾ ਗੁਰੂ। ਉਹਦੇ ਚੇਲੇ 84 ਦੇ 84 ਲਿਖੇ ਨੇ, 84 ਸਿੱਧ। ਉਹਨਾਂ ਨਾਲ ਗੁਰੂ ਮਹਾਰਾਜ ਦੀ ਗੋਸ਼ਟ ਹੋਈ ਹੈ। ਉਸ ਬਾਣੀ ਦਾ ਨਾਂ ਹੀ ਸਿੱਧ ਗੋਸ਼ਟ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਸ ਬਾਣੀ ਦਾ ਨਾਂ ਹੈ ਸਿੱਧ ਗੋਸ਼ਟ, ਭਾਈ ਸਿੱਧਾਂ ਦੇ ਨਾਲ ਗੋਸ਼ਟੀ ਹੋਈ, ਵਿਚਾਰ ਹੋਈ, ਉੱਤਰ ਪ੍ਰਸ਼ਨ ਹੋਏ, ਸਵਾਲ ਜਵਾਬ ਚੱਲੇ ਅਤੇ ਗੁਰੂ ਮਹਾਰਾਜ ਜੀ ਉਹਨਾਂ ਨੂੰ ਅਧੂਰੇ ਦੱਸਿਆ, ਉਹਨਾਂ ਦਾ ਸਾਧਨ ਜਿਹੜਾ ਉਹ ਵੀ ਅਧੂਰਾ ਦੱਸਿਆ। ਉਹਨਾਂ ਦੇ ਗੁਰੂ ਦਾ ਜਿਹੜਾ ਮਤ ਹੈ ਉਹ ਵੀ ਮਹਾਰਾਜ ਜੀ ਨੇ ਅਧੂਰਾ ਦੱਸਿਆ ਹੈ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ 'ਚ ਲਿਖਿਆ ਹੈ, ਭਾਈ ਗੁਰਦਾਸ ਦੀਆਂ ਵਾਰਾਂ ਨੇ ਜਿਹੜੀਆਂ ਕੁੰਜੀ ਦਾ ਖਿਤਾਬ ਮਿਲਿਆ ਹੈ, ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਆਖਿਆ ਭਾਂਡਾ ਧੋ ਨਾ ਜਾਣਦੀ ਤੇਰੀ ਮਾਂ ਕੁਚੱਜੀ ਆਈ। ਵੀ ਕੋਈ ਕੁਚੱਜੀ ਹੋਵੇ ਨਾ ਘਰ ਦੀ ਸਵਾਣੀ ਮਾਂ, ਅਤੇ ਉਹ ਚਾਟੀ ਨਾ ਚੰਗੀ ਤਰ੍ਹਾਂ ਧੋਏ ਬਣਾਏ, ਵਿੱਚ ਓਂਕਾਰ ਆਵੇ ਅਤੇ ਉਹਦੀ ਦੁੱਧ ਖਰਾਬ ਹੋ ਜਾਂਦਾ। ਮਾਰੇ ਜਾਂਦੇ ਤੁਹਾਡੇ ਗੁਰੂ ਨੇ, ਤੁਹਾਡੀ ਮਾਂ ਨੇ ਤੁਹਾਡੇ ਹਿਰਦੇ ਰੂਪੀ, ਮਨ ਰੂਪੀ, ਬੁੱਧੀ ਰੂਪੀ ਭਾਂਡਾ ਧੋਤਾ ਨਹੀਂ ਚੰਗੀ ਤਰ੍ਹਾਂ। ਤੁਸੀਂ ਸੰਸਾਰ ਨੂੰ ਛੱਡ ਕੇ ਅਤੀਤ ਹੋ ਗਏ, ਜੰਗਲਾਂ 'ਚ ਰਹਿੰਦੇ, ਹੱਠ ਯੋਗ ਸਾਧਦੇ ਹੋ, ਨੰਗੇ ਭੁੱਖੇ ਰਹਿੰਦੇ ਹੋ, ਸਿੱਧੀਆਂ ਪ੍ਰਾਪਤ ਕਰਦੇ ਹੋ, ਲੋਕਾਂ 'ਚ ਮਾਣ ਪ੍ਰਾਪਤ ਕਰਨ ਵਾਸਤੇ, ਵਾਹ 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 ਖੱਟਣ ਵਾਸਤੇ, ਪਰ ਇਹ ਰਿੱਧਾਂ ਸਿੱਧਾਂ ਜਿਹੜੀਆਂ ਨੇ ਇਹਦੀ ਹਉਮੈ 'ਚ ਤੁਸੀਂ ਪੂਰੀ ਮੰਜ਼ਿਲ 'ਤੇ ਨਹੀਂ ਅੱਪੜਦੇ। ਆਤਮ ਪਤ 'ਤੇ ਨਹੀਂ ਤੁਸੀਂ ਪਹੁੰਚ ਸਕਦੇ। ਅਤੇ ਗੁਰੂ ਸਾਹਿਬ ਦੱਸ ਵੀ ਦਿੱਤਾ ਆਪਣੀ ਬਾਣੀ 'ਚ, ਰਿੱਧ ਸਿੱਧ ਅਵਰਾ ਸਾਧ, ਦੱਸਣਗੇ ਅੱਗੇ ਰਿੱਧ ਸਿੱਧ ਨਾਮੇ ਕੀ ਦਾਸੀ। ਇਹ ਰਿੱਧੀਆਂ ਸਿੱਧੀਆਂ ਵੀ ਨਾਮ ਦੀਆਂ ਦਾਸੀਆਂ ਨੇ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ, ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ, ਭਾਓ ਮਤ ਦੇਖ ਭੂਲਾ ਵਿਸਰੇ, ਤੇਰਾ ਚੇਤਨਾ ਆਵੇ ਨਾ ਹੋ। ਸ੍ਰੀ ਰਾਗ ਹੀ ਦੱਸਿਆ, ਮੈਂ ਸਿੱਧ ਹੋ ਜਾਂ, ਬੜੀਆਂ ਰਿੱਧੀਆਂ ਸਿੱਧੀਆਂ ਹੋਣ, ਲੋਕ ਮੇਰਾ ਸਿੱਕਾ ਲੋਹਿਆ ਮੰਨਣ, ਮੇਰੇ ਤੋਂ ਡਰਨ, ਮੇਰਾ ਬੜਾ ਮਾਣ ਤ੍ਰਾਣ ਕਰਨ। ਪਰ ਮਹਾਰਾਜ ਆਂਦੇ ਨੇ ਜਿਹੜਾ ਇਹਨਾਂ 'ਚ ਹੀ ਪਰਚ ਜਾਏ ਉਹ ਨਾਮ ਤੋਂ ਖਾਲੀ ਰਹਿ ਜਾਂਦਾ, ਭਗਤੀ ਤੋਂ ਖਾਲੀ ਰਹਿ ਜਾਂਦਾ, ਅਸਲ ਮੰਜ਼ਿਲ ਤੋਂ ਰਹਿ ਜਾ ਅਧੂਰਾ। ਸੋ ਮਹਾਰਾਜ ਜੀ ਨੇ ਉਹਨਾਂ ਦੇ ਇਸ ਮਤ ਨੂੰ ਅਧੂਰਾ ਦੱਸਿਆ। ਬਹਿਸ ਹੋਈ ਬੜੀ ਭਾਰੀ ਨਾਨਕ ਮੱਤੇ, ਉਹਨੂੰ ਉਸ ਜਗ੍ਹਾ ਦਾ ਨਾਂ ਸੀ ਗੋਰਖ ਮੱਤਾ, ਅਤੇ ਬੜੀ ਬਹਿਸ ਹੋਈ, ਗੋਸ਼ਟ ਹੋਈ, ਅਤੇ ਉਹ ਹਾਰ ਗਏ ਸਿੱਧ ਨਾਥ। ਫਿਰ ਉੱਥੋਂ ਆਵਾਜ਼ ਆਈ ਨਾਨਕ ਮੱਤਾ, ਜਿਹਦਾ ਨਾਂ ਗੋਰਖ ਮੱਤਾ ਸੀ, ਗੁਰੂ ਮਹਾਰਾਜ ਦਾ ਨਾਂ ਉੱਥੇ ਪ੍ਰਚਲਿਤ ਹੋਇਆ ਨਾਨਕ ਮੱਤਾ। ਗੋਰਖ ਮੱਤ ਜਿਹੜਾ ਨਹੀਂ, ਨਾਨਕ ਮੱਤ, ਨਾਨਕ ਦਾ ਮਤ ਠੀਕ ਹੈ ਕਲਯੁਗ ਵਿੱਚ,
ਗੁਰੂ ਮਹਾਰਾਜ ਜੀ ਦਾ ਮਤ ਹੈ ਨਾਮ ਮਤ, ਸਿਮਰਨ ਮਤ, ਭਗਤੀ ਮਤ, ਸੇਵਾ ਮਤ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਸਭ ਦਾ ਭਲਾ ਕਰੋ। ਅਤੀਤ ਮਤ ਨਹੀਂ ਹੈ, ਭਾਵੇਂ ਗ੍ਰਿਸਤੀ ਹੋਵੇ ਭਾਵੇਂ ਅਤੀਤ ਹੋਵੇ, ਵੈਸੇ ਤਾਂ ਦੋਵਾਂ ਵਾਸਤੇ ਹੀ ਰਾਹ ਖੁੱਲ੍ਹੇ ਨੇ, ਭਾਵੇਂ ਕੋਈ ਪ੍ਰਵਿਰਤੀ ਮਾਰਗ ਵਿੱਚ, ਭਾਵੇਂ ਕੋਈ ਨਿਵਿਰਤੀ, ਪਰ ਅਸਲ ਗੁਰੂ ਘਰ ਜਿਹੜਾ ਹੈ ਪ੍ਰਵਿਰਤੀ ਮਾਰਗ ਹੈ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸੋ ਉਸ ਸਮੇਂ ਗੁਰਖ ਦਾ ਮਤ ਬੜਾ ਸਿਖਰ 'ਤੇ ਸੀ। ਉਹ ਆਉਂਦਾ ਸੀ ਘਰ ਛੱਡ ਕੇ ਜੰਗਲਾਂ ਨੂੰ ਜਾਓ, ਹੱਠ ਯੋਗ ਸਾਧੋ, ਨੰਗੇ ਭੁੱਖੇ ਰਹੋ, ਜੰਗਲਾਂ 'ਚ ਰਹੋ, ਜਤੀ ਸਤੀ ਰਹੋ, ਅਤੇ ਫਿਰ ਜਦੋਂ ਰਿੱਧੀਆਂ ਸਿੱਧੀਆਂ ਆ ਜਾਣ ਤਾਂ ਫਿਰ ਲੋਕ ਤੁਹਾਡਾ ਸਿੱਕਾ ਮੰਨਣਗੇ, ਬੜਾ ਤੁਹਾਨੂੰ ਮਾਣ ਪ੍ਰਾਪਤ ਹੋਵੇਗਾ। ਅਤੇ ਮਹਾਰਾਜ ਜੀ ਨੇ ਇਹਨੂੰ ਠੀਕ ਨਹੀਂ ਸਮਝਿਆ, ਸਿੱਧ ਛੁਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਵੀ ਸਿੱਧ ਤਾਂ ਛਪ ਗਏ ਪਰਬਤਾਂ 'ਚ ਡਰਦੇ, ਵੀ ਤੁਸੀਂ ਤਾਂ ਆਪਣਾ ਵੱਖਰੇ ਹੋ ਜਾਓ, ਦੁੱਧ ਤੋਂ ਮਲਾਈ ਲਾ ਲਈ ਅਤੇ ਬਾਕੀ ਤਾਂ ਲੱਸੀ ਰਹਿ ਜਾਈ। ਇਸ ਤਰ੍ਹਾਂ ਜਿਹੜੇ ਚੰਗੇ ਲੋਕ ਨੇ ਸੰਸਾਰ ਨੂੰ ਛੱਡ ਕੇ ਪਾਸੇ ਹੋ ਜਾਣ ਅਤੇ ਸੰਸਾਰ ਦਾ ਭਲਾ ਕੌਣ ਕਰੇ। ਤਾਂ ਮਾਰਿਆ ਹੈ ਗੁਰਮੁਖ ਕੋਟ ਉਧਾਰ ਦਾ ਦੇ ਨਾਵੈ ਏਕ ਕਣੀ, ਬ੍ਰਹਮ ਗਿਆਨੀ ਕਾ ਪਰ ਉਪਕਾਰ ਉਮਾਹ। ਬ੍ਰਹਮ ਗਿਆਨੀ ਦੇ ਅੰਦਰ ਪਰ ਉਪਕਾਰ ਕਰਨ ਦਾ ਉਮਾਹ ਹੁੰਦਾ ਹੈ, ਉਤਸ਼ਾਹ ਹੁੰਦਾ ਹੈ। ਅਤੇ ਨਾਮ ਨੂੰ ਵੀ ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਹੋ ਕੇ ਵੀ ਨਾਮ ਦਾ ਆਸਰਾ ਨਹੀਂ ਛੱਡਦਾ, ਨਾਮ ਨੂੰ ਸਭ ਤੋਂ ਉੱਚਾ ਦੱਸਿਆ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮੈਂ ਸਮਾਏ, ਪ੍ਰਭ ਕੇ ਸਿਮਰਨ ਨਾ ਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਸਿਮਰਨ ਨਾਲ ਜਮਾਂ ਦਾ ਭੈ ਮਿਟ ਜਾਂਦਾ, ਸਿਮਰਨ ਨਾਲ ਆਸਾ ਪੂਰੀਆਂ ਹੋ ਜਾਂਦੀਆਂ, ਸਿਮਰਨ ਨਾਲ ਰਿੱਧਾਂ ਸਿੱਧਾਂ ਪਿੱਛੇ ਲੱਗੀਆਂ ਫਿਰਦੀਆਂ ਨੇ। ਪ੍ਰਭੂ ਦੇ ਸਿਮਰਨ ਕਰਕੇ ਉਹ ਬੁੱਧੀ ਪ੍ਰਾਪਤ ਹੁੰਦੀ ਹੈ ਜਿਹੜੀ ਗਿਆਨ ਵਾਲੀ ਹੈ, ਆਤਮ ਬ੍ਰਹਮ ਗਿਆਨ ਵਾਲੀ ਹੈ, ਉਹ ਬੁੱਧੀ ਪ੍ਰਾਪਤ। ਸੋ ਸਿਮਰਨ ਹੀ ਸਭ ਤੋਂ ਉੱਤਮ ਹੈ ਕਲਯੁਗ ਵਿੱਚ। ਸੋ ਉਹਨਾਂ ਨੇ ਆਖਿਆ ਜੀ ਜਿਹੜੇ ਹੋਰ ਮਤ ਨੇ, ਜਿਵੇਂ ਗੋਰਖ ਦਾ ਮਤ ਹੈ, ਅਤੇ ਉਹਨਾਂ ਦੀ ਸਾਧਨਾ ਜਿਹੜੀ ਹੈ, ਉਹਨਾਂ ਦੇ ਸਾਧਨ ਜਿਹੜੇ ਨੇ, ਕਿ ਉਹਨਾਂ ਕਰਕੇ ਨਹੀਂ ਅਸੀਂ ਪਹੁੰਚ ਸਕਦੇ, ਉਹਨਾਂ ਕਰਕੇ ਨਹੀਂ ਜੀਵ ਦੀ ਕਲਿਆਣ ਹੋ ਸਕਦੀ। ਤਾਂ ਗੁਰੂ ਮਹਾਰਾਜ ਜੀ ਉਹਨਾਂ ਦੀਆਂ ਨਿਸ਼ਾਨੀਆਂ ਲੈ ਕੇ ਉਹਨਾਂ ਨੂੰ ਹੀ ਉਪਦੇਸ਼ ਦਿੱਤਾ ਹੈ। ਜਿਵੇਂ ਮੁਸਲਮਾਨਾਂ ਨੂੰ ਆਖਿਆ ਮੁਸਲਮਾਨ ਮੋਮ ਦਿਲ ਹੋਵੇ, ਮੁਸਲਮਾਨ ਉਹ ਜਿਹਦਾ ਦਿਲ ਮੋਮ ਹੋਏ, ਤੁਹਾਡਾ ਦਿਲ ਤਾਂ ਜ਼ਾਲਮ ਹੈ, ਦਇਆ ਨਹੀਂ ਤੁਹਾਡੇ, ਕਾਫਰ ਤੁਸੀਂ ਦੂਜਿਆਂ ਨੂੰ ਆਉਂਦੇ ਹੋ। ਅਤੇ ਮੁਸਲਮਾਨ ਤਾਂ ਉਹ ਹੁੰਦਾ ਜਿਹਦਾ ਦਿਲ ਮੋਮ ਵਰਗਾ ਹੋਵੇ, ਨਰਮ ਦਇਆਵਾਨ ਹੋਵੇ। ਇਸਲਾਮ ਦਾ ਅਰਥ ਸ਼ਾਂਤੀ ਹੁੰਦਾ ਹੈ, ਇਸਲਾਮ ਦਾ ਅਰਥ ਹੈ ਸ਼ਾਂਤੀ। ਵੀ ਤੁਹਾਡਾ ਤਾਂ ਮਤ ਸ਼ਾਂਤੀ ਵਾਲਾ ਹੋਣਾ ਚਾਹੀਦਾ, ਤੁਹਾਡਾ ਤਾਂ ਦਿਲ ਮੋਮ ਵਰਗਾ ਹੋਣਾ ਚਾਹੀਦਾ, ਤਾਂ ਹੀ ਤੁਸੀਂ ਮੋਮਣ ਅਖਵਾ ਸਕਦੇ ਹੋ। ਇਸ ਤਰ੍ਹਾਂ ਮਹਾਰਾਜ ਜੀ ਆਖਿਆ ਮੁੰਦਾ ਸੰਤੋਖ, ਵੀ ਕਾਨੇ 'ਚ ਮੁੰਦਰਾਂ ਗੋਰਖ ਪਾਉਂਦਾ ਸੀ, ਰਾਜੇ ਵੀ ਚੇਲੇ ਬਣੇ ਰਿੱਧੀਆਂ ਸਿੱਧੀਆਂ ਦੇ ਪ੍ਰਭਾਵ ਨਾਲ, ਜਿਵੇਂ ਗੋਪੀ ਚੰਦ ਸੀ, ਪਰਥਰੀ ਸੀ, ਬੜੇ ਬੜੇ ਰਾਜੇ ਗੋਰਖ ਦੇ ਚੇਲੇ ਬਣੇ, ਉਹਦਾ ਬੜਾ ਪ੍ਰਭਾਵ ਸੀ। ਮਹਾਂਪੁਰਸ਼ਾਂ ਦੇ ਹੁੰਦੇ ਸੀ, ਗੋਰਖ ਕੋਲ ਯੋਗ ਦੀ ਕੁੰਜੀ ਸੀ ਵੀ ਅੱਠ ਯੋਗ ਦੀ। ਸੋ ਕਾਨੇ 'ਚ ਇੱਕ ਨਾੜੀ ਹੁੰਦੀ ਭੁਜੰਗਮਾ ਨਾੜੀ, ਉਹਨੂੰ ਉਹਦਾ ਗਿਆਨ ਸੀ, ਉਹ ਨਾੜੀ ਵਿੰਨਦਾ ਸੀ, ਕਾਨੇ ਮੁੰਦਰਾ ਪਾਉਂਦਾ ਸੀ, ਦਸਵੇਂ ਦਰ ਪ੍ਰਾਣ ਚੜ੍ਹਦੇ ਸੀ, ਰਿੱਧਾ ਸਿੱਧਾ ਆਉਂਦੀਆਂ ਸੀ, ਬ੍ਰਹਮਚਰਜ ਰੱਖਦੇ ਸੀ, ਜੰਗਲਾਂ 'ਚ ਰਹਿੰਦੇ ਸੀ। ਅਤੇ ਮਹਾਰਾਜ ਜੀ ਆਖਣ ਲੱਗੇ ਮੁੰਦਾ ਸੰਤੋਖ, ਭਾਈ ਸਾਡੀਆਂ ਮੁੰਦਰਾਂ ਕਿਹੜੀਆਂ ਨੇ, ਸੰਤੋਖ ਦੀਆਂ।
ਤੁਸੀਂ ਤਾਂ ਮੁੰਦਰਾਂ ਪਾਉਂਦੇ ਹੋ ਕੰਨਾਂ 'ਚ, ਕੰਨ ਪਾੜ ਕੇ ਮੁੰਦਰਾਂ ਪਾਉਂਦੇ ਹੋ। ਅਤੇ ਮੁੰਦਰਾਂ ਕਿਹੜੀਆਂ ਚਾਹੀਦੀਆਂ ਨੇ? ਸੰਤੋਖ ਦੀਆਂ, ਵੀ ਇਹਨਾਂ ਇੰਦਰੀਆਂ ਨੂੰ ਸੰਤੋਖ ਆ ਜਾਏ, ਕੰਨਾਂ ਨੂੰ ਚੁਗਲੀ ਨਿੰਦਾ ਵੱਲੋਂ ਸੰਤੋਖ ਆ ਜਾਏ। ਮੁੰਦਾ ਸੰਤੋਖ ਸਰਮ ਪਤ ਝੋਲੀ, ਝੋਲੀ ਕਿਹੜੀ ਹੋਣੀ ਚਾਹੀਦੀ ਹੈ? ਝੋਲੀ ਹੁੰਦੀ ਜਿਹਦੇ ਪਿੱਛੇ ਲਿਆਉਂਦੇ ਨੇ, ਪਾਤਰ ਹੁੰਦਾ ਜਿਹੜਾ, ਉਹ ਪਾਤਰ ਕਿਹੜਾ ਹੈ, ਝੋਲੀ ਕਿਹੜੀ ਹੈ? ਸਰਮ, ਸਰਮ ਨਾ ਲੱਜਾ ਦਾ, ਭਾਈ ਦੁਨੀਆ ਵੱਲੋਂ ਲੱਜਾ ਰੱਖਣੀ, ਸੰਜਮ ਕਰਨਾ। ਸਰਮ ਮਿਹਨਤ ਦਾ ਨਾਮ ਹੀ ਹੈ। ਭਾਈ ਜਿਹੜਾ ਪੁਰਸ਼ਾਰਥ ਕਰਨਾ ਹੈ ਸੇਵਾ ਦਾ, ਸਿਮਰਨ ਦਾ, ਇਹੀ ਸਾਡੀ ਝੋਲੀ ਹੈ, ਇਹੀ ਪਾਤਰ ਹੈ। ਸਰਮ ਨਾ ਵਿਰਾਗ ਦਾ ਵੀ ਹੈ, ਪਰ ਸਰਮ ਦਾ ਅਰਥ ਲੱਜਾ ਕੀਤਾ ਹੈ। ਸਰਮ ਪਤ ਝੋਲੀ, ਝੋਲੀ ਅਤੇ ਪਾਤਰ ਕਾਹਦਾ ਚਾਹੀਦਾ? ਸਰਮ ਦੇ, ਲੱਜਿਆ। ਧਿਆਨ ਕੀ ਕਰੇ ਵਿਭੂਤ, ਵਿਭੂਤੀ ਆਉਂਦੇ ਨੇ ਸਵਾਹ ਪਿੰਡੇ 'ਤੇ ਮਲਦੇ ਨੇ ਯੋਗੀ ਲੋਕ, ਆ ਗੁਰਖ ਮਤ ਅਵਲੰਬੀਏ ਜਿਹੜੇ ਨੇ, ਹੋਰ ਵੀ ਕਈ ਹੱਠ ਯੋਗੀ ਜਿਹੜੇ ਨੇ, ਉਹ ਸਰੀਰ 'ਤੇ ਪਿੰਡੇ 'ਤੇ ਵਿਭੂਤ ਮਲਦੇ ਨੇ, ਰਾਖ ਮਲਦੇ ਨੇ, ਜਿਵੇਂ ਸ਼ਿਵ ਭਗਵਾਨ ਆਉਂਦੇ ਨੇ ਮੜੀਆਂ 'ਚ ਰਹਿੰਦਾ, ਮੁਰਦੇ ਦੀ ਰਾਖ ਪਿੰਡੇ 'ਤੇ ਲੈਂਦਾ, ਉਹਦਾ ਤਾਂ ਇੱਕ ਪ੍ਰਤੀਕ ਹੈ ਭਈ ਇਹ ਜੀਵ ਨੇ ਇੱਕ ਦਿਨ ਖਾਕ ਹੋ ਜਾਣਾ ਹੈ। ਪਰ ਪਹਿਲਾਂ ਜਿਹੜੇ ਬ੍ਰਹਮਚਾਰੀ ਹੁੰਦੇ ਸੀ ਉਹਨਾਂ ਦੇ ਮੂੰਹ 'ਤੇ ਬੜੀ ਕ੍ਰਾਂਤੀ ਹੁੰਦੀ ਸੀ ਬ੍ਰਹਮਚਰਜ ਦੇ ਤੇਜ਼, ਅਤੇ ਉਹਨੂੰ ਛੁਪਾਉਣ ਵਾਸਤੇ ਉੱਤੇ ਖਾਕ ਮਲ ਲੈਂਦੇ ਸੀ। ਅਸੀਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਨਾ ਕਰੀਏ, ਸਾਡਾ ਸਰੀਰ ਜਿਹੜਾ ਹੈ ਸੁੰਦਰ ਨਾ ਰਹਿ, ਸੁੰਦਰਤਾ ਅਗਲੇ ਨੂੰ ਪ੍ਰਭਾਵਿਤ ਕਰਦੀ ਹੈ, ਆਕਰਸ਼ਿਤ ਕਰਦੀ ਹੈ। ਤਾਂ ਕਰਕੇ ਯੋਗੀ ਲੋਕ ਜੰਗਲਾਂ 'ਚ ਰਹਿਣ ਵਾਲੇ ਭਿਖਿਆ ਕਰਨ ਜਾਂਦੇ ਸੀ ਅਤੇ ਪਿੰਡੇ 'ਤੇ ਮੂੰਹ 'ਤੇ ਸਵਾਹ ਮਲ ਲੈਂਦੇ ਸੀ ਰਾਖ। ਸਾਡੀ ਸੁੰਦਰਤਾ ਜਿਹੜੀ ਹੈ ਬਾਹਰ, ਜਿਹੜੀ ਬਾਹਰ ਇਹਦਾ ਜਿਹੜਾ ਤੇਜ਼ ਹੈ ਅਗਲੇ ਨੂੰ ਪ੍ਰਭਾਵਿਤ ਨਾ ਕਰੇ, ਇਸ ਪੱਖੋਂ ਉਹ ਸਰੀਰ 'ਤੇ ਰਾਖ ਮਲਦੇ ਸੀ। ਪਰ ਗੁਰੂ ਸਾਹਿਬ ਆਉਂਦੇ ਨੇ ਭਾਈ ਦੂਜੇ ਦੀ ਜਿਹੜੀ ਘਿਰਣਾ ਹੈ ਉਹ ਸਾਡੀ ਰਖਵਾਲੀ ਕਰੇ, ਇਹ ਠੀਕ ਨਹੀਂ ਹੈ। ਤੁਹਾਡਾ ਧਿਆਨ ਚਾਹੀਦਾ, ਧਿਆਨ ਕੀ ਕਰੇ ਵਿਭੂਤ, ਵਿਭੂਤੀ ਧਿਆਨ ਦੀ ਲਗਾਓ, ਤੁਹਾਡਾ ਧਿਆਨ ਸਿਮਰਨ 'ਚ ਲੱਗਾ ਰਹੇ, ਅੰਤਰਮੁੱਖ ਹੋ ਜਾਏ, ਬਾਹਰ ਮੁੱਖ ਜਾਓ ਹੀ ਨਾ, ਕੋਈ ਪ੍ਰਭਾਵਿਤ ਹੋਵੇ ਨਾ ਹੋਵੇ, ਉਸਤਤ ਹੋਵੇ ਨਿੰਦਿਆ ਹੋਵੇ, ਤੁਸੀਂ ਬਾਹਰ ਮੁਖੀ ਸੁਰਤ ਨੂੰ ਜਾਣ ਨਾ ਦਿਓ, ਤੁਸੀਂ ਧਿਆਨ ਦੀ ਵਿਭੂਤੀ ਲਓ। ਇਹ ਨਹੀਂ ਪਿੰਡੇ 'ਤੇ ਵਿਭੂਤੀ ਲਓ, ਲੋਕ ਘਿਰਣਾ ਕਰਨ ਵੀ ਸੁੰਦਰ ਨਹੀਂ ਇਹ, ਦੂਜੇ ਦੀ ਘਿਰਣਾ ਸਾਡੀ ਰਕਸ਼ਾ ਕਰੇ, ਇਹ ਕਿੰਨਾ ਕੁ ਚਿਰ ਹੋ ਸਕੇਗਾ, ਇਹ ਤਾਂ ਦੂਜੇ ਦੇ ਹੱਥ ਦੀ ਚੀਜ਼ ਹੋ ਗਈ। ਸਾਧਨ ਤਾਂ ਉਹ ਚਾਹੀਦਾ ਜਿਹਦੇ ਸੁਤੰਤਰ ਹੋਵੇ ਕਰਨ 'ਚ। ਸੋ ਧਿਆਨ ਜਿਹੜਾ ਹੈ ਇਹ ਅੰਤਰੀਵ ਹੈ, ਤੁਹਾਡੀ ਸੁਰਤੀ ਜਿਹੜੀ ਹੈ ਉਹ ਟਿਕੀ ਹੋਵੇ ਨਾਮ ਵਿੱਚ, ਸ਼ਬਦ ਵਿੱਚ, ਪ੍ਰਭੂ ਪ੍ਰੇਮ ਵਿੱਚ, ਉਹਦੇ ਚਰਨਾਂ ਨਾਲ ਅੰਤਰ ਧਿਆਨ ਰਵੋ, ਇਹ ਵਿਭੂਤੀ ਲਾਓ। ਖਿੰਥਾ ਕਾਲ, ਖਿੰਥਾ ਆਉਂਦੇ ਨੇ ਗੋਦੜੀ ਨੂੰ ਜਿਹਦੇ ਉੱਤੇ ਜੋਗੀ ਬਹਿੰਦੇ ਨੇ। ਗੁਰੂ ਸਾਹਿਬ ਆਉਂਦੇ ਨੇ ਵੀ ਗੋਦੜੀ ਕਾਹਦੀ? ਕਾਲ ਦੀ। ਅਸੀਂ ਕਾਲ ਉੱਤੇ, ਕਾਲ ਨੂੰ ਅੱਠੇ ਭਾਰ ਯਾਦ ਰੱਖਦੇ ਹਾਂ ਅਸੀਂ, ਇਹ ਸਾਡੀ ਗੋਦੜੀ ਹੈ। ਖਿੰਥਾ ਦਾ ਅਰਥ ਹੁੰਦਾ ਗੋਦੜੀ। ਗੋਦੜੀ ਉੱਤੇ ਬਹਿੰਦੇ ਨੇ ਯੋਗੀ ਲੋਕ। ਮਹਾਰਾਜ ਜੀ ਖਿੰਥਾ ਆਖਿਆ ਕਾਲ ਨੂੰ, ਭਈ ਕਾਲ ਨੂੰ ਅੱਠੇ ਪਾਰ ਯਾਦ ਰੱਖੋ, ਭਈ ਕਾਲ ਸਾਡੇ ਚਾਰ ਚੁਫੇਰੇ ਹੈ, ਇਹ ਕਾਲ ਦਾ ਖਾਜਾ ਹੈ ਸਰੀਰ ਜਿਹੜਾ ਹੈ। ਸੋ ਗੋਦੜੀ ਬਣਾਓ ਕਾਲ ਨੂੰ। ਕਾਲ ਦਾ ਅਰਥ ਹੁੰਦਾ ਸਮਾਂ,
ਵੀ ਕੋਈ ਪਤਾ ਨਹੀਂ ਕਦੋਂ ਸਮਾਂ ਆ ਜਾਏ, ਕਦੋਂ ਇਹ ਸਰੀਰ ਦਾ ਅੰਤ ਹੋ ਜਾਏ। ਇਹ ਗੋਦੜੀ ਹੈ ਕੁਆਰੀ ਕਾਇਆ, ਕਾਇਆ ਨੂੰ ਕੁਆਰੀ, ਜਿੰਨਾ ਚਿਰ ਕਿਸੇ ਕੰਨਿਆਂ ਦਾ ਸ਼ਾਦੀ ਨਹੀਂ ਹੁੰਦੀ ਉਹਨੂੰ ਅਸੀਂ ਕਹਿੰਦੇ ਹਾਂ ਕੁਆਰੀ, ਕੁਮਾਰੀ, ਪਵਿੱਤਰ। ਅਜੇ ਇਹਦਾ ਸਰੀਰ ਜਿਹੜਾ ਹੈ ਪਵਿੱਤਰ ਹੈ, ਭਈ ਆਪਣੀ ਕਾਇਆ ਨੂੰ ਪਵਿੱਤਰ ਰੱਖੋ। ਕਾਇਆ ਪਵਿੱਤਰ ਕਿਵੇਂ ਰਹਿ ਸਕਦੀ ਹੈ? ਜਿਹਦੇ 'ਚ ਵਕਾਰ ਨਾ ਹੋਣ ਉਹ ਕਾਇਆ ਪਵਿੱਤਰ ਹੈ, ਅਤੇ ਜਿਹਦੇ 'ਚ ਵਕਾਰ ਹੋਣ ਉਹ ਅਪਵਿੱਤਰ ਹੈ। ਕਾਇਆ ਨੂੰ ਕੌਣ ਅਪਵਿੱਤਰ ਕਰਦਾ ਹੈ? ਇਹ ਇੰਦਰੀਆਂ ਨੂੰ ਕੌਣ ਅਪਵਿੱਤਰ ਕਰਦਾ ਹੈ? ਵਿਸ਼ੇ ਹੀ ਕਰਦੇ ਨੇ ਅਪਵਿੱਤਰ। ਮਹਾਰਾਜ ਬਾਣੀ 'ਚ ਲਿਖਿਆ ਹੈ, ਵਿਸ਼ਟਾ ਅਸਤ ਰਕਤ ਪ੍ਰੇਟੇ ਚਾਮ, ਤਿਸ ਉੱਪਰਲੇ ਰਾਖਿਓ ਗੁਮਾਨ, ਏਕ ਬਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਵੀ ਉਹਨੂੰ ਬੁੱਝ ਲੈ ਆਤਮਾ ਨੂੰ, ਤੂੰ ਪਾਕ ਹੋ ਸਕਣਾ, ਪਵਿੱਤਰ ਹੋ ਸਕਣਾ। ਸੋ ਕਾਇਆ ਨੂੰ ਪਵਿੱਤਰ ਰੱਖਣ ਵਾਸਤੇ ਕੀ ਕਰਨਾ ਚਾਹੀਦਾ? ਸਿਮਰਨ, ਧਿਆਨ, ਵਿਚਾਰ, ਨਹੀਂ ਤਾਂ ਪਵਿੱਤਰ ਵੈਸੇ ਨਹੀਂ ਹੋ ਸਕਦੀ। ਵੈਸੇ ਤਾਂ ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹਾਡ, ਫਿਰ ਤਾਂ ਅੱਡਾਂ ਉੱਤੇ ਚਾਮੀ ਲਪੇਟਿਆ, ਫਿਰ ਤਾਂ ਵਿਸ਼ਟਾ ਅਸਤ ਰਕਤ ਪੇਟੇ ਚਾਮ, ਫਿਰ ਇਹਦਾ ਕਾਹਦਾ ਗੁਮਾਨ ਹੈ? ਸੋ ਕੁਆਰੀ ਪਵਿੱਤਰ, ਵੈਸੇ ਵੀ ਇਹਨੇ ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਨਾਲ ਪਵਿੱਤਰ ਹੋਵੀਦਾ ਹੈ। ਇੱਕ ਤਾਂ ਜਲ ਦਾ ਇਸ਼ਨਾਨ ਹੁੰਦਾ ਹੈ, ਇੱਕ ਗਿਆਨ ਨਾਲ ਵੀ ਇਸ਼ਨਾਨ ਹੁੰਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸੁਣ ਕੇ ਮੰਨ ਲੈ ਅਤੇ ਅੰਤਰ ਜਿਹੜਾ ਤੀਰਥ ਹੈ ਉਹਦੇ 'ਚ ਇਸ਼ਨਾਨ ਹੋ ਗਿਆ, ਪਵਿੱਤਰ ਹੋ ਗਿਆ। ਸੁਣਿਆ ਮੰਨਿਆ ਮਨ ਕੀਤਾ ਭਾਉ, ਇਸ ਤਰ੍ਹਾਂ ਫਿਰ ਇਹਦਾ ਇਸ਼ਨਾਨ ਹੋਵੇਗਾ, ਮਨ ਵੀ ਪਵਿੱਤਰ ਅਤੇ ਤਨ ਵੀ ਪਵਿੱਤਰ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਤਨ ਅਤੇ ਮਨ ਦੋਵੇਂ ਹੀ ਨਿਰੋਗ ਹੋ ਜਾਣਗੇ। ਸੋ ਕਾਇਆ ਨੂੰ ਕੁਆਰੀ ਰੱਖਣਾ, ਖਿੰਤਾ ਕਾਲ ਕੁਆਰੀ ਕਾਇਆ, ਕਾਲ ਦੇ ਭੈ 'ਚ ਰਹਿ ਤਾਂ ਇਹ ਪਵਿੱਤਰ ਰਹਿੰਦੀ ਹੈ। ਚਾਰ ਚੁਫੇਰਿਓ ਫਿਰ ਕਿਉਂ ਭੈ ਬਿਨ ਭਗਤ ਨਾ ਹੋਏ ਤੇਰੀ, ਭੈ 'ਚੋਂ ਹੀ ਭਾਉ ਉਪਜਦਾ ਹੈ, ਭੈ 'ਚੋਂ ਹੀ ਪ੍ਰੇਮ ਉਪਜਦਾ ਹੈ, ਪ੍ਰੇਮਾ ਭਗਤੀ ਭੈ 'ਚੋਂ ਉਪਜਦੀ ਹੈ। ਕਾਲ ਦਾ ਜਿਹਨੂੰ ਭੈ ਨਹੀਂ ਹੈ ਉਹ ਅਮੋੜ ਚੱਲਦਾ ਹੈ। ਤਾਂ ਗੁਰੂ ਮਹਾਰਾਜ ਜੀ ਸਿੱਧਾਂ ਨੂੰ, ਨਾਥਾਂ ਨੂੰ ਉਹ ਸਮੇਂ ਦਾ ਜਿਹੜਾ ਬੜਾ ਪ੍ਰਚਲਿਤ ਮਤ ਸੀ, ਬੜੇ ਸਿਖਰ 'ਤੇ ਮਤ ਸੀ, ਗੋਰਖ ਮਤ ਜਿਹੜਾ, ਗੁਰੂ ਮਹਾਰਾਜ ਜੀ ਨਾਲ ਕਈ ਵਾਰ ਇਹਨਾਂ ਦੀ ਗੋਸ਼ਟ ਹੋਈ, ਕਈ ਵਾਰ ਬਹਿਸ ਹੋਈ, ਕਈ ਵਾਰ ਸੰਵਾਦ ਹੋਇਆ, ਵਾਦ ਵਿਵਾਦ ਵੀ ਹੋਇਆ, ਨਾਨਕ ਮੱਤੇ ਹੋਇਆ, ਅਚੱਲ ਵਟਾਲੇ ਹੋਇਆ, ਸੁਮੇਰ 'ਤੇ ਹੋਇਆ। ਸੋ ਸਿੱਧਾਂ ਦੇ ਨਾਲ ਇਹ ਬੜੀਆਂ ਸ਼ਕਤੀਆਂ ਵਾਲੇ ਸੀ, ਰਿਧੀਆਂ ਸਿੱਧੀਆਂ ਵਾਲੇ ਸੀ, ਪਰ ਮੰਜ਼ਲ 'ਤੇ ਨਹੀਂ ਸੀ ਅਪੜੇ ਹੋਏ, ਉਸ ਪਰਮ ਸ਼ਾਂਤੀ ਪਰਮ ਆਨੰਦ 'ਚ ਨਹੀਂ ਸੀ ਪਹੁੰਚੇ ਹੋਏ, ਆਤਮ ਗਿਆਨ ਬ੍ਰਹਮ ਗਿਆਨ ਵਾਲੀ ਅਵਸਥਾ ਨਹੀਂ ਸੀ ਇਹਨਾਂ ਕੋਲ, ਜਿੱਥੇ ਜਾ ਕੇ ਖਾਹਿਸ਼ਾਂ ਮੁੱਕ ਜਾਂਦੀਆਂ ਨੇ, ਵਾਸਨਾ ਮੁੱਕ ਜਾਂਦੀ ਹੈ, ਤ੍ਰਿਸ਼ਨਾ ਮੁੱਕ ਜਾਂਦੀ ਹੈ। ਜੇ ਵਾਸਨਾ ਤ੍ਰਿਸ਼ਨਾ ਮੁੱਕ ਜਾਂਦੀ ਤਾਂ ਮਛੰਦਰ ਕਿਉਂ ਜਾ ਕੇ ਰਾਜੇ ਦੇ ਸਰੀਰ 'ਚ ਵੜ ਜਾਂਦਾ? ਮਨ ਅਸ਼ੁੱਧ ਹੈ ਪਰ ਦਸਵੇਂ ਦੁਆਰ ਚਾੜ ਲਿਆ ਅਤੇ ਰਿੱਧਾਂ ਸਿੱਧਾਂ ਆ ਗਈਆਂ। ਮਨ ਅਸ਼ੁੱਧ ਹੈ, ਅੰਦਰ ਅਜੇ ਵਾਸਨਾ ਨੇ,
ਪਰ ਤਪ ਦੇ ਪ੍ਰਭਾਵ ਕਰਕੇ ਸ਼ਕਤੀ ਆ ਗਈ, ਉਹ ਸ਼ਕਤੀ ਦਾ ਦੁਰਉਪਯੋਗ ਕੀਤਾ। ਸੋ ਇਸ ਕਰਕੇ ਉਹ ਅਸਲ ਮੰਜ਼ਿਲ ਤੋਂ ਇਹ ਵਿਰਵੇ ਸਨ। ਅਸਲ ਜਿਹੜੀ ਗੁਰੂ ਮਹਾਰਾਜ ਜੀ ਨੇ ਮੰਜ਼ਿਲ ਦੱਸੀ ਹੈ ਨਾ, ਅਸਲ ਟਿਕਾਣਾ ਜਿਹੜਾ ਹੈ, ਉੱਥੇ ਜਾ ਕੇ ਮਨ ਕ੍ਰਿਤ ਕ੍ਰਿਤ ਹੋ ਜਾਂਦਾ ਹੈ, ਮਨ ਰੱਜ ਜਾਂਦਾ ਹੈ, ਜਿਹਨੂੰ ਅਸੀਂ ਆਣੇ ਨਾ ਨਿਹਾਲ ਹੋ ਗਿਆ। ਨਿਹਾਲ ਦਾ ਅਰਥ ਹੁੰਦਾ ਹੈ ਵੀ ਹੁਣ ਜੋ ਮੈਂ ਕਰਨਾ ਸੀ ਕਰ ਲਿਆ। ਜਦੋਂ ਬੰਦਾ ਪੂਰਾ ਰੱਜ ਜਾਏ ਫਿਰ ਇੱਛਾ ਨਹੀਂ ਰਹਿੰਦੀ ਇੱਕ ਗ੍ਰਹੀ ਦੀ ਵੀ। ਸੋ ਕ੍ਰਿਤ ਕ੍ਰਿਤ ਅਵਸਥਾ ਸ਼ਾਸਤਰਾਂ 'ਚ ਲਿਖੀ ਵੀ ਜੋ ਕਰਨਾ ਸੀ ਉਹ ਮੈਂ ਕਰ ਲਿਆ ਹੈ, ਹੁਣ ਅੱਗੇ ਕਿਸੇ ਚੀਜ਼ ਦੀ ਇੱਛਾ ਨਾ ਰਹਿਣੀ, ਵਾਸਨਾ ਨਾ ਰਹਿਣੀ, ਸੰਸਕਾਰ ਮਿਟ ਜਾਣੇ। ਵਿਦਤੇ ਹਿਰਦੇ ਗ੍ਰੰਥੀ ਛਿਦਅੰਤੇ ਸਰ ਸੰਸ਼ਿਆ ਕਸ਼ੀਨ ਅਤੇ ਚਾਸਿਆ ਕਰਮਾਣੀ ਤਸਮਨ ਦ੍ਰਿਸ਼ਟੇ ਪਰਾਵਰੇ। ਇਹ ਪੂਰਨ ਮੰਜ਼ਲ ਹੈ। ਜੀਵਨ ਮੁਕਤ ਸੋਉ ਕਹਾਵੈ, ਪ੍ਰਭ ਕੀ ਆਗਿਆ ਆਤਮ ਹਿਤਾਵੈ। ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੇ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਣ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾ ਸਾਈ ਜੁਗਤ, ਨਾਨਕ ਕੋ ਪੁਰਖ ਕਹੀਏ ਜੀਵਨ ਮੁਕਤ। ਆਏ ਕੋ ਹਰਖ ਨਹੀਂ ਗਏ ਕੋ ਸੋਗ ਨਹੀਂ, ਕੈਸੇ ਨਿਰਦੁੰਦ ਪਏ ਸਮਝਣੇ ਕੀ ਬਾਤ ਹੈ। ਦੇਹ ਨੇ ਨੇਰੇ ਨਹੀਂ ਲਛਮੀ ਕੋ ਹੇਰੇ ਨਹੀਂ, ਮਨ ਕਉਂ ਫੇਰੇ ਨਹੀਂ। ਜਨਮ ਹੈ ਨਾ ਜਾਤ ਹੈ, ਲੋਗਣ ਸੋ ਰੀਤ ਨਹੀਂ, ਕਉਂ ਸੋ ਪ੍ਰੀਤ ਨਹੀਂ, ਹਾਰ ਨਹੀਂ ਜੀਤ ਨਹੀਂ, ਪਾਹਣ ਸਮਗਾਤ ਹੈ। ਐਸੋ ਜਬ ਗਿਆਨ ਹੋਤ ਤਵੇ ਕਛ ਧਿਆਨ ਹੋਤ, ਬ੍ਰਹਮ ਕੇ ਸਮਾਨ ਹੋਤ ਬ੍ਰਹਮ ਮੇਂ ਸਮਾਤ ਹੈ। ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਉਹਦਾ ਧਿਆਨ ਬ੍ਰਹਮ ਰੂਪ ਹੋ ਜਾਏ, ਇਹਦਾ ਨਾਂ ਬ੍ਰਹਮਾਕਾਰ ਬਿਰਤੀ, ਖੰਡਾਕਾਰ ਬਿਰਤੀ ਹੈ, ਸੰਸਾਰਾਕਾਰ ਜੀਵ ਭਾਵ ਖਤਮ ਹੋ ਗਿਆ। ਜਿਵੇਂ ਪਾਣੀ ਦੀ ਬੂੰਦ ਤੱਤੇ ਤਵੇ 'ਤੇ ਪਈ, ਉਹਦੇ ਵਿੱਚ ਇਹ ਜਜ਼ਬ ਹੋ ਗਈ। ਮਨ ਕੀ ਵਾਸਨਾ ਮਨ 'ਤੇ ਟਰੈ, ਇੰਦਰੀ ਜਿੱਤ ਪੰਚ ਦੋਖ 'ਤੇ ਰਾਹਤ। ਨਾਨਕ ਕੋਟ ਮੱਧੇ ਕੋ ਐਸਾ ਅਪਰਸ, ਇਹ ਵੇ ਗੁਰਮੁਖ ਦੇ ਲਕਸ਼ਣ। ਗੁਰਮੁਖ ਕੋਟ ਉਧਾਰ ਦਾ ਦੇ ਨਾਂ ਹੈ ਏਕ ਕਣੀ, ਗੁਰਮੁਖ ਤਾਂ ਕਰੋੜਾਂ ਦਾ ਉਧਾਰ ਕਰ ਦਿੰਦਾ ਹੈ, ਜਿਹਦੇ ਅੰਦਰ ਨਾਮ ਦੀ ਕਣੀ ਹੈ। ਸੁਣਨ ਵਾਲੇ ਸੁਣਾਉਣ ਵਾਲੇ ਬੜੇ ਨੇ, ਪਰ ਜਿਹੜਾ ਮੰਨ ਕੇ ਗੁਰਮੁਖਾਂ ਵਾਲੀ ਪਦਵੀ 'ਤੇ ਪਹੁੰਚ ਜਾਂਦਾ, ਉਹਦੇ 'ਤੇ ਦਰਸ਼ਨਾਂ ਨਾਲ ਹੀ ਕਲਿਆਣ ਹੋ ਜਾਂਦੀ, ਉਹਦਾ 'ਤੇ ਇੱਕ ਬਚਨ ਹੀ ਸੁਣ ਕੇ ਕਲਿਆਣ ਹੋ ਜਾਂਦੀ। ਇਸ ਕਰਕੇ ਗੁਰੂ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਇਹ ਥੋਕ ਦੀ ਦੁਕਾਨ, ਉਹਨਾਂ ਦੀ ਦੁਕਾਨ ਤੋਂ ਸਭ ਨੂੰ ਸੌਦਾ ਮਿਲ ਰਿਹਾ ਹੈ। ਜਿਵੇਂ ਅੱਜ ਕੱਲ੍ਹ ਸਟੋਰ ਬਣਦੇ ਨੇ ਪਏ, ਉਹ ਇੱਕ ਦੁਕਾਨ ਤੋਂ ਹੀ ਛੋਟੇ ਸੌਦੇ ਤੋਂ ਲੈ ਕੇ ਵੱਡੇ ਸੌਦੇ ਤੱਕ ਮਿਲ ਜਾਂਦਾ। ਇੱਥੇ ਇੱਕ ਦੁਕਾਨ ਹੈ, ਉਹਦਾ ਨਾਂ ਰੱਖਿਆ ਉਹਨਾਂ ਹਰਿਆਲੀ। ਉਹ ਆਉਂਦੇ ਨੇ ਬਾਹਰ ਦੇ ਦੇਸ਼ਾਂ ਦੀ ਰੀਸ ਨਾਲ ਇਹ ਸਾਰੇ ਹੀ ਸੌਦੇ ਰੱਖਣਗੇ, ਭਾਵੇਂ ਕਿਸੇ ਨੇ ਛੋਟੀ ਚੀਜ਼ ਲੈਣੀ ਹੋਵੇ ਭਾਵੇਂ ਵੱਡੀ ਲੈਣੀ ਹੋਵੇ, ਮਤਲਬ ਰੁਪਈਏ ਦੀ ਚੀਜ਼ ਤੋਂ ਲੈ ਕੇ ਭਾਵੇਂ ਲੱਖ ਦੀ ਚੀਜ਼ ਲੈ ਲਓ, ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਭਾਵੇਂ ਲੈ ਲਓ, ਕੋਈ ਚੀਜ਼ ਲੈ ਲਓ, ਸਾਰੇ ਸੌਦੇ, ਘਰ ਦੀਆਂ ਲੋੜੀਂਦੀਆਂ ਵਸਤਾਂ ਸਭ ਮਿਲ ਜਾਂਦੀਆਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਦੁਕਾਨ ਜਿਹੜੀ ਹੈ, ਇਹ ਹੱਟੀ ਨਹੀਂ ਹੈ, ਇਹ ਹੱਟ ਹੈ। ਤਾਂ ਪਹਿਲਾਂ ਗਾਉਂਦੇ ਹੁੰਦੇ ਸੀ, ਹੱਟ ਖੁੱਲ੍ਹ ਗਿਆ ਬਾਬੇ ਨਾਨਕ ਦਾ, ਸੌਦਾ ਲੈਣਗੇ ਨਸੀਬਾਂ ਵਾਲੇ। ਇਹ ਕਨਿਸ਼ਠ ਜਗਿਆਸੂ ਨੂੰ ਵੀ ਉਪਦੇਸ਼ ਹੈ, ਮੱਧਮ ਨੂੰ ਵੀ ਹੈ, ਉੱਤਮ ਨੂੰ ਵੀ ਹੈ। ਇਹ ਸਿੱਧਨਾਥ ਉੱਤਮ ਜਗਿਆਸੂ ਨੇ ਸੰਸਾਰ ਨੂੰ ਤਾਂ ਛੱਡ ਦਿੱਤਾ, ਪਰ ਬ੍ਰਹਮ ਤੀਕ ਨਹੀਂ ਅਪੜੇ, ਰਿੱਧਾਂ ਸਿੱਧਾਂ 'ਚ ਜਾ ਕੇ ਖਲੋ ਗਏ, ਸ਼ਕਤੀਆਂ ਹਾਸਲ ਕਰ ਲਈਆਂ, ਲੋਕਾਂ ਦੀ ਵਾਹ 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 'ਚ ਫਸ ਗਏ। ਪਰ ਮਹਾਰਾਜ ਜੀ ਆਖਿਆ, ਦੁਨੀਆ ਕੀਆਂ ਵਡਿਆਈਆਂ ਬੈਸੰਤਰ ਪਾਗੋ, ਵੀ ਦੁਨੀਆ ਦੀਆਂ ਵਡਿਆਈਆਂ ਅੱਗ 'ਚ ਪਾਓ। ਕਿਉਂ?
ਇਹਦੇ ਕਰਕੇ ਤਾਂ ਜੀਵ ਅੱਗੇ ਬ੍ਰਹਮ ਤੋਂ ਵੱਖਰਾ ਹੋ ਗਿਆ ਹੋਮੇ ਕਰਕੇ, ਇਹ ਹੋਂ ਕਰਕੇ ਤਾਂ ਅੱਗੇ ਵੱਖਰਾ ਹੋ ਗਿਆ ਹੈ, ਇਸੇ ਵਡਿਆਈ ਕਰਕੇ ਤਾਂ ਅੱਗੇ ਮਤਲਬ ਮਾਣ ਮੁਨੀ ਮੁੰਨ ਵਰ ਗਲੇ ਮਾਣ ਸਭੇ ਕੋ ਖਾਏ, ਇਹ ਮਾਣ ਹੀ ਤਾਂ ਅੱਗੇ ਖਾਂਦਾ ਰਿਹਾ ਇਸ ਜੀਵ ਨੂੰ। ਮਾਇਆ ਤਜਨੀ ਸਹਿਜੇ ਮਾਣ ਤਜਿਆ ਨਹੀਂ ਜਾਏ, ਇੱਕ ਹੰਕਾਰ ਹੁੰਦਾ ਇੱਕ ਮਾਣ ਹੁੰਦਾ ਹੈ, ਹੰਕਾਰ ਤਾਂ ਹੁੰਦਾ ਨਾ ਆਪਣੀ ਆਪਣੀ ਮਤਲਬ ਵਡਿਆਈ ਆਪਣੀ ਵੱਡੋਂ ਜਿਤਾਉਣੀ ਹਰੇਕ ਗੱਲੋਂ, ਇੱਕ ਮਾਣ ਹੁੰਦਾ ਹੈ, ਮਾਣ ਹੁੰਦਾ ਵੀ ਦੂਜਾ ਜਿਹੜਾ ਉਹ ਮੈਨੂੰ ਵਡਿਆਈ ਦੇ, ਜਿੱਥੋਂ ਵਡਿਆਈ ਨਾ ਮਿਲੀ ਉੱਥੇ ਈਰਖਾ ਹੋ ਗਈ, ਉੱਥੇ ਗੁੱਸੇ ਹੋ ਗਏ, ਉਹ ਚੰਗਾ ਨਹੀਂ ਹੈ, ਉਹ ਮੂਰਖ ਹੈ। ਮਤਲਬ ਮਾਣ ਹੁੰਦਾ ਦੂਜੇ ਤੋਂ ਆਪਣੀ ਵਡਿਆਈ ਕਰਾਉਣ ਦੀ ਇੱਛਾ, ਅਗਲਾ ਤੇਰਾ ਬੱਜਾ, ਕੋਈ ਦੂਜਾ ਬੱਜਾ ਥੋੜ੍ਹਾ, ਮਾਣ ਦੇ ਨਾ ਦੇ। ਸੋ ਕੰਮ ਸਾਧਨ ਉਹ ਹੁੰਦਾ ਹੈ ਜਿਹੜਾ ਬੰਦਾ ਸੁਤੰਤਰ ਹੋਵੇ ਕਰਨ 'ਚ। ਸੋ ਮਾਣ ਲੈਣ 'ਚ ਅਸੀਂ ਨਹੀਂ ਸੁਤੰਤਰ, ਮਾਣ ਦੇਣ 'ਚ ਸੁਤੰਤਰ, ਸੁੱਖ ਦੇਣ 'ਚ ਸੁਤੰਤਰ ਆ, ਸੁੱਖ ਲੈਣ 'ਚ ਸੁਤੰਤਰ ਨਹੀਂ, ਸੇਵਾ ਕਰਨ 'ਚ ਸੁਤੰਤਰ ਆ, ਲੈਣ 'ਚ ਨਹੀਂ ਸੁਤੰਤਰ। ਸੋ ਜਿਹੜਾ ਅਸੀਂ ਕਰ ਸਕਦੇ ਉਹ ਕਰੀਏ, ਅਤੇ ਜਦੋਂ ਆਪੀ ਉਹ ਆਪਾਂ ਉਹ ਕਰਾਂਗੇ ਉਹਦੀ ਵਾਪਸੀ ਆਪੇ ਸਾਡੇ ਵੱਲ ਹੋ ਜਾਏਗੀ। ਲੋਕ ਕਹਿੰਦੇ ਨੇ ਸੁੱਖ ਦੋਕੇ, ਲੋਕ ਮੈਨੂੰ ਸੁੱਖ ਦੇਣ, ਬਈ ਤੂੰ ਸੁੱਖ ਦੇ ਆਪੇ ਤੇਰੇ 'ਤੇ ਸੁੱਖ ਆ ਜਾਏਗਾ, ਤੂੰ ਮਾਣ ਦੇ ਸਾਰਿਆਂ ਨੂੰ ਤੇਰੇ 'ਤੇ ਆਪੇ ਮਾਣ ਆ ਜਾਏਗਾ। ਪਰ ਉਲਟ ਚੱਲਦਾ ਜੀਵ, ਇਹ ਜੀਵ ਦੀ ਬੁੱਧੀ ਭਰਮਤ ਹੋ ਗਈ ਹੈ, ਥੋੜ੍ਹੀ ਬੁੱਧੀ ਹੈ ਇਹਦੇ 'ਚ, ਇਹ ਮਾਣ ਚਾਹੁੰਦਾ ਹੈ। ਗੁਰੂ ਮਹਾਰਾਜ ਜੀ ਸਿੱਧਾਂ ਨਾਥਾਂ ਨੂੰ ਉਹਨਾਂ ਦੀ ਚੇਨ ਚੱਕਰਾਂ ਤੋਂ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਇੱਕ ਉੱਠ ਲੱਕੜ ਨਿਆਏ ਹੁੰਦਾ ਹੈ ਗ੍ਰੰਥਾਂ 'ਚ, ਉੱਠ ਲੱਕੜ ਨਿਆਏ ਉਹਨੂੰ ਆਉਂਦੇ ਨੇ, ਊਠ ਲੱਕੜੀਆਂ ਦਾ ਲੱਦਿਆ ਟੁਰ ਜਾਂਦਾ ਸੀ ਪਿਆ, ਉਹਨੂੰ ਟੋਰਨਾ ਸੀ, ਉਹਦੇ ਉੱਤੋਂ ਲੱਕੜੀ ਫੜੀ ਫਿਰ ਉਹਨੂੰ ਮਾਰੀ, ਉਹਨੂੰ ਟੋਰ ਲਿਆ। ਸੋ ਉਹਨਾਂ ਦੀਆਂ ਨਿਸ਼ਾਨੀਆਂ ਦੁਆਰਾ ਉਹਨਾਂ ਨੂੰ ਉਪਦੇਸ਼ ਦਿੱਤਾ ਹੈ, ਉਹਨਾਂ ਨੂੰ ਨਿਰੁੱਤਰ ਕੀਤਾ ਹੈ ਅਤੇ ਆਪਣਾ ਮਤ ਉਜਾਗਰ ਕੀਤਾ ਹੈ। ਗੁਰੂ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਮ ਦਾ, ਭਗਤੀ ਦਾ, ਸਤਿਨਾਮ ਜਪਣ ਦਾ ਮਾਰਗ ਦੱਸਿਆ ਹੈ, ਸੇਵਾ ਦਾ ਮਾਰਗ ਦੱਸਿਆ ਹੈ, ਨਿਮਰਤਾ ਦਾ ਮਾਰਗ ਦੱਸਿਆ ਹੈ, ਖਿਮਾ ਦਾ ਮਾਰਗ ਦੱਸਿਆ ਹੈ, ਕਿਰਤ ਅਤੇ ਕੀਰਤੀ ਦਾ ਮਾਰਗ ਦੱਸਿਆ ਹੈ। ਸ਼ੁਭ ਗੁਣਾਂ ਨੂੰ ਅਪਣਾਓ, ਬਿਨ ਗੁਣ ਕੀਤੇ ਭਗਤ ਨਾ ਹੋਏ, ਸ਼ੁਭ ਗੁਣ ਅਪਣਾਓ ਅਤੇ ਭਗਤੀ ਟਿਕੇਗੀ, ਭਗਤੀ ਕਰਕੇ ਭਗਵਾਨ ਖੁਸ਼ ਹੋਵੇਗਾ, ਭਗਵਾਨ ਖੁਸ਼ ਹੋ ਗਿਆ ਤਾਂ ਰਹਿਮਤ ਹੋ ਜਾਏਗੀ, ਬਖਸ਼ਿਸ਼ ਹੋ ਜਾਏਗੀ, ਬਖਸ਼ਿਸ਼ ਹੋ ਗਈ ਤਾਂ ਸਾਰੇ ਲੇਖੇ ਜੋਖੇ ਬਵਾਕ ਹੋ ਜਾਣਗੇ। ਜਾ ਕੋ ਆਪਣੀ ਕਰੇ ਬਖਸ਼ੀਸ, ਤਾਂ ਕਾ ਲੇਖਾ ਨਾ ਗਣੇ ਜਗਦੀਸ਼, ਇੱਕ ਹੁੰਦੀ ਆਪਣੀ ਮਿਹਨਤ, ਇੱਕ ਹੁੰਦੀ ਬਖਸ਼ਿਸ਼। ਮਿਹਨਤ ਨਾਲ ਅਸੀਂ ਕਿੰਨਾ ਕੁ ਕਮਾ ਲਾਂਗੇ, ਅਤੇ ਜੇ ਕੋਈ ਖੁਸ਼ ਹੋ ਕੇ ਸਾਨੂੰ ਉਹੀ ਰਿਆਸਤ ਦੇ ਦੇ, ਗੁਰੂ ਨਾਨਕ ਸਾਹਿਬ ਹੋਲਾਂ ਚਬਾਉਣ ਵਾਲੇ ਨੂੰ ਰਾਜਾ ਬਣਾ ਦਿੱਤਾ ਕਾਬਲ ਦਾ, ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ ਪਕਵਾਨ, ਨਾਨਕ ਸਿਫਤੀ ਰੱਤਿਆਂ ਉਹ ਬੈਠ ਸੁਲਤਾਂ, ਉਹਨੇ ਹੋਲਾਂ ਖਵਾਈਆਂ, ਖੁਸ਼ ਹੋ ਗਏ ਗੁਰੂ ਸਾਹਿਬ, ਕਾਬਲ ਦਾ ਰਾਜਾ ਬਣਾ। ਇਹ ਬਖਸ਼ਿਸ਼ ਹੈ, ਬਖਸ਼ਿਸ਼ ਇਹ ਉਹ ਚੀਜ਼ ਹੁੰਦੀ ਹੈ ਜਿਹੜੀ ਕੱਖ ਤੋਂ ਲੱਖ ਬਣਾ ਦੇ, ਜਿਹੜਾ ਰਾਈ ਤੋਂ ਪਹਾੜ ਬਣਾ ਦੇ। ਆਪਣੀ ਕਰਨੀ ਨਾਲ, ਆਪਣੀ ਮਿਹਨਤ ਨਾਲ ਬੰਦਾ ਜਿਹੜਾ ਕਿੰਨਾ ਕੁ ਕਰ ਸਕੇਗਾ, ਆਪਣੀ ਮਿਹਨਤ 'ਤੇ ਛਪੜੀ ਵਾਂਗੂ ਉਹਦੀ ਰਹਿਮਤ, ਸੋਮੇ ਵਾਂਗੂ, ਚਸ਼ਮੇ ਵਾਂਗੂ ਹੇਠਲੇ ਪਾਣੀ ਦੇ ਨਾਲ ਉਹਦਾ ਕਨੈਕਸ਼ਨ ਹੋ ਜਾਂਦਾ, ਉਹ ਫਿਰ ਮੁੱਕਦਾ ਨਹੀਂ ਹੈ। ਨਾਨਕ ਪਿੰਡ ਬਖਸੀਸ ਕਾ ਖਾਏ, ਖਰਚੇ ਨੂੰ ਖੁੱਟੇ ਨਾਹੀਂ। ਸੋ ਗੁਰੂ ਸਾਹਿਬ ਉਹਨਾਂ ਨੇ ਪੁਰਸ਼ਾਰਥ ਕੀਤਾ, ਹੱਠ ਯੋਗ ਕੀਤਾ, ਰਿੱਧਾਂ ਸਿੱਧਾਂ, ਉਹਦਾ ਅਵਮਾਨ ਹੋ ਗਿਆ,
ਜਿਹੜਾ ਨਹੀਂ ਸੀ ਉਹਨਾਂ ਦਾ ਮਾਣ ਕਰਦਾ ਉਹਨੂੰ ਸਰਾਪ ਦਿੰਦੇ ਸੀ, ਕਿਸੇ ਨੂੰ ਵਰ ਦੇਣਾ, ਕਿਸੇ ਨੂੰ ਸਰਾਪ ਦੇਣਾ, ਫਿਰ ਖਾਲੀ ਹੋ ਜਾਣਾ। ਕਿਸੇ ਨੂੰ ਵਰ ਸਰਾਪ ਦਿਓ, ਉਹਦੀ ਤਾਕਤ ਜਾਂਦੀ ਹੈ, ਉਹਦੀ ਕਮਾਈ ਕੀਤੀ ਜਾਂਦੀ ਹੈ, ਫਿਰ ਖਾਲੀ ਹੋ ਕੇ ਫਿਰ ਤਪ ਕਰੋ। ਬਸ ਇਸੇ ਕੰਮ ਹੀ ਲੱਗੇ, ਪੈਸੇ ਘਰੋਂ ਲੈ ਕੇ ਜਾਓ, ਸ਼ਹਿਰ ਖਰਚਾਓ, ਫਿਰ ਆਵੋ, ਫਿਰ ਪੈਸੇ ਕਮਾਓ, ਫਿਰ ਪੋਜੇ 'ਚ ਪਾਓ, ਫਿਰ ਸ਼ਹਿਰ। ਰੇਦਾਂ ਸਿੱਧਾ ਐਵੇਂ ਦੀਆਂ ਚੀਜ਼ਾਂ ਨੇ। ਗੁਰੂ ਮਹਾਰਾਜ ਜੀ ਉਹਨਾਂ ਨੂੰ ਆਉਂਦੇ ਨੇ, ਇਹ ਤੁਹਾਡਾ ਮਾਰਗ ਅਧੂਰਾ ਮਾਰਗ ਹੈ, ਸੰਤੋਖ ਦੀਆਂ ਮੁੰਦਰਾਂ ਪਾਓ, ਤੁਹਾਡੇ ਕੰਨਾਂ ਨੂੰ, ਇੰਦਰੀਆਂ ਨੂੰ ਸੰਤੋਖ ਆ ਜਾਓ ਚੁਗਲੀ ਨਿੰਦਿਆ ਵੱਲੋਂ, ਇਹ ਮੁੰਦਰਾਂ ਕੰਨਾਂ ਨੂੰ ਪਾਓ ਸੰਜਮ ਦੀਆਂ। ਹੋਰ ਜਗ੍ਹਾ ਵੀ ਮਹਾਰਾਜ ਜੀ ਸਿੱਧ ਗੋਸ਼ਟੇ 'ਚ ਵੇਖਣ, ਸਰਮੇ ਦੀਆਂ ਮੁੰਦਰਾਂ ਕੰਨਿਆਂ 'ਚ ਪਾਓ, ਮਤਲਬ ਸੰਜਮ ਜਿਹੜਾ ਹੈ, ਕੰਟਰੋਲ ਜਿਹੜਾ ਹੈ, ਸੰਤੋਖ ਜਿਹੜਾ ਹੈ, ਇਹ ਮੁੰਦਰਾਂ ਪਾਓ ਕੰਨਾਂ ਨੂੰ। ਮੁੰਦਾ ਸੰਤੋਖ ਸਰਮ ਪਤ ਝੋਲੀ, ਲੱਜਾ ਕਰਨੀ ਇਹ ਤੁਹਾਡਾ ਪਾਤਰ ਹੋਵੇ ਝੋਲੀ, ਬਭੂਤੀ ਧਿਆਨ ਦੀ ਹੋਵੇ। ਪਿੰਡੇ ਉੱਤੇ ਸਵਾਹ ਮਲਦੇ ਸੀ, ਸਾਡੀ ਆਭਾ ਕ੍ਰਾਂਤੀ ਵੇਖ ਕੇ ਲੋਕ ਪ੍ਰਭਾਵਿਤ ਹੁੰਦੇ ਨੇ, ਸਰੀਰ ਨੂੰ ਪਵਿੱਤਰ ਨਾ, ਸਰੀਰ ਦੀ ਜਿਹੜੀ ਕ੍ਰਾਂਤੀ ਹੈ ਬਾਹਰ, ਉਹਦੀ ਆਭਾ ਨਾ ਜਾਏ, ਉਹਦਾ ਤੇਜ ਨਾ ਚਮਕੇ। ਬ੍ਰਹਮਚਾਰੀ ਰਹਿੰਦੇ ਸੀ ਨਾ, ਅਤੇ ਦੂਜਿਆਂ ਕਿਰਨ ਨਹੀਂ ਕਰਨ, ਵੀ ਦੂਜੇ ਦੀ ਕਿਰਨਾ ਸਾਡੀ ਰਾਖੀ ਕਰੇ, ਅੰਤਰ ਆਤਮੇ ਧਿਆਨ ਹੋ ਜਾਏ, ਉਹਦੇ ਕਰਕੇ ਤੁਸੀਂ ਆਪਣੀ ਮਸਤੀ 'ਚ ਮਗਨ ਹੋ ਜਾਓ। ਕਾਲ ਕੀ ਹੈ, ਸਮਾਂ, ਮੌਤ, ਕੋਈ ਪਤਾ ਨਹੀਂ ਕਦੋਂ ਆ ਜਾਏ, ਇਹਦਾ ਭੈ ਹੋ ਜਾਏ, ਇਹਦੇ ਕਰਕੇ ਕਾਇਆ ਪਵਿੱਤਰ ਹੋ ਜਾਂਦੀ ਹੈ, ਇਹ ਸਾਡੀ ਗੋਦੜੀ ਹੈ। ਹਾਂਜੀ, ਕੁਆਰੀ ਕਾਇਆ ਰੱਖਣੀ, ਇਹ ਜੁਗਤ ਹੈ, ਤਰੀਕਾ ਹੈ ਪਰਮਾਤਮਾ ਤੱਕ ਜਾਣ ਦਾ। ਗੋਦੜੀ ਕਾਲ ਦੀ, ਕੁਆਰੀ ਕਾਇਆ ਜੁਗਤ ਹੈ, ਅਤੇ ਪ੍ਰਤੀਤੀ ਦਾ ਡੰਡਾ ਹੈ। ਪ੍ਰਤੀਤ ਆਂਦਨ ਭਰੋਸੇ ਨੂੰ, ਪ੍ਰਭੂ ਪਰਮਾਤਮਾ ਦੇ ਉੱਤੇ ਭਰੋਸਾ ਰੱਖਣਾ, ਨਾਮ 'ਤੇ ਭਰੋਸਾ ਰੱਖਣਾ, ਆਪਣੇ ਗੁਰੂ ਦੇ ਭਜਨ 'ਤੇ ਭਰੋਸਾ ਰੱਖਣਾ। ਬਸ ਜਿਹੜਾ ਗੁਰੂ ਨੇ ਨਾਮ ਦਿੱਤਾ ਉਹਦੇ 'ਤੇ ਭਰੋਸਾ ਰੱਖਣਾ, ਵੀ ਇਹ ਜਿਹੜਾ ਨਾਮ ਹੈ ਨਾ, ਇਹ ਜਹਾਜ਼ ਹੈ। ਆਪਣੇ ਗੁਰੂ ਦੀ, ਨਾਮ ਦੀ ਵਡਿਆਈ ਕਰੋ, ਨਿਸ਼ਚੇ ਰੱਖੋ, ਭਰੋਸਾ ਰੱਖੋ, ਪਰ ਦੂਜੇ ਦੇ ਗੁਰੂ ਦੀ, ਇਸ਼ਟ ਦੀ ਨਿੰਦਾ ਨਾ ਕਰੋ। ਕਿਉਂ, ਮੈਂ ਜਿਹੜੇ ਬੇੜੇ 'ਤੇ ਬੈਠਾ, ਜਿਹੜੇ ਜਹਾਜ਼ 'ਤੇ ਬੈਠਾ, ਉਹ ਮੈਨੂੰ ਲੈ ਜਾਏਗਾ, ਪਰ ਇਹਦਾ ਇਹ ਨਹੀਂ ਮਤਲਬ ਵੀ ਦੂਜੇ ਜਿਹੜੇ ਬੇੜੇ ਨੇ, ਦੂਜੇ ਜਿਹੜੇ ਜਹਾਜ਼ ਨੇ, ਉਹ ਨਹੀਂ ਪਾਰ ਕਰ ਸਕਦੇ, ਉਹ ਵੀ ਕਰ ਸਕਦੇ ਨੇ। ਸਾਰੇ ਨਾਮ ਜਿੰਨੇ ਨੇ ਸਾਰੇ ਚੰਗੇ ਨੇ। ਮਹਾਰਾਜ ਲਿਖਿਆ, ਬਲਿਹਾਰ ਕੁਰਬਾਨ ਜਿਉਂ ਜੇਤੇ ਤੇਰੇ ਨਾਮ ਹੈ। ਹੇ ਪ੍ਰਭੂ, ਜਿੰਨੇ ਵੀ ਤੇਰੇ ਨਾਮ ਨੇ ਮੈਂ ਸਭ ਤੋਂ ਕੁਰਬਾਨ ਬਲਿਹਾਰ ਜਾਂਦਾ, ਕਿਉਂ ਇਹ ਨਾਮ ਸਾਰੇ ਬੇੜੇ ਨੇ, ਬੇੜੀਆਂ ਨੇ। ਬਾਲਮੀਕ ਤਾਂ ਅਤੇ ਮਰਾ ਮਰਾ ਵੀ, ਉਹ ਵੀ ਬੇੜਾ ਹੀ ਹੈ, ਉਹ ਮਰਾ ਮਰਾ ਕਰਕੇ ਪਾਰ। ਫਰਕ ਸਿਰਫ ਇੰਨਾ ਹੁੰਦਾ ਹੈ, ਕੋਈ ਜਿਹੜਾ ਸਰਕਾਰੀ ਜਹਾਜ਼ ਹੁੰਦੇ ਨੇ ਅਤੇ ਕੋਈ ਪ੍ਰਾਈਵੇਟ ਹੁੰਦੇ ਨੇ। ਕੋਈ ਪ੍ਰਾਈਵੇਟ ਸਵਾਰੀ 'ਤੇ ਬਹਿ ਕੇ ਟੁਰ ਜਾਂਦੇ ਨੇ, ਕੋਈ ਵੱਡੀ ਗੱਲ ਥੋੜ੍ਹੀ। ਬਾਲਮੀਕ ਕੋਲ ਪ੍ਰਾਈਵੇਟ ਹੀ ਜਹਾਜ਼ ਆ ਗਿਆ, ਮਰਾ ਮਰਾ। ਗੁਰੂ ਨਾਨਕ ਸਾਹਿਬ, ਗੁਰੂ ਪੀਰਾਂ ਦੇ ਤਾਂ ਧੁਰੋਂ ਨਾਮ ਆਏ ਨੇ ਨਾ, ਇਹ ਤਾਂ ਹੋ ਗਏ ਨਾ ਸਰਕਾਰੀ, ਸਰਕਾਰੀ, ਇਹ ਸਰਕਾਰੀ ਸਵਾਰੀ ਹੈ, ਇਹ ਜਰਨੈਲੀ ਸੜਕ ਹੈ, ਇਹ ਤਾਂ ਸਭ ਵਾਸਤੇ। ਪਰ ਕਈ ਜਰਨੈਲੀ ਸੜਕ ਹੁੰਦਿਆਂ ਵੀ ਨਹੀਂ ਕਰਦੇ ਸਫ਼ਰ, ਕੋਈ ਪੱਗ ਡੰਡੀ 'ਤੇ ਚੱਲ ਕੇ ਪਹੁੰਚ ਜਾਂਦੇ ਨੇ, ਉਹਨਾਂ ਵਾਸਤੇ ਉਹ ਪੱਗ ਡੰਡੀ ਵੀ ਠੀਕ ਹੈ। ਬਾਲਮੀਕ ਮਰਾ ਮਰਾ ਜਪ ਕੇ ਉਹਦੇ ਵਾਸਤੇ ਹੀ ਜਹਾਜ਼ ਹੋ ਗਿਆ। ਮਰਾ ਮਰਾ ਵੀ ਨਾਮ ਹੈ ਪ੍ਰਭੂ ਦਾ। ਸੋ ਇਸ ਕਰਕੇ ਜਿਹੜਾ ਹਿੰਮਤੀ ਹੈ, ਪੁਰਖਿਆਰਥੀ ਹੈ, ਉਹਨੂੰ ਭਾਵੇਂ ਛੋਟੀ ਵੱਡੀ ਵੀ ਬੇੜੀ ਮਿਲ ਜਾਓ ਅਤੇ ਬਹਿ ਕੇ ਵੀ ਪਾਰ ਉਤਰ ਜਾਂਦਾ, ਅਤੇ ਜਿੰਨੇ ਬਹਿਣੇ ਹੀ ਨਹੀਂ ਭਾਵੇਂ ਉਹਦੇ ਕੋਲ ਵੱਡਾ ਬੇੜਾ ਵੀ ਖੜ੍ਹਾ ਰਹੇ। ਵਾਹਿਗੁਰੂ ਨਾਮ ਜਹਾਜ਼ ਹੈ, ਰੋਜ਼ ਹੀ ਪੜ੍ਹਨੇ ਚੜ੍ਹੇ, ਸੋ ਜੇ ਉੱਤੇ ਬਹਾਂਗੇ, ਚੜ੍ਹਾਂਗੇ ਤਾਂ ਪਾ, ਬਹਿੰਦੇ ਹੀ ਨਹੀਂ, ਚੜ੍ਹਦੇ ਹੀ ਨਹੀਂ।
ਉਠਤ ਬੈਠਤ ਸੋਵਤ ਨਾਮ, ਸਵਾਸ ਸਵਾਸ ਹਰ ਨਾਮ ਜਪ, ਸਿਮਰ ਸਿਮਰ ਨਾਮ ਬਾਰੰਬਾਰ, ਨਾਮ ਸੰਗ ਜਿਸ ਕਾ ਮਨ ਮਾਨਿਆ, ਖੋਜਤ ਖੋਜਤ ਤੱਤ ਵਿਚਾਰਾ, ਬਿਨਾਂ ਭਜਨ ਨਹੀਂ ਛੁਟਕਾ। ਨਾਮ ਤੋਂ ਬਿਨਾਂ ਕੋਈ ਗੱਲੇ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਹੈ, ਸਾਰੇ ਗ੍ਰੰਥਾਂ 'ਚ ਕੋਈ ਪੜ੍ਹ ਲਓ, ਤੁਸੀਂ ਰਾਮਾਇਣ ਪੜ੍ਹ ਲਓ, ਗੀਤਾ ਪੜ੍ਹ ਲਓ, ਉਪਨਿਸ਼ਦਾਂ ਪੜ੍ਹ ਲਓ, ਓਮ ਇਤਿਆਖਰਮ ਬ੍ਰਹਮ। ਵੇਦਾਂ 'ਚ ਵੀ ਆਖਿਆ ਉਪਨਿਸ਼ਦਾਂ ਓਂਕਾਰ ਹੀ, ਇਹ ਅਕਸ਼ਰ ਬ੍ਰਹਮ ਹੈ। ਪ੍ਰਣਵੋ ਆਦਿ ਏਕ ਓਂਕਾਰ ਆ, ਜਲ ਥਲ ਮਈ ਉਲਕੀਓ, ਦਸਵੇਂ ਮਾਰੇ ਪ੍ਰਣਵ ਆਖਿਆ। ਉਪਨਿਸ਼ਦਾਂ 'ਚ ਪ੍ਰਣਵ ਓਂਕਾਰ ਨੂੰ ਆਖਿਆ ਹੈ। ਓਂਕਾਰ ਦਾ ਨਾਂ ਪ੍ਰਣਵ ਹੈ, ਪ੍ਰਣਵ। ਇਹਨੂੰ ਉਦਗੀਤ ਵੀ ਆਖਿਆ, ਉਦਗੀਤ। ਓਂਕਾਰ ਨੂੰ ਉਦਗੀਤ ਵੀ ਆਖਿਆ ਹੈ ਭਗਵਾਨ ਨੇ ਆਖਿਆ। ਓਮ ਇਤੇ ਆਖਰਮ ਬ੍ਰਹਮ, ਇਹ ਅੱਖਰ ਬ੍ਰਹਮ ਹੈ, ਬ੍ਰਹਮ ਰੂਪ ਹੈ। ਗੁਰੂ ਸਾਹਿਬ ਆਖਿਆ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨੇ। ਸੋ ਇਹ ਜਿਹੜੇ ਗੁਰੂ ਮਹਾਰਾਜ ਜੀ ਅੱਖਰ ਲਿਆਉਂਦੇ ਨੇ, ਨਾਮ ਲਿਆਂਦਾ ਸੱਚ, ਇਹਨੇ ਸਰਕਾਰੀ ਜਹਾਜ਼ ਇਹਦੇ 'ਤੇ ਬੈਠਿਆਂ 'ਤੇ ਪਾਰ ਉਤਰਦਾ ਹੀ ਹੈ ਜੀਵ। ਪਰ ਕਿਸੇ ਕੋਲ ਕੋਈ ਸਰਕਾਰੀ ਨਾਮ ਹੀ ਹੋਵੇ ਨੇੜੇ ਸਵਾਰੀ, ਕੋਈ ਪ੍ਰਾਈਵੇਟ ਸਵਾਰੀ 'ਤੇ ਬਹਿ ਕੇ ਸਫ਼ਰ ਕਰ ਲੈਂਦੇ ਨੇ। ਬਾਲਮੀਕ ਡਾਕੂ ਤਾਂ ਪ੍ਰਾਈਵੇਟ ਸਵਾਰੀ 'ਤੇ ਬਹਿ ਗਿਆ, ਕਿਉਂ ਮਰਾ ਮਰਾ ਕਿਸੇ ਗ੍ਰੰਥ ਵੇਦ ਦਾ ਨਾਂ ਥੋੜ੍ਹਾ ਸੀ, ਨਾ ਕਿਸੇ ਉਪਨਿਸ਼ਦ ਦੇ 'ਚ, ਨਾ ਗੀਤਾ 'ਚ, ਨਾ ਰਮਾਇਣ 'ਚ, ਨਾ ਪੁਰਾਣਾਂ 'ਚ। ਵੇਦ ਤਾਂ ਆਦਿ ਕਾਲ ਤੋਂ ਲਿਖਿਆ ਇਹਨਾਂ ਸੱਤ ਜਗ ਪਲੇ, ਉਹਨਾਂ 'ਚ ਕਿਤੇ ਨਹੀਂ ਲਿਖਿਆ ਮਰਾ ਮਰਾ ਵੀ ਜਪੋ। ਮਰਾ ਮਰਾ ਤਾਂ ਇੱਕ ਪ੍ਰਾਈਵੇਟ ਸਵਾਰੀ, ਪ੍ਰਾਈਵੇਟ ਨਾਮ, ਜਿਹੜਾ ਬਾਲਮੀਕ ਨੇ ਆਖਿਆ ਮੈਨੂੰ ਮਰਾ ਮਰਾ ਤੋਂ ਬਿਨਾਂ ਕੁਝ ਆਉਂਦਾ ਹੀ ਨਹੀਂ। ਸੰਤਾਂ ਦੀ ਜੁਗਤੀ ਸੀ, ਸੰਤਾਂ ਦੇ ਮੂੰਹ ਲਿਖਿਆ, ਬ੍ਰਹਮ ਗਿਆਨੀ ਦੇ ਮੂੰਹ ਕੋਈ ਸ਼ਬਦ ਨਿਕਲ ਜੇ, ਬ੍ਰਹਮ ਗਿਆਨੀ ਬ੍ਰਹਮ ਵਿੱਤ ਜਾ ਕੀ ਬਾਣੀ ਵੇਦ, ਜਿਹੜਾ ਤੱਤ ਵੇਤਾ ਬ੍ਰਹਮ ਗਿਆਨੀ ਉਹਦੀ ਬਾਣੀ ਜਿਹੜੀ ਵੇਦ ਦੇ ਬਰਾਬਰ ਹੈ, ਜੋ ਵੀ ਸ਼ਬਦ ਬੋਲੇਗਾ ਵੇਦ ਬਰਾਬਰ ਹੈ। ਵੇਦ ਵਿਦ ਧਾਤੂ ਤੋਂ ਗਿਆਨ ਅਰਥ ਰੱਖਦਾ ਹੈ। ਸੋ ਹਿੰਮਤੀ ਜਿਹੜਾ ਹੈ, ਪੁਰਸ਼ਾਰਥੀ ਜਿਹੜਾ ਹੈ, ਉੱਦਮ ਕਰੇਂਦਿਆਂ ਜਿਉਂ ਤੂੰ, ਕਮਾਵਦਿਆਂ ਸੁਖ ਪੁੰਜ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਿੰਨਾ ਚਿਰ ਜਿਉਂਦੇ ਹੋ ਉੱਦਮ ਨਾ ਛੱਡੋ, ਸਗਲ ਉੱਦਮ ਹੈ ਉੱਦਮ ਪਲਾਰ ਕਾ ਨਾਮ ਜਪੋ ਜੀ ਸਨ। ਜਿੰਨਾ ਚਿਰ ਜਿਉਂਦੇ ਉੱਦਮ ਨਾਲ, ਕਮਾਵਦਿਆਂ ਸੁਖ ਪੁੰਜ, ਇਹ ਕਮਾਈ ਨਾਲ ਸੁੱਖ ਪਹੁੰਚੋਗੇ। ਇਹ ਕਮਾਈ ਹੁੰਦੀ ਸਰੀਰਕ ਨਿਰਵਾਹ ਵਾਸਤੇ, ਉਹ ਵੀ ਚੰਗੀ ਹੈ। ਕਿਰਤ ਅਤੇ ਕੀਰਤੀ ਗੁਰੂ ਸਾਹਿਬ ਨੇ ਇਕੱਠੇ ਰੱਖੇ ਨੇ, ਅਤੇ ਧਿਆਇਂਦਿਆਂ ਤੂੰ ਪ੍ਰਭੂ, ਜਦੋਂ ਧਿਆਨ ਜੁੜ ਗਿਆ ਵਿੱਚ ਪ੍ਰਭੂ ਮਿਲ ਪਏਗਾ, ਚਿੰਤਾ ਜਾਂਦੀ ਰਹੇਗੀ। ਚਿੰਤਾ ਜਿੱਥੇ ਨਾ ਰਹਿ, ਬਸ ਧਰਤੀ ਸ਼ੋਕ ਮੁਆਤਮ ਵਿੱਚ ਨਿਹਾਲ ਹੋ ਗਿਆ, ਕ੍ਰਿਤ ਕ੍ਰਿਤ ਹੋ ਗਿਆ। ਇਹਦਾ ਨਾ ਨਿਹਾਲ, ਇਹਦਾ ਨਾ ਕ੍ਰਿਤ ਕ੍ਰਿਤ ਅਵਸਥਾ। ਤ੍ਰਿਪਤ, ਤ੍ਰਿਪਤ ਰਹੇ ਆਘਾਏ, ਆਘਾ ਇਹ ਬਾਂਗਰੂ ਲਫਜ਼ ਹੈ, ਜਿਹਦਾ ਅਰਥ ਹੈ ਜਿਹਨੂੰ ਇਹ, ਜਿਵੇਂ ਅਸੀਂ ਬਹੁਤਾ ਖਾ ਲਈਏ ਅਤੇ ਆਖੇ ਮੈਂ ਤਾਂ ਕੰਨੋ ਕੰਨ ਹੋ ਗਿਆ, ਮੈਂ ਤਾਂ ਗਲੋ ਗਲ ਹੋ ਗਿਆ, ਮੈਂ ਤਾਂ ਨਾਸਾਂ ਪਰਨੇ ਹੋ ਰਿਹਾ। ਮਤਲਬ ਜਿਹੜੇ ਸਿਮਰਨ ਕਰਦੇ ਕਰਦੇ ਤ੍ਰਿਪਤ ਹੋ ਗਏ, ਜਿਨ੍ਹਾਂ ਦੇ ਅੰਦਰ ਹੁਣ ਕੋਈ ਸਾਰੀ ਚਿੰਤਾ ਬਿਲਾ ਗਈ, ਨਸ਼ਟ ਹੋ ਗਈ, ਬਸ ਉਹ ਕ੍ਰਿਤ ਕ੍ਰਿਤ ਅਵਸਥਾ ਨੂੰ ਉਹ ਨਿਹਾਲ ਹੋ ਗਿਆ, ਆਘਾ ਗਿਆ, ਰੱਜ ਗਿਆ, ਤ੍ਰਿਪਤ ਹੋ ਗਿਆ। ਹੁਣ ਇੱਕ ਗ੍ਰਹਿ ਵੀ ਨਹੀਂ ਖਾਧੀ ਜਾਂਦੀ, ਹੁਣ ਉਹਨੂੰ ਕੋਈ ਕਿਸੇ ਪਾਸਿਓਂ ਚਿੰਤਾ ਚੋਰਾ ਨਹੀਂ ਹੈ, ਪਰਮ ਆਨੰਦ ਦੀ ਅਵਸਥਾ ਹੋ ਗਈ ਬ੍ਰਹਮ ਗਿਆਨੀ। ਸੋ ਇਹ ਵੇ ਪੂਰਨ ਮੰਜਲ ਅਸਲ ਧਿਆਨ। ਡੰਡਾ ਪ੍ਰਤੀਤ ਖਿੰਥਾ ਕਾਲ, ਕਾਲ ਨੂੰ ਯਾਦ ਰੱਖਣਾ ਗੋਦੜੀ, ਕੁਆਰੀ ਕਾਇਆ ਜੁਗਤ, ਕਾਨਿਆਂ ਨੂੰ ਪਵਿੱਤਰ ਰੱਖਣਾ, ਇਹ ਜੁਗਤ ਹੈ। ਡੰਡਾ ਪ੍ਰਤੀਤ, ਭਰੋਸੇ ਦਾ ਹੋਵੇ ਡੰਡਾ, ਕਿਉਂ ਜੋਗੀ ਜਿਹੜੇ ਨੇ ਕੰਨਾਂ 'ਚ ਪਾਉਂਦੇ ਨੇ ਮੁੰਦਰਾਂ, ਅਤੇ ਖੱਪਰ 'ਤੇ ਝੋਲੀ ਰੱਖਦੇ ਨੇ ਜਿਹਦੇ ਪਿੱਛਿਆ ਲਿਆਉਂਦੇ ਨੇ, ਅਤੇ ਬਬੂਤੀ ਲੈਂਦੇ ਨੇ ਸਰੀਰ 'ਤੇ ਸੁਆਹ ਰਾਖ, ਅਤੇ ਗੋਦੜੀ 'ਤੇ ਬਹਿੰਦੇ ਨੇ, ਹਾਂਜੀ, ਅਤੇ ਬ੍ਰਹਮਚਰਜ ਰੱਖਦੇ ਨੇ, ਪਵਿੱਤਰ ਰੱਖਦੇ ਨੇ ਮਨੋ,
ਬ੍ਰਹਮਚਰਜ ਰੱਖਦੇ ਨੇ ਕੁਆਰੀ। ਇਹਦਾ ਹੋਰ ਵੀ ਇੱਕ ਅਰਥ ਹੈ, ਜੁਗਤ ਡੰਡਾ ਪ੍ਰਤੀਤ, ਹੱਥੇ ਡੰਡਾ ਰੱਖਦੇ ਨੇ ਗੁਰੂ ਸਾਹਿਬ। ਪ੍ਰਤੀਤ ਰੱਖਣੀ, ਭਰੋਸਾ ਰੱਖਣਾ, ਬਿਨ ਜਾਣੇ ਨਾ ਹੋਏ ਪ੍ਰਤੀਤੀ, ਬਿਨ ਪ੍ਰਤੀਤ ਨਾ ਹੋਏ ਪ੍ਰੀਤੀ, ਤੁਲਸੀ ਰਾਮਾਇਣ ਲਈ ਜਾ ਕਰ ਇਹਦੇ ਵਿਸ਼ਵਾਸ ਪ੍ਰਭ ਆਇਆ, ਤੱਤ ਗਿਆਨ ਤਿਸ ਮਨ ਪ੍ਰਗਟਾਇਆ। ਸ਼ਰਧਾ ਵਾਮ ਲੱਭ ਤੇ ਗਿਆਨਮ, ਤਤਪਰਾ ਸਾਈਂ ਤੇ ਇੰਦਰੀਆ, ਗਿਆਨਮ ਲਭਦਾ ਪ੍ਰਾਮ ਸ਼ਾਂਤੀ ਮਾਚਰੇਣ ਅਧੀ ਗੱਛਤੀ। ਬਹੁਤਾ ਚਿਰ ਨਹੀਂ ਲੱਗਦਾ, ਤਤਕਾਲ ਸ਼ਾਂਤੀ ਆ ਜਾਂਦੀ ਹੈ। ਆਈ ਪੰਥੀ ਸਗਲ, ਇਹਨਾਂ ਦੇ 12 ਪੰਥ ਨੇ ਯੋਗੀਆਂ ਦੇ, ਉਹਨਾਂ 'ਚੋਂ ਇੱਕ ਆਈ ਪੰਥ ਹੈ, ਉਹ ਸਭ ਨੂੰ ਸਤਿਕਾਰ ਪਿਆਰ ਦਿੰਦਾ, ਸਭ ਤੋਂ ਵੱਡਾ ਹੈ 12 ਪੰਥਾਂ 'ਚ। ਗੁਰੂ ਸਾਹਿਬ ਆਉਂਦੇ ਨੇ, ਸਾਡਾ ਆਈ ਪੰਥ ਕਿਹੜਾ ਹੈ? ਆਈ ਪੰਥੀ ਸਗਲ ਜਮਾਤੀ, ਆ ਸਾਰੇ ਸੰਸਾਰ ਨੂੰ ਆਪਣੀ ਜਮਾਤ ਸਮਝਣਾ, ਇਹ ਸਾਡਾ ਆਈ ਪੰਥ ਹੈ। ਸਭ ਨੂੰ ਨਾਲ ਲੈ ਕੇ ਸਾਰੀ ਸੰਗਤ ਨੂੰ ਨਾਲ ਪਾਰ ਉਤਾਰਨਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਤ ਸੰਗਤ ਮਤ ਹੈ। ਗੁਰੂ ਮਹਾਰਾਜ ਜੀ ਸਭ ਦਾ ਭਲਾ, ਸਾਰੇ ਸੰਸਾਰ ਦਾ ਭਲਾ ਲੋਚਦੇ ਨੇ। ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗਭੇ ਤਰੋ। ਕਲਯੁਗ ਵਿੱਚ ਗੁਰੂ ਅਰਜਨ ਸਾਹਿਬ ਜਹਾਜ਼ ਬਣਾਇਆ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ। ਸਗਲ ਸ੍ਰਿਸ਼ਟ ਲਗਭੇ, ਸਾਰੀ ਸ੍ਰਿਸ਼ਟੀ ਉਹਦੇ ਨਾਲ ਲੱਗ ਕੇ ਤਰ ਸਕਦੀ ਹੈ, ਮਤਲਬ ਸਾਰੀ ਸ੍ਰਿਸ਼ਟੀ 'ਚੋਂ ਜਿਹੜਾ ਵੀ ਆ ਜਾਏ। ਇਹ ਨਹੀਂ ਵੀ ਸਾਰੀ ਸ੍ਰਿਸ਼ਟੀ ਉਸ ਤਰ੍ਹਾਂ, ਫਿਰ ਜਗਿਆਸੂ ਦੂਜੇ ਤੀਜੇ ਦਾ ਫਰਕ ਹੀ ਨਾ ਰਹੇਗਾ, ਫਿਰ ਸਾਰੇ ਤਰ ਜਾਣ। ਸਗਲ ਸ੍ਰਿਸ਼ਟ ਲਗਭੇ ਤਰੋ ਦਾ ਮਤਲਬ ਇਹ ਹੈ ਵੀ ਸਾਰੀ ਸ੍ਰਿਸ਼ਟੀ 'ਚੋਂ ਕੋਈ ਆ ਜਾਏ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 'ਚੋਂ ਵਰਨਾ ਕੋ ਸਾਂਝ, ਕੋਈ ਪਾਪੀ ਆ ਜਾਏ, ਪੁੰਨੀ ਆ ਜਾਏ, ਛੋਟਾ ਆ ਜਾਏ, ਵੱਡਾ ਆ ਜਾਏ, ਮੁਸਲਮਾਨ ਆ ਜਾਏ, ਅੰਗਰੇਜ਼ ਆ ਜਾਏ, ਹਿੰਦੂ ਆ ਜਾਏ, ਪਾਰਸੀ ਆ ਜਾਏ, ਬੋਧੀ ਆ ਜਾਏ, ਜੈਨੀ ਆ ਜਾਏ, ਥੋੜ੍ਹੇ ਮਤ ਨੇ, ਬੜੇ ਮਤ ਨੇ, ਸਾਡੇ ਦੇਸ਼ ਹੀ ਬੜੇ ਮਤ ਨੇ। ਹੋਰ ਗੁਰੂ ਨਾਨਕ ਸਾਹਿਬ ਤਾਂ ਸਭ ਹਰੇਕ ਦੇਸ਼ 'ਚ ਗਏ ਨੇ, ਹਰੇਕ ਬੋਲੀ 'ਚ ਉਪਦੇਸ਼ ਦਿੱਤਾ ਹੈ, ਭਾਖਿਆ ਭਾਓ ਅਪਾਰ। ਬੋਲੀਆਂ ਦੇ ਲਿਹਾਜ਼ ਨਾਲ ਅਨੰਤ ਨਾਮ ਨੇ, ਗੁਰੂ ਨਾਨਕ ਸਾਹਿਬ ਤਾਂ ਸਭ ਬੋਲੀਆਂ ਨੂੰ ਜਾਣਦੇ ਨੇ, ਸਾਰੇ ਦੇਸ਼ਾਂ 'ਚ ਸਾਰੀਆਂ ਬੋਲੀਆਂ 'ਚ ਉਪਦੇਸ਼ ਦਿੱਤਾ, ਸਭ ਨੂੰ ਤਾਰਿਆ, ਸਭ ਦਾ ਭਲਾ ਕੀਤਾ। ਸਭ ਕਲ ਉਦਰੀ ਇੱਕ ਨਾਮ ਧਰਮ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਬਾਬੇ ਤਾਰੇ ਚਾਰ ਚੱਕ, ਚਾਰੇ ਚੱਕ ਪਏ, ਚੌਵਾਂ ਦਿਸ਼ਾ 'ਚ ਗਏ ਗੁਰੂ ਸਾਹਿਬ, ਸਭ ਜਗ੍ਹਾ ਉਪਦੇਸ਼ ਦਿੱਤਾ, ਸਭ ਨੂੰ ਤਾਰਿਆ ਹੈ। ਪਰ ਤਰਿਆ ਤਾਂ ਉਹ ਜਿਹਨੇ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਮੰਨ ਲਏ। ਉਹ ਆਈ ਪੰਥੀ ਸਗਲ ਜਮਾਤੀ, ਗੁਰੂ ਸਾਹਿਬਾਨ ਨੇ ਸਾਰੇ ਸੰਸਾਰ ਦੇ ਜਿੰਨੇ ਜੀ ਨੇ, ਇਹ ਸਾਡੀ ਜਮਾਤ ਹੈ। ਯੋਗੀਆਂ 'ਚ ਜਮਾਤ ਹੁੰਦੀ ਹੈ, ਸਾਰਿਆਂ ਦਾ ਜਿਹੜਾ ਇਕੱਠ ਹੁੰਦਾ ਉਹ ਜਮਾਤ ਆਉਂਦੇ ਨੇ। ਮੁਸਲਮਾਨਾਂ ਦੀ ਜਮਾਤ ਕਰਾਮਾਤ, ਭਾਈ ਸੰਗਠਨ ਜਿਹੜਾ, ਇਹਦੇ 'ਚ ਤਾਕਤ ਹੁੰਦੀ ਹੈ ਨਾ। ਜਿਵੇਂ ਆ ਬੌਧ ਭਿਕਸ਼ੂ ਵੀ ਉਹ ਪੜ੍ਹਦੇ ਨਾ, ਉਹ ਪ੍ਰਾਰਥਨਾ, ਸੰਘਾ ਨਾਮ ਸ਼ਰਣਮ, ਸੰਘਾ ਜਿਹੜਾ ਸਾਰਿਆਂ ਦਾ ਇਕੱਠ ਹੈ ਸੰਗਤ, ਉਹਦੀ ਸ਼ਰਨ 'ਚ। ਗੁਰੂ ਸਾਹਿਬ ਆਉਂਦੇ ਨੇ, ਸਾਰੇ ਜਿੰਨੇ ਜੀਵ ਹੈ ਸਾਰੀ ਸ੍ਰਿਸ਼ਟੀ ਦੇ, ਤੁਹਾਡੀ ਤਾਂ ਜਮਾਤ ਹੈ ਨਾ, 100, 50 ਦੀ, 200 ਦੀ, 500, 1000 ਦੀ ਹੋ ਜਾਏਗੀ, 10,000, 20,000 ਦੀ, 1,00,000 ਦੀ, 2,00,000 ਦੀ, ਕਿੰਨੀ ਕੁ ਹੋ ਸਕਦੀ ਹੈ। ਸਿੱਧ ਤਾਂ 84 ਹੋਈ ਸੀ, ਨਾਥ 9 ਗਿਣਦੇ ਨੇ, ਜਤੀ 6 ਗਿਣਦੇ ਨੇ। ਪਰ ਮਹਾਰਾਜ ਜੀ ਆਉਂਦੇ, ਜਿੰਨੇ ਵੀ ਜੀਵ ਹੈ ਛੋਟੇ ਵੱਡੇ, ਮਹਾਰਾਜ ਤਾਂ ਸਭ ਕੋਲ ਗਏ ਨੇ। ਬਾਬਾ ਦੇਖੇ ਧਿਆਨ ਧਰ, ਨੌ ਖੰਡ ਪ੍ਰਿਥਵੀ ਜਿੱਥੇ ਤੱਕ ਆਹੀ। ਬਾਬੇ ਨੇ ਧਿਆਨ ਧਰਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ
ਨੌ ਖੰਡ ਪ੍ਰਿਥਵੀ ਜਿੱਥੋਂ ਤੀਕ ਸੀ ਭਾਈ ਸਾਰੀ ਸ੍ਰਿਸ਼ਟੀ ਸੜਦੀ ਹੈ ਪਈ, ਬਲਦੀ ਹੈ ਪਈ, ਈਰਖਾ 'ਚ, ਵਕੀਲੀ 'ਚ, ਬੇਨਿਆਈ 'ਚ, ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ, ਕਲਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ ਕਸਾਈਆਂ ਵਾਂਗ। ਤਾਂ ਹੀ ਮਾਰੇ ਜੀਵ, ਤੂੰ ਸਦਾ ਪਰਮਾਤਮਾ ਨੂੰ ਇਹ ਸੰਸਾਰ ਚਾਰ ਚੁਫੇਰੇ ਤੈਨੂੰ ਲਾਖ ਅਹੇਰੀ ਏਕ ਜੀਓ ਕੇਤਾ ਬੰਚੋ, ਲੱਖਾਂ ਸ਼ਿਕਾਰੀ ਨੇ ਤੇਰੇ ਪਿੱਛੇ ਲੱਗੇ ਚਾਰ ਚੁਫੇਰੇ। ਮੈਂ ਕਰਨਾ ਬੋਲ ਬੱਕਰਿਆ, ਬੈਠਾ ਕੋਲ ਕਸਾਈ ਹੈ। ਦਇਆ ਸਿੰਘ ਸਾਧੂ ਨੇ ਲਿਖਿਆ ਹੈ, ਮੈਂ ਨਾ ਕਰ ਬਹੁਤੀ, ਕਸਾਈ ਕਾਲ ਇੱਕ ਨਾਲ ਹੀ ਬੈਠਾ ਹੋਇਆ, ਕਾਲ ਬਿਆਲ ਜਿਉਂ ਭਰਿਓ ਡੋਲ, ਮੂੰਹ ਅੱਡੀ ਬੈਠਾ ਹੈ। ਇਹ ਮੈਂ ਛੱਡ ਦੇ, ਹਉਮੈਂ ਛੱਡ ਦੇ, ਅਹੰਕਾਰ ਛੱਡ ਦੇ, ਜੀਵ ਭਾਵ ਛੱਡ ਦੇ, ਸਾਰਿਆਂ ਦੇ ਨਾਲ ਆਪਣੇ ਆਪ ਨੂੰ ਅਭੇਦ ਕਰ, ਸਭ ਮੇਂ ਜੋਤ, ਸਾਰਿਆਂ ਹੀ ਪ੍ਰਭੂ ਦੀ ਜੋਤ ਹੈ। ਵਵਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੂ। ਪ੍ਰਭੂ ਪਰਮਾਤਮਾ ਕੀੜੀ ਤੋਂ ਬ੍ਰਹਮਾ ਤੀਕ ਸਾਰਿਆਂ ਛੁਪਿਆ ਹੋਇਆ ਹੈ, ਕਿਸੇ ਜਗ੍ਹਾ ਊਣਾ ਨਹੀਂ ਹੈ, ਸਭ ਵਿੱਚ ਪਰਿਪੂਰਨ ਹੈ ਪਰਮਾਤਮਾ ਜਿਹੜਾ ਹੈ। ਘੱਟ ਘੱਟ ਮੇਂ ਹਰ ਜੂ ਬਸੇ, ਏਕੋ ਦੇਵਾ ਸਰਭੂਤੇਸ਼ੂ ਗੂੜਾ, ਸਰਵਵਿਆਪੀ ਉੱਥੇ ਸਾਰੇ ਪਰਿਪੂਰ, ਸਾਰੇ ਸਭ ਦੇ ਅੰਦਰ ਛੁਪਿਆ ਹੋਇਆ ਹੈ। ਸਗਲ ਬਨਸਪਤ ਮੈਂ ਬੈਸੰਤਰ, ਜਿਵੇਂ ਸਾਰੀਆਂ ਲੱਕੜੀਆਂ 'ਚ ਅਗਨੀ ਹੈ ਬਸੰਤਰ, ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਹੀ ਘਿਓ ਛੁਪਿਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ, ਮਾਧੋ ਮਾਇਆਪਤੀ ਪਰਮਾਤਮਾ ਅਤੇ ਹਰੇਕ ਘਾਟੇ 'ਚ ਹਰੇਕ ਸਰੀਰ 'ਚ। ਤਾਂ ਹੀ ਗੁਰੂ ਸਾਹਿਬ ਸਾਰਿਆਂ ਦਾ ਭਲਾ ਕਰਦੇ ਨੇ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਥਾਂ ਦੀ ਜਮਾਤ ਹੁੰਦੀ ਹੈ, ਸਿੱਧਾਂ ਦੀ ਜਮਾਤ ਹੁੰਦੀ ਹੈ, ਅਤੇ ਮਹਾਰਾਜ ਜੀ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਦੇ ਜੀਵ ਸਾਡੀ ਜਮਾਤ ਹੈ, ਸਾਰੀ ਸੰਗਤ ਹੈ, ਇਹ ਹੀ ਸਾਡਾ ਆਈ ਪੰਥ ਹੈ। ਤੁਸੀਂ ਜਗਤ ਨੂੰ ਜਿੱਤਦੇ ਹੋ, ਜਗਤ ਤੋਂ ਪੂਜਾ ਕਰਵਾਉਂਦੇ ਹੋ, ਰਿੱਧਾਂ ਸਿੱਧਾਂ ਦੇ ਪ੍ਰਭਾਵ ਨਾਲ ਰਾਜਿਆਂ ਨੂੰ ਚੇਲੇ ਬਣਾਉਂਦੇ ਹੋ, ਗੋਪੀ ਚੰਦ ਨੂੰ, ਪਰਥਰੀ ਨੂੰ, ਹੋਰ ਬੜੇ ਬੜੇ ਰਾਜੇ ਗੁਰਖ ਨੇ ਚੇਲੇ ਬਣਾਏ। ਮਛੰਦਰ ਰਾਜੇ ਦੇ ਸਰੀਰ 'ਚ ਧੱਸ ਗਿਆ, ਪ੍ਰਵੇਸ਼ ਕਰ ਗਿਆ। ਸੋ ਲੋਕਾਂ ਨੂੰ ਆਪਣਾ ਲੋਹਾ ਮਨਵਾਉਣਾ, ਸਿੱਕਾ ਮਨਵਾਉਣਾ, ਆਪਣਾ ਮਾਣ ਹੰਕਾਰ ਵਧਾਉਣਾ, ਮਾਣ ਹੰਕਾਰ ਕਰਕੇ ਜੀਵ ਅੱਗੇ ਫਸਿਆ ਨਰਕ ਸੁਰਗ 'ਚ, ਹੋਰ ਉੱਤੋਂ ਜ਼ਿਆਦੀ ਹਉਮੈ ਦੀ ਪੂਰੀ ਪੀਚਣੀ ਗੰਢ ਹੋ ਜਾਂਦੀ ਹੈ। ਹੈ ਕੋ ਮੀਤ ਜੋ ਤੋਰੇ ਬਿਖਮ ਗਾਂਠ, ਇਹ ਤਾਂ ਬਿਖਮ ਗਾਂਠ ਹੈ ਹੰਕਾਰ ਦੀ, ਹਉਮੈ ਦੀ। ਅਤੇ ਮਹਾਰਾਜ ਜੀ ਕਹਿੰਦੇ ਨੇ ਤੁਸੀਂ ਤਾਂ ਜਗਤ ਨੂੰ ਜਿੱਤਦੇ ਹੋ, ਸਾਰੇ ਜਗਤ ਨੂੰ ਮੇਰੇ ਵੱਸ ਆ ਜਾਏ। ਸਾਰਾ ਜਗਤ ਕਿਸੇ ਵੱਸ ਆਉਂਦਾ? ਇਹਦੇ ਤੁਹਾਡੀ ਧਾਰਨਾ ਹੀ ਗਲਤ ਹੈ। ਸਾਰੇ ਜਗਤ ਨੂੰ ਜਿੱਤਣ ਲਈ ਤੁਸੀਂ ਨਹੀਂ ਮਤਲਬ ਸੁਤੰਤਰ, ਆਪਣੇ ਆਪ ਨੂੰ ਜਿੱਤਣ ਲਈ ਸੁਤੰਤਰ ਜੇ। ਕੰਮ ਉਹ ਕਰੋ ਜਿਹੜਾ ਕਰਨੇ 'ਚ ਅਸੀਂ ਸੁਤੰਤਰ ਹੋਈਏ। ਆਪਣੇ ਆਪ ਨੂੰ ਜਿੱਤੋ, ਮਨ ਜੀਤੇ ਜਗ। ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਆਉਂਦੇ ਨੇ ਅਸੀਂ ਤਾਂ ਮਨ ਨੂੰ ਜਿੱਤ ਲਈਏ, ਅਤੇ ਜਗਤ ਜਿੱਤਿਆ ਗਿਆ। ਮਹਾਰਾਜ ਜੀ ਆਉਂਦੇ ਨੇ ਵੀ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੇ, ਹਾਰੇ 'ਚ ਵੀ ਜਿੱਤੇ, ਜਿੱਤੇ 'ਚ ਵੀ ਹਾਰੇ, ਉਸਤਤ ਵੀ ਨਿੰਦਿਆ, ਨਿੰਦਿਆ 'ਚ ਵੀ ਉਸਤਤ। ਮਤਲਬ ਅਸੀਂ ਆਪਣੇ ਆਪ ਨੂੰ ਮਾਰਨੇ ਹਾਂ, ਸਾਡਾ ਜੰਗ ਆਪਣੇ ਆਪ ਨਾਲ ਲੱਗਾ ਹੋਇਆ ਹੈ, ਦੂਜੇ ਨਾਲ ਨਹੀਂ। ਜਿਸ ਦਿਨ ਆਪਣੇ ਆਪ 'ਤੇ ਫਤਿਹ ਪਈ, ਮਨ ਜੀਤ, ਮਾਰੇ ਆਖਿਆ ਫਤਿਹ ਤਾਂ ਉਦੋਂ ਹੋਣੀ ਜਿੱਦਣ ਮਨ ਜਿੱਤਿਆ ਗਿਆ, ਦੂਜੇ ਨੂੰ ਜਿੱਤਿਆ ਫਤਿਹ ਹੋਣੀ ਹੁੰਦੀ ਤਾਂ ਸਿਕੰਦਰ ਹੀ ਕਰ ਲੈਂਦਾ, ਹਿਟਲਰ ਕਰ ਲੈਂਦਾ, ਨੈਪੋਲੀਅਨ ਕਰ ਲੈਂਦਾ, ਔਰੰਗਜ਼ੇਬ ਕਰ ਲੈਂਦਾ, ਹਰਨਾਕਸ਼ ਕਰ ਲੈਂਦਾ, ਰਾਵਣ ਕਰ ਲੈਂਦਾ, ਉਹ ਜਗਤ ਨੂੰ ਜਿੱਤਦੇ ਰਹੇ ਨੇ। ਇਹ ਰਾਹ ਹੀ ਗਲਤ ਹੈ, ਇਹ ਕਿਰਾਏ ਪੈ ਗਏ। ਗੁਰੂ ਮਹਾਰਾਜ ਜੀ ਐਡੇ ਵੱਡੇ ਸਿੱਧ ਹੋ ਕੇ ਫਿਰ ਵੀ ਕਿਰਾਏ ਪਏ ਹੋਏ ਨੇ। ਮਾਰੀਆ ਤੁਹਾਡਾ ਰਾਹ ਹੀ ਇਹ ਗਲਤ,
ਭਾਂਡਾ ਧੋ ਨਾ ਜਾਣਦੇ, ਤੇਰੀ ਮਾਂ ਕੋ ਚੱਜੀ ਆਈ, ਤੁਹਾਡੀ ਮਾਂ ਹੀ ਕੋ ਚੱਜੀ ਹੈ, ਤੁਹਾਡਾ ਭਾਂਡਾ ਨਹੀਂ ਧੋਪਿਆ। ਰਾਹ ਹੀ ਗਲਤ ਦੱਸਿਆ ਉਹਨੇ, ਇਹ ਰਾਹ ਨਹੀਂ ਹੈ। ਮਿੱਠਾ ਬੋਲੇ ਨਿਉਂ ਚੱਲੇ, ਸ਼ੁਭ ਗੁਣ ਧਾਰਨ ਕਰੋ। ਹਾਂ, ਤੁਸੀਂ ਜਗਤ ਨੂੰ ਜਿੱਤਦੇ ਹੋ, ਅਸੀਂ ਆਪਣੇ ਆਪ ਨੂੰ ਜਿੱਤਦੇ ਹਾਂ, ਮਨ ਨੂੰ ਜਿੱਤ। ਜਿਹੜਾ ਮਨ ਜਿੱਤ ਲਏ ਉਹ ਜਗਤ ਨੂੰ ਜਿੱਤ ਲੈਂਦਾ, ਜਗਤ ਨੂੰ ਜਿੱਤੇ ਹੋਏ ਆਪਣੇ ਮਨ ਤੋਂ ਹਾਰ ਜਾਂਦੇ ਨੇ, ਨਰਕ ਨੂੰ ਟੁਰ ਜਾਂਦੇ ਨੇ। ਮਨ ਤੋਂ ਹਾਰ ਗਏ, ਵਾਸਨਾ 'ਚ ਰਹਿ ਗਏ। ਇੰਦਰ ਜਿਹੜਾ ਹੈ ਸਾਰੇ ਜਗਤ ਤੋਂ ਉੱਚੀ ਅਹੁਦੀ ਲੈ ਗਿਆ, ਸਵਰਗ ਲੋਕ ਦਾ ਰਾਜਾ, ਆਪਣੇ ਮਨ ਤੋਂ ਹਾਰ ਕੇ ਗੌਤਮ ਤੋਂ ਸਰਾਪ ਲੈ ਲਏ। ਸੋ ਮਨ ਤੋਂ ਜੀਵ ਹਾਰਦਾ ਰਹਿੰਦਾ ਹੈ। ਅਸ਼ਟਾਵਕਰ ਗੀਤਾ 'ਚ ਜਨਕ ਨੂੰ ਜਿਹੜਾ ਪਹਿਲਾ ਹੀ ਸਲੋਕ ਸੁਣਾਇਆ ਅਸ਼ਟਾਵਕਰ ਨੇ, ਉਹ ਇਹੀ ਸੁਣਾਇਆ ਸੀ, ਮੁਕਤਮ ਇੱਛਾ ਸੀ ਚੇਤਾਤ ਵਿਸ਼ ਅਨਵੇਸ਼ ਤਜ ਕਸ਼ਮਾ ਅਰਜਮ ਸਤਿਅਮ ਪਿਊਸ਼ਵਤ ਭਾਜ। ਕਹਿੰਦਾ ਰਾਜਾ, ਜੇ ਤੈਨੂੰ ਮੁਕਤੀ ਦੀ ਇੱਛਾ ਹੈ ਨਾ, ਤਾਂ ਵਿਸ਼ਿਆਂ ਨੂੰ ਵਿਸ਼ ਸਮਝ ਕੇ ਤਿਆਗ ਦੇ ਅੱਜ ਤੋਂ। ਇਹ ਇੰਦਰੀਆਂ ਦੇ ਵਿਸ਼ੇ, ਇਹਨਾਂ ਨੂੰ ਵਿਸ਼ ਸਮਝ। ਮੁਕਤਮ ਇੱਛਾ ਸੀ, ਜੇ ਮੁਕਤੀ ਦੀ ਇੱਛਾ ਰੱਖਦਾ ਹੈ ਤਾਂ ਵਿਸ਼ਿਆਂ ਨੂੰ ਵਿਸ਼ ਤਜ, ਇਹ ਵਿਸ਼ਿਆਂ ਨੂੰ ਵਿਸ਼ ਸਮਝਦਾ ਅੱਜ ਤੋਂ। ਜ਼ਹਿਰ ਜ਼ਹਿਰ ਖਾਧਿਆਂ ਇੱਕ ਵਾਰ ਮਰਦਾ ਹੈ, ਵਿਸ਼ਿਆਂ ਰੂਪੀ ਜ਼ਹਿਰ ਖਾਧਿਆਂ ਵਾਰ ਵਾਰ ਜੰਮਦਾ ਮਰਦਾ ਹੈ। ਏਡੀ ਭਿਆਨਕ ਜ਼ਹਿਰ ਹੈ। ਕਸ਼ਮਾ ਅਰਜਮ ਸਤਿਅਮ ਪਿਊਸ਼, ਇਹ ਸ਼ੁਭ ਗੁਣ ਨੇ, ਇਹਨਾਂ ਨੂੰ ਅੰਮ੍ਰਿਤ ਸਮਝ ਕੇ ਇਹਨਾਂ ਦਾ ਸੇਵਨ ਕਰ। ਆਰਜਮ ਕਿਹਨੂੰ ਹੈ? ਸਰਲਤਾ, ਸਰਲਤਾ। ਅੱਛੇ ਗੁਣ ਜਿਹੜੇ ਨੇ ਇਹਨਾਂ ਨੂੰ ਅੰਮ੍ਰਿਤ ਸਮਝ ਕੇ ਹਿਰਦੇ 'ਚ ਧਾਰਨ ਕਰ ਲੈ। ਇੰਦਰੀਆਂ ਨੂੰ ਅਤੇ ਇੰਦਰੀਆਂ ਦੇ ਵਿਸ਼ਿਆਂ ਨੂੰ ਵਿਸ਼ ਸਮਝ ਕੇ ਤਿਆਜ, ਇਹਨਾਂ ਨੂੰ ਤਿਆਗ ਦੇ, ਛੱਡ ਦੇ, ਉਪਰਾਮ ਹੋ ਜਾ, ਇਹਨਾਂ ਤੋਂ ਵੱਖਰਾ ਹੋ ਜਾ। ਵਿਚਾਰ ਦੁਆਰਾ, ਵਿਰਾਗ ਦੁਆਰਾ, ਸਿਮਰਨ ਦੁਆਰਾ, ਸੰਗਤ ਦੁਆਰਾ, ਸੇਵਾ ਦੁਆਰਾ, ਇਹਨਾਂ ਨੂੰ ਸਾਧ। ਹਾਂਜੀ, ਸਾਧ ਹੋਏ ਮਨ ਸਾਧ ਕੇ, ਮਨ ਜੀਤੇ ਜਗ ਜੀਤ। ਮਨ ਨੂੰ ਜਿੱਤਣਾ ਜਗਤ ਨੂੰ ਜਿੱਤਣਾ ਹੈ। ਜਗਤ ਨੂੰ ਜਿੱਤ ਕੇ ਮਨ ਤੋਂ ਹਾਰ ਜਾਣਾ, ਨਰਕ ਹੀ ਟੁਰ ਗਏ। ਰਾਵਣ ਮਨ ਤੋਂ ਹਾਰ ਗਿਆ, ਜਿਹੜੇ ਕੰਮੋਂ ਵਰਜਿਆ ਸਾਰਿਆਂ ਉਹ ਹੀ ਕੰਮ ਕੀਤਾ। ਮਹਾਰਾਜ ਉਹਨੂੰ ਮੂਰਖ ਆਖਿਆ ਗੁਰਬਾਣੀ, ਲੰਕਾ ਗੜ ਸੋਨੇ ਕਾ ਪਾਇਆ, ਮੂਰਖ ਰਾਵਣ ਕਿਆ ਲੈ ਗਿਆ। ਹਰਨਾਕਸ਼ ਨੂੰ ਦੁਸ਼ਟ ਆਖਿਆ ਗੁਰਬਾਣੀ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਧਰਾਇਆ। ਜਗਤ ਨੂੰ ਜਿੱਦਾਂ ਦਾ ਸੀ, ਜਲੇ ਵੀ ਹਰਨਾਕਸ਼, ਥਲੇ ਵੀ ਹਰਨਾਕਸ਼, ਹੇਠਾਂ ਵੀ ਹਰਨਾਕਸ਼, ਉੱਤੇ ਵੀ ਹਰਨਾਕਸ਼, ਦਾਏ ਵੀ ਹਰਨਾਕਸ਼, ਬਾਏ ਵੀ ਹਰਨਾਕਸ਼, ਸਭਨੀ ਪਾਸੇ ਹਰਨਾਕਸ਼ ਹਰਨਾਕਸ਼, ਪਹਿਲਾਂ ਵੀ ਹਰਨਾਕਸ਼, ਅੱਗੋਂ ਵੀ। ਪ੍ਰਹਲਾਦ ਆਉਂਦਾ, ਇਹ ਗੱਲ ਨਹੀਂ, ਇਹ ਝੂਠ ਹੈ। ਜਲੇ ਵੀ ਰਾਮ ਹੈ, ਥਲੇ ਵੀ ਰਾਮ ਹੈ, ਹੇਠਾਂ ਵੀ ਰਾਮ, ਉੱਤੇ ਵੀ ਰਾਮ, ਸੱਜੇ ਵੀ ਰਾਮ, ਖੱਬੇ ਵੀ ਰਾਮ, ਅੰਦਰ ਵੀ ਰਾਮ, ਬਾਹਰ ਵੀ ਰਾਮ, ਰਾਮੋ ਹੀ ਰਾਮ ਰਾਮ। ਇਸੇ ਗੱਲ ਦਾ ਪੁਆੜਾ ਪੈ ਗਿਆ। ਪ੍ਰਹਲਾਦ ਨੇ ਆਪਣੇ ਮਨ ਨੂੰ ਰਾਮ ਨਾਮ 'ਚ ਲਾ ਦਿੱਤਾ, ਹਰਨਾਕਸ਼ ਨੇ ਹੰਕਾਰ 'ਚ ਲੱਗ ਗਿਆ ਅਤੇ ਜਗਤ ਨੂੰ ਵਸ ਕਰਨ ਲੱਗ ਪਿਆ। ਹਾਂਜੀ, ਸਾਰੀ ਬਸਤਾ ਧਰਤੀ ਇਹਨਾਂ ਨੂੰ ਵਸ ਕਰਨੀ ਚਾਹੁੰਦਾ ਹਰਨਾਕਸ਼, ਪਰ ਗੁਰੂ ਸਾਹਿਬ ਨੂੰ ਦੁਸ਼ਟ ਕਿਉਂ ਆਖਿਆ? ਇਹ ਗਲਤ ਰਾਏ ਪੈ ਗਿਆ। ਸੋ ਮਹਾਰਾਜ ਜੀ ਆਉਂਦੇ ਨੇ, ਤੁਸੀਂ ਸਿੱਧੋ ਜਗਤ ਨੂੰ ਜਿੱਤਦੇ ਹੋ, ਇਹ ਰਾਹ ਗਲਤ ਹੈ। ਮਨ ਨੂੰ ਜਿੱਤਿਆ ਜਗਤ ਜਿੱਤਿਆ ਜਾਂਦਾ ਹੈ, ਜਗਤ ਨੂੰ ਜਿੱਤਿਆ ਮਨ ਨਹੀਂ ਜਿੱਤਿਆ ਜਾਂਦਾ। ਮਨ ਨਾ ਜਿੱਤਿਆ ਗਿਆ ਤਾਂ ਵਾਸਨਾ ਕਾਮਨਾ ਤ੍ਰਿਸ਼ਨਾ ਦੇ ਅਧੀਨ ਹੋ ਕੇ ਫਿਰ ਨਰਕ ਨੂੰ ਜਾਏਗਾ, ਜੰਮਣ ਮਰਨ 84 ਨੂੰ ਜਾਏਗਾ। ਉਹ ਆਦੇਸ਼ ਆਦੇਸ਼ ਕਰਦੇ ਨੇ, ਇੱਕ ਸਿੱਧ ਦੂਜੇ ਕੋਲ ਜਾਏ, ਵੱਡਾ ਨਾਥ ਆਵੇ, ਉਹਨੂੰ ਉੱਠ ਕੇ ਆਉਂਦੇ ਨੇ ਆਦੇਸ਼ ਆਦੇਸ਼ ਭਈ ਨਮਸਕਾਰ ਹੈ, ਨਮਸਕਾਰ ਹੈ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਉਂਦੇ ਨੇ, ਸਾਡੀ ਆਦੇਸ਼ ਕਿਹਨੂੰ ਹੈ? ਸਾਡੀ ਹੈ ਆਦ, ਅਨੀਲ, ਅਨਾਦ, ਅਨਾਹਤ, ਜੁਗ ਜੁਗੇ ਕੋ ਵੇਸ, ਆਦੇਸ਼ ਤਿਸੈ ਆਦੇਸ਼। ਆਦੇਸ਼ ਸਿੱਧਾਂ ਦਾ ਲਫਜ਼ ਹੈ। ਗੁਰੂ ਨਾਨਕ ਸਾਹਿਬ ਆਉਂਦੇ ਨੇ, ਸਾਡਾ ਆਦੇਸ਼, ਸਾਡਾ ਮੱਥਾ ਟੇਕਣਾ, ਸਾਡੀ ਨਮਸਕਾਰ, ਸਾਡੀ ਡੰਡੌਤ ਬੰਦਨਾ ਕਿਹਦੇ ਅੱਗੇ? ਵੇ ਜਿਹੜਾ ਆਦ ਹੈ, ਆਦ ਆਉਂਦੇ ਨੇ ਸਭ ਤੋਂ ਪਹਿਲਾਂ, ਸਭ ਦਾ ਮੁੱਢ। ਅਨੀਲ ਹੈ, ਅਨੀਲ ਆਉਂਦੇ ਨੇ ਸ਼ੁੱਧ। ਅਨਾਦ ਹੈ, ਜਿਹਦੇ ਦਵੈਤ ਨਹੀਂ। ਅਨਾਹਤ ਹੈ, ਜਿਹੜਾ ਕਦੀ ਨਸ਼ਟ ਨਹੀਂ ਹੋਣ ਵਾਲਾ, ਅਵਿਨਾਸ਼ੀ। ਜੁਗ ਜੁਗ ਏਕੋ ਵੇਸ, ਹਰੇਕ ਸਮੇਂ 'ਚ ਇੱਕ ਰਸ ਰਹਿੰਦਾ ਹੈ। ਉਸ ਅਕਾਲ ਪੁਰਖ ਜੋਤੀ ਸਰੂਪ ਪਰਮਾਤਮਾ ਅੱਗੇ ਮੇਰੀ ਆਦੇਸ਼, ਆਦੇਸ਼, ਆਦੇਸ਼ ਹੈ। ਵਾਰ ਵਾਰ ਉਹਨੂੰ ਨਮਸਕਾਰ ਹੈ, ਨਮਸਕਾਰ ਤਾਂ ਕੋ ਲੱਖ ਵਾਰ। ਇਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਧਾਂ ਨੂੰ, ਨਾਥਾਂ ਨੂੰ ਉਪਦੇਸ਼ ਦੇ ਰਹੇ ਨੇ, ਜਿਹਦੇ ਕਰਕੇ ਜੀਵ ਦੇ ਬੰਧਨ ਕੱਟੇ ਜਾਣ, ਮੋਕਸ਼ ਪਦਵੀ ਨੂੰ ਪ੍ਰਾਪਤ ਹੋ ਜਾਏ, ਆਪਣਾ ਘਰ ਲੱਭ ਪਏ, ਆਪਣੀ ਅਸਲ ਮੰਜ਼ਿਲ 'ਤੇ ਆ ਜਾਏ। ਇਹ ਪਰ ਉਪਕਾਰ ਕਰ ਰਹੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਹੜੇ ਤਿੰਨਾਂ ਲੋਕਾਂ ਦੇ ਜਗਤ ਗੁਰੂ ਨੇ, ਜਿਹੜੇ ਨਿਰਗੁਣ ਤੋਂ ਸਰਗੁਣ ਥੀਏ, ਜਿਹੜੇ ਨਿਰਾਕਾਰ ਤੋਂ ਸਕਾਰ ਰੂਪ ਹੋ ਕੇ ਆਏ ਨੇ। ਨਿਰਗੁਣ ਆਪ ਸਰਗੁਣ ਪੀਓ ਹੀ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਦੇ ਉਪਾਸ਼ਕ ਨੇ। ਖਵਾਜਾ ਦਿਲ ਮੁਹੰਮਦ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ, ਉਹਨੇ ਬੜਾ ਵਧੀਆ ਲਿਖਿਆ। ਉਹਦਾ ਨਾਨਕ ਤੋਂ ਏਕੇ ਮੰਨਣੇ ਵਾਲੇ ਹੈ। ਉਹ ਆਉਂਦਾ ਜਿਹੜਾ ਅਸੀਂ ਤਿੰਨ ਗੁਣ ਜਾਂ ਤਿੰਨ ਦੇਵਤੇ ਲਏ ਨੇ, ਆਂਦਾ ਗੁਰੂ ਨਾਨਕ ਦੇ ਨਾਲ ਬੇਨਿਆਈ ਹੈ। ਆਂਦਾ ਉਹ ਤਾਂ ਇੱਕ ਦੇ ਉਪਾਸ਼ਕ ਨੇ, ਸਭਨਾ ਜੀਆਂ ਕਾ ਇੱਕ ਦਾਤਾ ਉਹ ਆਉਂਦੇ ਨੇ, ਵਾਰ ਵਾਰ ਆਉਂਦੇ ਨੇ। ਦਿਗਰ ਕੋਈ ਏਕ ਤੁਈ, ਏਕ ਤੁਈ, ਉਹ ਤਾਂ ਉਸ ਜਿਹੜਾ ਪਰਿਪੂਰਨ ਨਿਰਾਕਾਰ ਨਿਰਗੁਣ ਜੋਤੀ ਸਰੂਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹਦਾ ਜ਼ਿਕਰ ਵਾਰ ਵਾਰ ਕਰਦੇ ਨੇ ਆਪਣੀ ਬਾਣੀ ਰਚੀ ਗੁਰੂ ਗ੍ਰੰਥ ਸਾਹਿਬ ਕੀ ਬਾਣੀ ਮੇ ਗੁਰੂ ਨਾਨਕ ਸਾਹਿਬ ਵਾਰ ਵਾਰ ਜ਼ਿਕਰ ਕਰਦੇ ਇੱਕ। ਇਸ ਕਰਕੇ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਆਉਂਦੇ ਨੇ, ਸਾਡੀ ਆਦੇਸ਼ ਉਸ ਇੱਕ ਅੱਗੇ ਹੈ ਜਿਹੜਾ ਸਾਰੇ ਪਰਿਪੂਰਨ, ਸਭ ਦੇ ਅੰਦਰ ਵੀ ਹੈ ਬਾਹਰ ਵੀ ਹੈ। ਅਤੇ ਉਹਨਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਸੀ, ਉਹਨਾਂ ਦੇ ਜਿਹੜੇ ਚੇਨ ਸੀ, ਸਿੱਧਾਂ ਦੀਆਂ, ਨਾਥਾਂ ਦੀਆਂ, ਗੁਰੂ ਮਹਾਰਾਜ ਜੀ ਉਹਨਾਂ ਦੁਆਰਾ ਅੰਤਰੀਵ ਸਾਧਨ ਦੱਸ ਰਹੇ ਨੇ, ਜਿਹਦੇ ਕਰਕੇ ਇਹ ਮਨ ਜਿਹੜਾ ਹੈ ਇਹ ਕਿਸੇ ਟਿਕਾਣੇ 'ਤੇ ਲੱਗ ਜਾਏ, ਆਪਣੇ ਘਰ ਆ ਜਾਏ, ਇਹਦੀ ਇਹ ਕਿਸੇ ਤਰ੍ਹਾਂ ਕਲਿਆਣ ਹੋ ਜਾਏ। ਮਨ ਨੂੰ ਨਾਮ ਦੇ ਨਾਲ ਜੋੜਨ ਵਾਸਤੇ ਗੁਰੂ ਸਾਹਿਬ ਵਾਰ ਵਾਰ ਨਾਮ ਦਾ, ਭਗਤੀ ਦਾ, ਭਾਣੇ ਦਾ, ਪ੍ਰੇਮ ਦਾ, ਕੀਰਤੀ ਦਾ, ਸੰਗਤ ਦਾ, ਸੇਵਾ ਦਾ, ਪਰ ਇੱਕ ਦੇ ਆਲੇ ਦੁਆਲੇ ਮਹਾਰਾਜ ਜੀ ਦਾ ਸਾਰਾ ਉਪਦੇਸ਼ ਘੁੰਮ ਰਿਹਾ ਹੈ। ਤੋ ਇੱਕ ਦਾ, ਇੱਕ ਦੀ ਪ੍ਰਾਪਤੀ ਵਾਸਤੇ ਗੁਰੂ ਮਹਾਰਾਜ ਜੀ ਵਾਰ ਵਾਰ ਉਹਦੇ ਪ੍ਰੇਮਾ ਭਗਤੀ 'ਚ ਲਿਆਉਂਦੇ ਨੇ, ਵੀ ਬਿਨਾਂ ਪ੍ਰੇਮ ਤੋਂ ਕੋਈ ਵੀ ਸਾਧਨ ਅਪਣਾ ਲਿਓ ਨਿਸਫਲ ਹੈ। ਸਿਮਰਨ ਕਰੋ ਪ੍ਰੇਮ ਨਾਲ, ਸੇਵਾ ਕਰੋ ਪ੍ਰੇਮ ਨਾਲ, ਬਾਣੀ ਪੜ੍ਹੋ ਪ੍ਰੇਮ ਨਾਲ। ਬਈ ਜੇ ਪ੍ਰੇਮ ਨਾਲ ਕਰਦੇ ਹੋ ਤਾਂ ਸਮਝ ਲਓ ਨਾਲ ਏਕਾ ਲੱਗ ਗਿਆ, ਜੇ ਪ੍ਰੇਮ ਨਹੀਂ ਤਾਂ ਜੀਰੋ ਦਾ ਕੋਈ ਮੁੱਲ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਭਾਵ ਭਾਵਨਾ ਵਿਹੀਨ, ਭਾਵਨਾ ਤੋਂ ਬਿਨਾਂ ਹੈ ਨਾ ਜਿਹੜੀ ਉਹ ਭਗਤੀ ਨਹੀਂ ਹੁੰਦੀ। ਭਗਤੀ ਆਉਂਦੀ ਭਾਵਨਾ ਨੂੰ ਨੇ, ਉਹਦੇ 'ਚ ਭਾਵ ਹੋਣਾ, ਪ੍ਰੇਮ ਹੋਣਾ। ਸੋ ਗੁਰੂ ਮਹਾਰਾਜ ਜੀ ਸਿੱਧਾਂਤ ਦੀ ਇਹ ਖੁਰਾਕ ਹੁੰਦੀ, ਉਹਨੂੰ ਉਹ ਭੁਗਤੀ ਆਉਂਦੇ ਨੇ। ਭੁਗਤੀ ਉਹਨਾਂ ਦੇ ਡੇਰਿਆਂ 'ਚ, ਉਹਨਾਂ ਦੇ ਜਿਹੜੇ ਆਸ਼ਰਮ ਹੁੰਦੇ ਨੇ ਜਾਂ ਕੋਈ ਜੰਗਲਾਂ 'ਚ ਵੀ, ਉਹਨੂੰ ਉਹ ਭੁਗਤੀ ਆਉਂਦੇ ਨੇ ਖਾਣ ਵਾਲੀ ਖੁਰਾਕ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਧਾਂ ਨੂੰ ਆਉਂਦੇ ਨੇ
ਭੁਗਤ ਗਿਆਨ, ਸਾਡੀ ਭੁਗਤੀ ਖੁਰਾਕ ਹੈ ਗਿਆਨ ਦੀ। ਕਿਉਂ? ਉਹ ਸਿੱਧ ਨੇ, ਸ੍ਰੇਸ਼ਟ ਨੇ, ਉੱਤਮ ਨੇ, ਆਮ ਲੋਕਾਂ ਤੋਂ ਸੁਲਝੇ ਹੋਏ ਨੇ, ਰਿੱਧੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਨੇ, ਉਹਨਾਂ ਦੀਆਂ ਬਿਰਤੀਆਂ ਬੜੀਆਂ ਸ਼ਕਤੀਸ਼ਾਲੀ ਨੇ, ਸਿੱਧ ਆਕਾਸ਼ ਵਿੱਚ ਵੀ ਉੱਡ ਸਕਦੇ ਸਨ। ਅਤੇ ਗੁਰੂ ਮਹਾਰਾਜ ਜਦੋਂ ਉਹਦੇ ਨਾਲ ਗੋਸ਼ਟੀ ਹੋਈ, ਕਈਆਂ ਸਿੱਧਾਂ ਦੇਹ ਪਲਟਾ ਲਈ ਸੀ, ਕੋਈ ਸ਼ੇਰ ਦਾ ਰੂਪ ਧਾਰ ਗਿਆ, ਕੋਈ ਆਕਾਸ਼ ਵਿੱਚ ਉੱਡਦਾ, ਕੋਈ ਉੱਤੋਂ ਬਰਫ਼ ਸੱਟਦਾ ਹੈ, ਕਈਆਂ ਰੁੱਖ ਪੱਟ ਲਏ, ਕਈਆਂ ਦੇ ਮੂੰਹ 'ਚੋਂ ਅੱਗ ਨਿਕਲੇ। ਸੋ ਇਵੇਂ ਦੇ ਸ਼ਕਤੀਆਂ ਵਾਲੇ ਸਨ। ਤਾਂ ਗੁਰੂ ਮਹਾਰਾਜ ਜੀ ਜਿਹੜਾ ਉੱਤਮ ਪੁਰਖ ਗਿਆਨੀ ਹੈ, ਜਿਹੜਾ ਬ੍ਰਹਮ ਗਿਆਨੀ ਹੈ, ਉਹਦੀ ਭੁਗਤੀ ਕੀ ਹੈ, ਉਹਦੀ ਖੁਰਾਕ ਕੀ ਹੈ? ਗਿਆਨ। ਮਹਾਰਾਜ ਜੀ ਕਹਿੰਦੇ ਭੁਗਤ ਗਿਆਨ, ਤੁਹਾਡੀ ਖੁਰਾਕ ਤਾਂ ਹੈ ਨਾ ਬਾਹਰ ਦੀ, ਅਤੇ ਸਾਡੀ ਖੁਰਾਕ ਕਿਹੜੀ ਹੈ? ਗਿਆਨ ਦੀ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਸਾਡੀ ਸੁਰਤੀ ਉਸ ਗਿਆਨ 'ਚ ਰਹਿੰਦੀ ਹੈ। ਉਹਨੂੰ ਪਰੋਸਦਾ ਕੌਣ ਹੈ? ਦਇਆ ਭੰਡਾਰਨ, ਉਹਨਾਂ ਦੇ ਭੰਡਾਰੀ ਹੁੰਦੇ ਨੇ। ਇੱਕ ਡੇਰਿਆਂ 'ਚ ਕੁਠਾਰੀ ਹੁੰਦਾ ਹੈ, ਇੱਕ ਭੰਡਾਰੀ ਹੁੰਦਾ ਹੈ, ਇੱਕ ਘਰਬਾਰੀ ਹੁੰਦਾ ਹੈ, ਇਸ ਤਰ੍ਹਾਂ ਉਹਨਾਂ ਨਾਂ ਰੱਖੇ ਹੁੰਦੇ ਨੇ। ਨਿਰਮਲਿਆਂ ਦੇ ਡੇਰਿਆਂ 'ਚ ਵੀ ਨੇ, ਉਦਾਸੀਆਂ ਦੇ 'ਚ ਵੀ ਹੁੰਦੇ ਨੇ, ਇਹ ਸਿੱਧਾ ਨਾਥਾਂ ਦੇ। ਇਹ ਵੀ ਬੜਾ ਮਤ ਸੀ ਪਹਿਲਾਂ ਪ੍ਰਚਲਿਤ। ਬੋਧ ਮਤ ਅਤੇ ਗੋਰਖ ਮਤ ਬੜੇ ਸਿਖਰ 'ਤੇ ਰਹੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਟਾਈਮ ਗੋਰਖ ਮਤ ਬੜੇ ਸਿਖਰ 'ਤੇ ਸੀ, ਤਾਂ ਹੀ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ। ਉਹਨਾਂ ਦੇ ਨਾਲ ਬੜੀ ਵਾਰ ਗੋਸ਼ਟ ਹੋਈ, ਬੜੀ ਵਾਰ ਵਾਦ ਵਾਦ ਹੋਇਆ, ਬੜੀ ਵਾਰ ਸੰਵਾਦ ਵੀ ਹੋਇਆ ਹੈ। ਸੋ ਭੁਗਤ ਗਿਆਨ, ਭੁਗਤੀ ਗਿਆਨ ਦੀ ਹੈ, ਖੁਰਾਕ ਗਿਆਨ ਦੀ ਹੈ, ਭੰਡਾਰਨ ਦਇਆ ਹੈ। ਤੁਹਾਡਾ ਭੰਡਾਰੀ ਹੁੰਦਾ ਡੇਰਿਆਂ ਜਿਹੜਾ ਭੁਗਤੀ ਪਰੋਸਦਾ ਹੈ। ਘੱਟ ਘੱਟ ਵਾਜੇ ਨਾਦ, ਉਹਨਾਂ ਕੋਲ ਇੱਕ ਨਾਦੀ ਹੁੰਦੀ ਹੈ, ਉਹ ਜਦੋਂ ਭੋਜਨ ਉਹ ਛਕਾਉਂਦੇ ਨੇ, ਜਦੋਂ ਭੋਜਨ ਤਿਆਰ ਹੋ ਜਾਂਦਾ ਲੰਗਰ, ਜਿਵੇਂ ਸਿੱਖ ਆਵਾਜ਼ਾਂ ਦਿੰਦੇ ਨੇ, ਘੜਿਆਲ ਵਜਾ ਦਿੰਦੇ ਨੇ, ਆਪੋ ਆਪਣਾ ਅਸੂਲ ਹੈ, ਕੋਈ ਸੰਖ ਵਜਾ, ਅਤੇ ਸਿੱਧ ਨਾਥ ਨਾਦੀ ਉਹਨੂੰ ਆਉਂਦੇ ਨਾਦੀ, ਉਹ ਜਿਵੇਂ ਆ ਵਿਸਲ ਨਹੀਂ ਵਜਾਉਂਦੇ ਗੱਡੀਆਂ ਮੋਟਰਾਂ ਵਾਲੇ ਸੀਟੀ ਜੀ, ਇਸ ਤਰ੍ਹਾਂ ਉਹਦਾ ਆਵਾਜ਼ ਹੁੰਦਾ ਬੜਾ ਤਿੱਖਾ ਅਤੇ ਬੜਾ ਉੱਚਾ, ਉਹਨੂੰ ਉਹ ਨਾਦੀ ਆਉਂਦੇ ਨੇ। ਨਾਦੀ ਸੰਖ ਵੀ ਵਜਾਉਂਦੇ ਨੇ, ਨਾਦੀ ਵੀ ਵਜਾਉਂਦੇ। ਉਹ ਸਾਰਿਆਂ ਦੇ ਗਲੇ 'ਚ ਪਈ ਹੁੰਦੀ ਨਾਦੀ ਵੀ, ਝੋਲੀ ਵੀ ਹੁੰਦੀ ਹੈ, ਖੱਪਰ ਵੀ ਹੁੰਦਾ ਹੈ, ਕੰਨਾਂ 'ਚ ਮੁੰਦਰਾਂ ਹੁੰਦੀਆਂ ਨੇ, ਕਈਆਂ ਮਰਗਾਣ ਵੀ ਚੁੱਕਿਆ ਹੁੰਦਾ ਹੈ, ਜਟਾਵਾਂ ਹੁੰਦੀਆਂ ਨੇ, ਪੰਡੇ 'ਤੇ ਸਵਾਹ ਮਿਲੀ ਹੁੰਦੀ ਹੈ। ਭੁਗਤੀ ਖੁਰਾਕ ਨੂੰ ਆਉਂਦੇ ਨੇ, ਕੁੰਜੀਆਂ ਜਿਹਦੇ ਉਹਨੂੰ ਕੁਠਾਰੀ ਆਉਂਦੇ ਨੇ, ਜਿਹੜਾ ਉਹ ਚਲਾਉਂਦਾ ਉਹਨੂੰ ਘਰ ਬਾਹਰ ਹੀ ਆਉਂਦੇ ਨੇ, ਅਤੇ ਉਹ ਭੰਡਾਰਨ ਉਹਨੂੰ ਆ ਜਿਹੜਾ ਭੰਡਾਰਾ ਦੇ। ਅਤੇ ਗੁਰੂ ਮਹਾਰਾਜ ਜੀ ਆਉਂਦੇ ਨੇ, ਸਾਡੀ ਗਿਆਨ ਦੀ ਖੁਰਾਕ ਹੈ ਅਤੇ ਭੰਡਾਰਨ ਦਇਆ ਹੈ, ਦਇਆ ਕਰਕੇ ਇਸ ਭੰਡਾਰੇ ਨੂੰ ਅਸੀਂ ਅਗਾਂਹ ਵੰਡਨੇ ਹਾਂ। ਇਹ ਗਿਆਨ ਰੂਪੀ ਭੰਡਾਰੇ ਨੂੰ ਗੁਰੂ ਮਹਾਰਾਜ ਦਇਆ ਕਰਕੇ ਵੰਡ ਰਹੇ ਨੇ। ਅਤੇ ਜਿਹੜਾ ਘੱਟ ਘੱਟ ਦੇ ਵਿੱਚ ਨਾਦ ਹੈ ਨਾ, ਜਿਹੜਾ ਸਾਰਿਆਂ 'ਚ ਨਾਦ ਵੱਜ ਰਿਹਾ ਈਸ਼ਵਰ ਵੱਲੋਂ, ਜਿਹੜਾ ਆਦ ਅਨੀਲ ਅਨਾਦ ਅਨਾਥ ਯੁਗ ਯੁਗ ਇੱਕੋ ਵੇਸ, ਜਿਹਦਾ ਇੱਕੋ ਹੀ ਸਰੂਪ ਹੈ, ਉਹਦਾ ਨਾਦ ਕੀ ਹੈ? ਆਦ ਅਨੀਲ ਅਨਾਦ ਅਨਾਹਤ, ਇੱਕ ਰਸ ਹੈ। ਉਹ ਜਿਹੜਾ ਸ਼ਬਦ ਹੈ ਨਾ, ਉਹ ਸ਼ਬਦ ਦਾ ਨਾਂ ਹੈ ਪੰਚੇ ਸ਼ਬਦ ਅਨਾਹਦ ਵਾਜੇ। ਉਹ ਜਿਹੜਾ ਅਨਾਹਦ ਨਾਦ ਹੈ ਨਾ, ਸਾਰਿਆਂ ਦੇ ਹਿਰਦੇ 'ਚ ਵੱਜ ਰਿਹਾ, ਪਰ ਸੁਣਦੇ ਤਾਂ ਉਹ ਹੀ ਨੇ ਜਿਨ੍ਹਾਂ ਦੀ ਸੁਰਤੀ ਹਿਰਦੇ 'ਚ ਗਈ, ਦਸਵੇਂ ਦੁਆਰ 'ਚ ਗਈ, ਉਹਨੂੰ ਸੁਣਦੇ ਨੇ। ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਪਾਣੀ, ਉਹ ਪੰਜ ਸ਼ਬਦ ਜਿਹੜੇ ਨੇ ਉਹ ਕਿਹਦੇ 'ਚੋਂ ਪੈਦਾ ਹੁੰਦੇ ਨੇ? ਨਾਦ 'ਚੋਂ। ਉਹ ਜਿਹੜਾ ਓਂਕਾਰ ਦਾ ਨਾਦ ਹੈ ਨਾ, ਉਹ ਨਾਦ ਜਿਹੜਾ ਹੈ ਉਹ ਸਾਡੀ ਨਾਦੀ ਹੈ। ਤੁਸੀਂ ਤਾਂ ਨਾਦੀ ਆ ਪਾਈਏ ਨਾ ਸੀਟੀ ਜੀ ਗਾਲੇ 'ਚ, ਅਤੇ ਸਾਡਾ ਐਡਾ ਵੱਡਾ ਉਹ ਨਾਦ ਸ਼ਬਦ ਹੈ ਜਿਹੜਾ ਸਾਰੇ ਪਰਿਪੂਰਨ ਹੈ, ਘੱਟ ਘੱਟ 'ਚ ਵੱਜ ਰਿਹਾ। ਆਪ ਨਾਥ ਨਾਥੀ ਸਭ ਜਾਗ, ਤੁਹਾਡਾ ਤਾਂ ਨਾਥ ਗੋਰਖ ਨਾਥ ਹੈ, ਨੌ ਨਾਥ ਨੇ ਇਹਨਾਂ ਦੇ, ਪਰ ਮਹਾਰਾਜ ਜੀ ਕਹਿੰਦੇ ਸਾਡਾ ਤਾਂ ਇੱਕੋ ਹੀ ਨਾਥ ਹੈ, ਪ੍ਰਭੂ ਪਰਮਾਤਮਾ ਅਕਾਲ ਪੁਰਸ਼ ਨਾਥੀ ਸਭ, ਜਿਹਨੇ ਸਭ ਨੂੰ ਨੱਥ ਪਾਈ ਹੋਈ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੱਥੀ ਹੋਈ ਹੈ। ਅਤੇ ਗੁਰੂ ਸਾਹਿਬ ਗੁਰਬਾਣੀ 'ਚ ਵੀ ਲਿਖਿਆ ਹੈ ਵੀ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਨੱਥਣ ਵਾਲਾ ਹੈ,
ਕਾਲੀ ਨੱਥ ਕਿਆ ਵੱਡਾ ਪਿਆ ਭਾਈ। ਭਗਵਾਨ ਕ੍ਰਿਸ਼ਨ ਨੂੰ ਨਿਊਣ ਉਪਮਾ ਦਿੱਤੀ ਹੈ ਭਾਈ, ਹੁਣ ਕਾਲੀ ਨਾਗ ਨੂੰ ਉਹਨੇ ਨੱਥ ਪਾ ਲਏ। ਗੁਰੂ ਦਸਵੇਂ ਮਹਾਰਾਜ ਜੀ ਆਉਂਦੇ ਨੇ, ਉਹ ਤਾਂ ਸਾਰੀ ਸ੍ਰਿਸ਼ਟੀ ਨੂੰ ਨੱਥ ਪਾ ਸਕਦਾ ਪਰਮਾਤਮਾ, ਤੁਸੀਂ ਇੱਕ ਕਾਲੀ ਨਾਗ, ਇਹ ਤਾਂ ਨਿਊਣ ਉਪਮਾ ਹੋ ਗਈ। ਤੂੰ ਸੁਲਤਾਨ ਕਾਂ ਹੋ ਮੀਆਂ, ਕਿਸੇ ਸੁਲਤਾਨ ਨੂੰ ਕੋਈ ਮੀਆਂ ਆਖੇ ਨਿਊਣ ਉਪਮਾ ਹੈ, ਕਿਸੇ ਥਾਣੇਦਾਰ ਨੂੰ ਕੋਈ ਸਿਪਾਹੀ ਆਖੇ ਨਿਊਣ ਉਪਮਾ ਹੈ, ਕਿਸੇ ਰਾਜੇ ਨੂੰ ਕੋਈ ਵਜ਼ੀਰ ਆਖੇ ਨਿਊਣ ਉਪਮਾ ਹੈ, ਕਿਸੇ ਸਰਦਾਰ ਨੂੰ ਕੋਈ ਚੌਂਕੀਦਾਰ ਆਖੇ ਨਿਊਣ ਉਪਮਾ ਹੈ। ਇਸ ਤਰ੍ਹਾਂ ਪ੍ਰਭੂ ਪਰਮਾਤਮਾ ਸਭ ਤੋਂ ਵੱਡਾ ਹੈ, ਸਭ ਦਾ ਨਾਥ ਮਾਲਕ ਹੈ, ਸਭ ਨੂੰ ਉਹਨੇ ਨੱਥ ਪਾਈ ਹੈ ਆਪਣੇ ਹੁਕਮ ਰੂਪੀ, ਆਪਣੇ ਹੁਕਮ ਰੂਪੀ ਨੱਥ ਦੇ ਵਿੱਚ ਉਹ ਸਭ ਨੂੰ ਚਲਾ ਰਿਹਾ ਹੈ। ਨੱਥ ਆਉਂਦੇ ਨੇ ਨਾਕੇ 'ਚ, ਨੱਥ ਪਾਉਂਦੇ ਨੇ ਪਹਿਲਾਂ ਢੱਗਿਆਂ ਨੂੰ, ਝੋਟਿਆਂ ਨੂੰ ਹਲੀ ਜਾਂਦੇ ਸੀ, ਉਹਨਾਂ ਨੂੰ ਨੱਥ ਮਾਰਦੇ ਸੀ। ਅਤੇ ਗੁਰੂ ਸਾਹਿਬ ਨੇ ਇਹ ਸਾਡੇ ਆਮ ਉਹ ਉਦਾਹਰਣ ਲੈਣੇ ਜਿਹੜੇ ਸਾਨੂੰ ਸਮਝ 'ਚ ਆ ਜਾਣ ਵੀ ਜਿਹਨੇ ਸਾਰਿਆਂ ਨੂੰ ਨੱਥਿਆ ਹੋਇਆ ਹੈ, ਨੱਥ ਉਹਨੂੰ ਭਾਵੇਂ ਫਿਰ ਨੱਥ ਤੋਂ ਫੜ ਕੇ ਸੌਖਾ ਹੀ ਲਈ ਫਰੀਦਾ, ਪਰਮਾਤਮਾ ਦੇ ਹੁਕਮ ਰੂਪੀ ਨੱਥ ਹੈ ਨਾ ਜਿਹੜੀ, ਉਹ ਸਾਰਿਆਂ ਨੂੰ ਪਈ ਹੋਈ ਹੈ। ਸਾਰਿਆਂ ਦੀ ਬੁੱਧੀ, ਸਾਰਿਆਂ ਦਾ ਮਨ, ਸਾਰਿਆਂ ਦਾ ਸਰੀਰ, ਸਾਰਿਆਂ ਦੇ ਪ੍ਰਾਣ, ਸਭ ਦੀ ਪ੍ਰਾਰਭਤ ਉਹਦੇ ਅਧੀਨ ਹੈ, ਸਾਰੀ ਪ੍ਰਕਿਰਤੀ ਉਹਦੇ ਅਧੀਨ ਹੈ, ਸਾਰੀ ਕਾਇਨਾਤ ਕੁਦਰਤ ਉਹਦੇ ਅਧੀਨ ਹੈ, ਜੜ ਚੇਤਨ ਸ੍ਰਿਸ਼ਟੀ ਉਹਦੇ ਅਧੀਨ ਹੈ, ਭਾਵੇਂ ਚੱਲੇ ਲੱਖ ਦਰਿਆਓ ਸਭ ਉਹਦੇ ਅਧੀਨ ਨੇ, ਸੱਤੇ ਦੀਵ 14 ਖੰਡ ਜਿੰਨੇ ਵੀ ਹੈ, ਲੱਖਾਂ ਕਰੋੜਾਂ ਬ੍ਰਹਮਾਂਡ ਕੋਈ ਅਨੰਤ, ਇਹ ਸਾਰਿਆਂ ਨੂੰ ਉਹਨੇ ਨੱਥ ਪਾਈ ਹੈ ਆਪਣੇ ਹੁਕਮ ਰੂਪੀ ਨੱਥ 'ਚ, ਸਭ ਨੂੰ ਉਹਨੇ ਨੱਥਿਆ ਹੈ। ਇਸ ਗੱਲੋਂ ਸਾਡਾ ਇੱਕੋ ਹੀ ਨਾਥ ਹੈ ਪ੍ਰਭੂ ਪਰਮਾਤਮਾ ਜੋਤੀ ਸਰੂਪ, ਨਾਥੀ ਸਭ ਜਾ ਕੀ, ਜਿਹਦੀ ਨੱਥੀ ਹੋਈ ਹੈ ਸਾਰੀ ਸ੍ਰਿਸ਼ਟੀ, ਰਿੱਧ ਸਿੱਧ ਅਵਰਾ ਸਾਧ। ਤੁਸੀਂ ਰਿੱਧੀਆਂ ਸਿੱਧੀਆਂ ਦੇ ਸਵਾਦ 'ਚ ਜੇ, ਰਿੱਧੀਆਂ ਸਿੱਧੀਆਂ ਦਾ ਬੜਾ ਸਵਾਦ ਹੁੰਦਾ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰੱਖ ਕੇ ਪਾਓ, ਕਿਤੇ ਛੁੱਪ ਜਾ, ਕਿਤੇ ਪ੍ਰਗਟ ਹੋ ਜਾ, ਕਿਤੇ ਛੋਟਾ ਹੋ ਜਾ, ਕਿਤੇ ਵੱਡਾ ਹੋ ਜਾ, ਕਿਤੇ ਹੱਥਾਂ 'ਤੇ ਸਰੋਂ ਜਮਾ, ਕਿਤੇ ਮੂੰਹ 'ਚੋਂ ਅੱਗ ਕੱਢਾਂ, ਕਿਤੇ ਦੇਹ ਪਲਟਾ ਲਾਂ, ਕਿਤੇ ਹੌਲਾ ਹੋ ਜਾ, ਕਿਤੇ ਭਾਰਾ ਹੋ ਜਾ, ਕਿਤੇ ਸੁੰਦਰ ਬਣ ਜਾ, ਕਿਤੇ ਕਰੂਪ ਹੋ ਜਾ, ਕਿਤੇ ਬੱਚਾ ਬਣ ਜਾ, ਕਿਤੇ ਬੁੱਢਾ ਬਣ ਜਾ, ਕਿਤੇ ਪੁਰਸ਼ ਬਣ ਜਾ, ਕਿਤੇ ਇਸਤਰੀ ਬਣ ਜਾ, ਕਿਤੇ ਦੇਵ ਬਣ ਜਾ, ਕਿਤੇ ਦੈਂਤ ਬਣ ਜਾ। ਇਹ ਰਿੱਧਾ ਸਿੱਧਾ ਨਾ ਹੋ ਸਕਦਾ, ਕਿਸੇ ਦੇ ਸਰੀਰ 'ਚ ਪ੍ਰਵੇਸ਼ ਕਰ ਜਾ। ਮਹਾਰਾਜ ਕਹਿੰਦੇ ਇਹ ਵੀ ਬੜਾ ਸਵਾਦ ਹੈ ਰਿੱਧੀਆਂ ਸਿੱਧੀਆਂ ਦਾ, ਪਰ ਆਉਂਦੇ ਨੇ ਰਿੱਧ ਸਿੱਧ ਅਵਰਾ ਸਾਧ। ਸਾਡੇ ਮਾਤੇ ਹੀ ਤਾਂ ਅਗਿਆਨੀਆਂ ਦਾ ਸਵਾਦ ਹੈ, ਅਵਰਾਂ ਦਾ, ਹੋਰਨਾਂ ਦਾ, ਜਿਹੜੇ ਸਹੀ ਮਾਰਗ ਤੋਂ ਭੁੱਲ ਗਏ ਨੇ ਨਾ, ਇਹ ਹੋਰਨਾਂ ਦਾ ਸਵਾਦ ਹੈ, ਭੁੱਲਿਆ ਹੋਇਆਂ ਦਾ, ਉਹਨਾਂ ਦਾ ਸਵਾਦ ਹੈ। ਸੰਯੋਗ ਵਿਯੋਗ ਦੇ ਵਿਕਾਰ ਚਲਾਵੇ, ਤੁਹਾਡੇ ਤਾਂ ਘਰ ਬਾਹਰ ਹੀ ਨੇ ਨਾ ਡੇਰਿਆਂ 'ਚ, ਜਿਹੜੇ ਕੰਮ ਚਲਾਉਂਦੇ ਨੇ ਡੇਰਿਆਂ ਦੇ, ਸਾਡੇ ਸੰਸਾਰ ਦਾ ਕੰਮ ਕੌਣ ਚਲਾ ਰਿਹਾ? ਮਿਲਣਾ ਅਤੇ ਵਿਛੜਨਾ, ਪਰਾਰਬਦ ਕਰਕੇ ਪ੍ਰਭੂ ਦੇ ਹੁਕਮ 'ਚ ਕਿਤੇ ਕੋਈ ਮਿਲ ਪੈਂਦਾ, ਕਿਤੇ ਵਿਛੜ ਜਾਂਦਾ, ਇਸ ਤਰ੍ਹਾਂ ਸੰਸਾਰ ਚੱਲ ਰਿਹਾ ਹੈ। ਲਿਖ ਆਵੇ ਭਾਗ, ਅਤੇ ਜੋ ਅਗਲੇ ਦਾ ਭਾਗ ਹੈ, ਜੋ ਉਹਦੇ ਭਾਗ 'ਚ ਲਿਖਿਆ ਹੋਇਆ, ਉਹਦੇ ਮੁਤਾਬਕ ਇਹ ਚਲਾ ਰਿਹਾ ਈਸ਼ਵਰ, ਸਭ ਨੂੰ ਚਲਾ ਰਿਹਾ। ਹੁਕਮ ਚਲਾਇਆ ਆਪਣੇ ਕਰਮੀ ਵੇ ਕਲਾਮ, ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਇਹ ਜਿਹੜਾ ਭਾਗ ਹੈ, ਜੋ ਕੁਝ ਲਿਖਿਆ ਹੈ ਕਿਸੇ ਦੇ ਭਾਗ 'ਚ, ਉਹਦੇ ਮੁਤਾਬਕ ਸਭ ਚੱਲ ਰਹੇ ਨੇ। ਆਦੇਸ ਦਿਸੇ ਆਦੇਸ਼, ਇਹ ਭਗਤੀ ਹੈ। ਇੱਕ ਗੱਲ ਨੂੰ ਬਾਰ ਬਾਰ ਆਖਣਾ, ਭਗਤੀ ਦੇ ਵਿੱਚ ਗੁਣ ਹੈ, ਗਿਆਨ ਦੇ ਵਿੱਚ ਦੋਸ਼ ਹੈ। ਗਿਆਨ 'ਚ ਇੱਕ ਗੱਲ ਨੂੰ ਦੂਜੀ ਵਾਰ ਕਥਨ ਕਰਨਾ ਦੋਸ਼ ਹੈ, ਭਗਤੀ 'ਚ ਇੱਕ ਗੱਲ ਨੂੰ ਬਾਰ ਬਾਰ ਆਖਣਾ ਗੁਣ ਹੈ। ਕਿਉਂ? ਇਹ ਪ੍ਰੇਮ ਹੈ ਗੁਰੂ ਸਾਹਿਬ 'ਤੇ, ਤੂੰ ਹੀ ਆਉਂਦੇ ਰਹੇ ਬੜਾ ਚਿਰ। ਸੋ ਇੱਕ ਗੱਲ ਨੂੰ ਪਰਪੱਕ ਕਰਾਉਣਾ, ਬਾਰ ਬਾਰ ਉਹਦੀ ਲੱਜਤ, ਉਹਦਾ ਰਸ, ਉਹਦਾ ਆਨੰਦ ਲੈਣਾ, ਭਗਤੀ ਹੈ ਨਾ। ਭਗਤੀ 'ਚ ਤਾਂ ਹੀ ਰਸ ਆਵੇਗਾ, ਆਨੰਦ ਆਵੇਗਾ,
ਤੂੰ ਹੀ ਕਰ ਦਿਆ ਉਹਦੇ ਪ੍ਰੇਮ ਵਿੱਚ ਉਹਦੇ ਗੁਣ ਗਾਉਣੇ। ਤਾਂ ਮਹਾਰਾਜ ਫਿਰ ਉਸ ਇੱਕ ਅਕਾਲ ਪੁਰਖ ਨੂੰ ਆਦੇਸ਼ ਦਿੱਸੇ, ਆਦੇਸ਼ ਤੁਸੀਂ ਆਦੇਸ਼ ਕਰ ਦਿਓ ਆਪਣੇ ਵੱਡਿਆਂ ਨੂੰ, ਸਿੱਧਾ ਨਾਥਾਂ ਨੂੰ, ਅਸੀਂ ਕਿਹਨੂੰ ਕਰਨੇ ਹਾਂ ਜਿਹੜਾ ਆਦ ਸਭ ਦੀ ਮੁੱਢ, ਅਨੀਲ ਸ਼ੁੱਧ, ਅਨਾਦ ਦਵੈਤ ਤੋਂ ਰਹਿਤ, ਅਨਾਹਤ ਜਿਹਦਾ ਕਦੀ ਨਾਸ ਨਹੀਂ, ਅਵਿਨਾਸ਼ੀ ਹੈ, ਜੁਗ ਜੁਗ ਇੱਕੋ ਵੇਸ, ਹਰੇਕ ਸਮੇਂ ਦੇ ਵਿੱਚ ਇੱਕੋ ਜਿਹਾ ਇੱਕ ਰਸ ਹੈ, ਸਤਿਯੁਗ ਵਿੱਚ, ਤ੍ਰੇਤੇ, ਦੁਆਪਰ, ਕਲਯੁਗ ਵਿੱਚ। ਵੈਸੇ ਯੁਗ ਦਾ ਅਰਥ ਹੁੰਦਾ ਸਮਾਂ, ਜਿਹੜਾ ਹਰੇਕ ਸਮੇਂ 'ਚ ਇੱਕ ਰਸ, ਸਵੇਰੇ ਵੀ, ਦੁਪਹਿਰੀ ਵੀ, ਸ਼ਾਮ ਨੂੰ ਵੀ, ਜਨਮ ਤੋਂ ਲੈ ਕੇ ਮਰਨ ਤੀ, ਆਦਿ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ, ਜਿਹੜਾ ਸਦਾ ਇੱਕ ਰਸ ਹੈ, ਜਿਹੜਾ ਸਭ ਦਾ ਮੁੱਢ ਹੈ, ਆਦ ਹੈ, ਜਿਹੜਾ ਅਨੀਲ ਸ਼ੁੱਧ ਹੈ, ਅਨਾਦ ਅਨਾਦ ਜਿਹਦੇ ਦਵੈਤ ਨਹੀਂ ਹੈ, ਅਨਾਹਤ ਜਿਹਦਾ ਕਦੀ ਹੱਥ ਨਾਸ ਨਹੀਂ ਹੁੰਦਾ, ਅਵਿਨਾਸ਼ੀ ਹੈ, ਹਰੇਕ ਸਮੇਂ 'ਚ ਇੱਕ ਰਸ ਹੈ, ਇੱਕੋ ਜਿਹਾ ਉਹਦਾ ਸਰੂਪ, ਸਤ ਚਿੱਤ ਆਨੰਦ ਰਹਿੰਦਾ ਹੈ, ਸਤਿਅਮ ਸ਼ਿਵਮ ਸੁੰਦਰਮ ਹੈ, ਸਤ ਸੁਹਾਣ ਸਦਾ ਮਨ ਚਾਉ ਹੈ, ਉਹਦੇ ਅੱਗੇ ਮੇਰੀ ਬਾਰ ਬਾਰ ਨਮਸਕਾਰ ਹੈ, ਨਮਸਕਾਰ ਤਾਂ ਕੋ ਲੱਖ ਬਾਰ। ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾਚਕ ਹਾਂ, ਪੁੱਲ ਚੁੱਕ ਸਾਧ ਸੰਗਤ ਗੁਰੂ ਪਰਮੇਸ਼ਰ ਬਖਸ਼ਣ ਯੋਗ ਨੇ, ਕਰੋ ਕਿਰਪਾ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।